रेडियो चन प्रदेशी के माण मत्ते स्रोतों स्वागत करदे हां तुहाडा रेडियो चन प्रदेशी दी पंजाबी सत विच। मैं हां तुहाडा दोस्त ते होस्ट सरवण सिंह टवाणा अमेरिका दी विंडी सिटी शिकागो तों। विंडी नहीं कली जी, ठंडी बहुत है, ठंड बहुत ज़्यादा है। तो शुरुआत हो गई है, पतझड़ शुरू हो गई है। तो मेरा साथ दे रहे ने सीनियर ब्रॉडकास्टर सरदार गुर इकबाल सिंह जी बराड़ बठिंडे तो। बराड़ साहब सत श्री अकाल जी, गुड मॉर्निंग, की हाल चाल ने तुहाडे? बराड़ साहब, मौसम की गल करते हैं तो मौसम सब तो पहला अमेरिका दे विच अज मैं जो सवेरे उठा तुहाडे वाला 3 डिग्री सी सेंटीग्रेड, ते साडे वाला तकरीबन 35 डिग्री फारनहीट, साडे फारनहीट चलती है, तुहाडे सेंटीग्रेड चलते ने। ते फर्क देख लो, जब तुहाडे 3 डिग्री होगा फिर थोतों कांबा नहीं चलिया जाना, तो भट्ठियां नहीं मिलनियां हत्थ सेकन दे लई, बड़ी मुश्किल होनी है। पर असीं तां यूज टू इन्हां मौसमां दे, सानूं कोई ज़्यादा फर्क नहीं पैंदा, क्योंकि जे स्नोफॉल भी शुरू होने वाली है, कई जगह साडे एरिए च हो भी गई है, कई हो भी जानी है, तो असीं उहदी तैयारी बढ़ी बैठे हैं। अपने कोट वगैरह बाहर कढ लैने, वैसे तां कहिंदे ने जदों दशहरा आउंदा है पिछले समयां दे विच साडियां धीआं भैणां मावां स्वैटर बुणने दरियां बुणनियां शुरू करदियां हुंदियां सी सियालां दे लई, उह स्वैटर भी बुण लैंदे सी, नवें स्वैटर पा के दशहरा देखण दा नज़ारा वक्खरा हुंदा सी। पर हुण तां कोई दशहरियां ते उह नवें स्वैटर नहीं पाउंदा, क्योंकि अज कल्ह ऑनलाइन सब कुछ खरीदते ने जां स्टोरां 'च जा के खरीदते ने, उह हत्थीं बणाए होए स्वैटर ते हत्थीं बणाए होए साडे कि नहीं उह पहुंचे कहिंदे सी, हुण उहनां नूं आपां अज कल्ह दस्ताने भी कह देंदे सी, फिर उन्होंने हुण इंग्लिश दे विच ग्लव्स कह देंदे आ, बड़े नां ने इन्हां चीज़ां दे अपने अपने इलाके दे हिसाब नाल। ते उह चीज़ां ने जिहड़ियां गायब तां हो गईआं, नवीआं चीज़ां आ गईआं ने, पर की कहिंदा मौसम बहाल? बिल्कुल जी बिल्कुल, जदों इन्हां मुल्कां दी आपां गल करदे आ, ठंडे इलाकिआं दी गल करदे आ, तां इन्नी हद चीरवीं ठंड दे विच ਪੰਜਾਬੀਆਂ ਨੇ ਜਿੱਥੇ ਝੰਡੇ ਗੱਡੇ ਆ ਉੱਥੇ ਹੀ ਮਿਹਨਤਾਂ ਕਰ ਕਰਕੇ ਆਪਣੇ ਅੰਪਾਇਰ ਵੀ ਖੜੇ ਕੀਤੇ ਆ। ਸੋ ਪੰਜਾਬੀਆਂ ਦੇ ਹਿੱਸੇ ਇਹ ਚੀਜ਼ ਆਈ ਹੈ ਕਿ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਦੇ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਠੰਡ ਭਾਵੇਂ ਜਿੰਨੀ ਮਰਜ਼ੀ ਠੰਡ ਹੋਵੇ, ਜੇ ਦੂਜੇ ਪਾਸੇ ਗਰਮੀ ਵੀ ਹੋਵੇ ਤਾਂ ਵੀ ਇਹ ਪਿੱਛੇ ਨਹੀਂ ਹਟਦੇ, ਕਿਉਂਕਿ ਦੁਬਈ ਵਰਗੇ ਜਾਂ ਇਹਨਾਂ ਜਿਹੜੇ ਇਹ ਮੁਲਕ ਨੇ, ਦੁਬਈ ਦੇ ਆਸੇ ਪਾਸੇ ਦੇ ਜਿਹੜੇ ਮੁਲਕ ਨੇ, ਇਹਨਾਂ ਮੁਲਕਾਂ ਦੇ ਵਿੱਚ ਗਰਮੀ ਵੀ ਅੱਤਦੀ ਪੈਂਦੀ ਹੈ, ਤੇ ਜਦੋਂ ਕੈਨੇਡਾ ਤੇ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਠੰਡ ਵੀ ਜਿਹੜਾ ਸਿਰਾ ਹੀ ਕਰਵਾ ਜਾਂਦੀ ਹੈ। ਸੋ ਪੰਜਾਬ ਨਾਲੋਂ ਮੌਸਮ ਬਿਲਕੁਲ ਵੱਖਰਾ ਹੈ। ਇਹ ਜਿਵੇਂ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਠੰਡ ਨੇ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜੇ ਕੰਪੇਅਰ ਕਰੀਏ ਅਮੈਰੀਕਾ ਦੇ ਹਿਸਾਬ ਨਾਲ ਜਾਂ ਕੈਨੇਡਾ ਦੇ ਹਿਸਾਬ ਨਾਲ ਤਾਂ ਠੰਡ ਘੱਟ ਹੈ, ਬਟ ਕਿਤੇ ਨਾ ਕਿਤੇ ਜੇ ਆਪਾਂ ਸਵੇਰ ਦੇ ਤੇ ਸ਼ਾਮ ਦੇ ਵੇਲੇ ਜਿਹੜੀ ਠੰਡ ਹੈ ਉਹ ਸ਼ੁਰੂ ਹੋ ਗਈ ਹੈ। ਬਾਕੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਹੁਣ ਤਾਂ ਜਿਹੜਾ ਜ਼ਮਾਨਾ ਮਾਡਰਨਾਈਜ਼ ਹੋ ਗਿਆ, ਸਵਾਟਰ ਪਾਉਣੇ ਜਵਾਕ ਤਾਂ ਜਮਾਂ ਹੀ ਭੁੱਲ ਗਏ ਆ, ਪਾਉਣੇ ਮਤਲਬ ਤਾਂ ਪਸੰਦ ਵੀ ਨਹੀਂ ਕਰਦੇ ਹੁਣ ਦੇ ਬੱਚੇ ਆ ਜਿਹੜੇ, ਤੇ ਅਸੀਂ ਤਾਂ ਹੁਣ ਤੱਕ ਮਾਵਾਂ ਦੇ ਬੁਣੇ ਹੋਏ, ਸਾਡੀਆਂ ਭੈਣਾਂ ਦੇ ਬੁਣੇ ਹੋਏ ਸਵਾਟਰ ਪਾ ਪਾ ਕੇ, ਕੋਟੀਆਂ ਪਾ ਪਾ ਕੇ, ਵੱਖੋ ਵੱਖਰੇ ਡਿਜ਼ਾਇਨ ਬੁਣ ਕੇ ਜਿਹੜੇ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਆ ਮਾਪਿਆਂ ਨੂੰ। ਸੋ ਇਹ ਜਨਰੇਸ਼ਨ ਜਿਵੇਂ ਜਿਵੇਂ ਚੇਂਜ ਹੁੰਦੀ ਹੈ ਜੀ, ਜਿਵੇਂ ਜਿਵੇਂ ਪੜਾਅ ਅੱਗੇ ਵੱਧਦੇ ਆ ਉੱਦਾਂ ਉੱਦਾਂ ਹੀ ਟਵਾਣਾ ਸਾਹਿਬ ਸਿਸਟਮ ਬਦਲਦੇ ਰਹਿੰਦੇ ਆ। ਹੁਣ ਜਿਵੇਂ ਤੁਸੀਂ ਗੱਲ ਕੀਤੀ ਆ, ਮੌਲ ਆ ਗਏ ਆ, ਮੌਲ ਚੋਂ ਪਰਚੇਜ਼ ਹੁੰਦੀ ਹੈ, ਬ੍ਰੈਂਡ ਚੱਲ ਪਏ ਆ, ਵੱਡੇ ਵੱਡੇ ਬ੍ਰੈਂਡ ਆ ਉਹ ਮਾਰਕੀਟ ਦੇ ਵਿੱਚ ਜਿਹੜੀ ਸ਼ਮੂਲੀਅਤ ਕਰ ਗਏ ਆ, ਤੇ ਉਹਨਾਂ ਦੀ ਜਿਹੜੀ ਪਕੜ ਆ ਆਪਣੇ ਗਾਹਕਾਂ ਤੇ ਵੱਧ ਗਈ ਹੈ। ਸੋ ਚੱਲਦਾ ਰਹਿਣਾ ਜੀ, ਹੋ ਸਕਦਾ ਅੱਗੇ ਕੋਈ ਹੋਰ ਇਨਵੈਂਸ਼ਨ ਹੋਵੇ ਤੇ ਜਿਹੜੀ ਇਦੋਂ ਅਗਲੀ ਪੀੜ੍ਹੀ ਹੈ ਉਹ ਕਿਸੇ ਹੋਰ ਤਰੀਕੇ ਨਾਲ ਇਸ ਠੰਡ ਦਾ ਮੁਕਾਬਲਾ ਕਰੇ ਜੀ। ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਕੁਛ ਵੀ ਹੋ ਸਕਦਾ ਆਉਣ ਵਾਲੇ ਸਮਿਆਂ ਦੇ ਵਿੱਚ। ਇਹਦੇ ਬਾਰੇ ਤਾਂ ਨਹੀਂ ਆਪਾਂ ਗੱਲ ਕਹਿੰਦੇ, ਪਰ ਇੱਕ ਗੱਲ ਜ਼ਰੂਰ ਪਤਾ ਹੈ ਵੀ ਇਹਦੇ ਨਾਲ ਸਾਡੇ ਸਰੋਕਾਰ ਬਦਲਦੇ ਨੇ, ਸਾਡੇ ਸਮਾਜਿਕ ਰਿਸ਼ਤੇ ਬਦਲਦੇ ਨੇ, ਸਾਡੇ ਰਹਿਣ ਸਹਿਣ ਬਦਲਦਾ, ਬਹੁਤ ਕੁਛ ਬਦਲ ਜਾਂਦਾ। ਜਿੱਥੇ ਅਸੀਂ ਮੌਸਮਾਂ ਦੀਆਂ ਗੱਲਾਂ ਕਰਦੇ, ਇਹ ਜਿਹੜਾ ਅੱਜ ਦਾ ਸਮਾਂ ਸਾਨੂੰ ਮੌਸਮ ਵੀ ਭੁਲਾ ਦਿੰਦਾ, ਪਤਾ ਨਹੀਂ ਕਿਉਂ ਇਹਦੇ ਇਹ ਸਾਰਾ ਕੁਛ ਬਦਲਣ ਦੇ ਨਾਲ, ਨਵੀਂ ਤਬਦੀਲੀ ਆਉਣ ਦੇ ਨਾਲ ਇੰਨਾ ਸਾਡੇ ਰਹਿਣ ਸਹਿਣ ਬਦਲ ਜਾਂਦਾ, ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ। ਕਿਉਂਕਿ ਬਾਕੀ ਜਦੋਂ ਗੱਲ ਜੀ
ਗੱਲ ਇੱਕ ਹੋਰ ਵੀ ਕਹਿਣੀ ਚਾਹੂੰਗਾ, ਜਿਹੜੀਆਂ ਜ਼ਿੰਮੇਵਾਰੀਆਂ ਸਾਡੇ ਸਿਰ ਤੇ, ਸਾਡੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ, ਸਾਡੇ ਪੰਜਾਬ ਰਹਿੰਦੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ, ਉਹ ਜ਼ਿੰਮੇਵਾਰੀਆਂ ਵੀ ਕਿਤੇ ਨਾ ਕਿਤੇ ਸਾਨੂੰ ਇਹਨਾਂ ਜਿਹੜੇ ਇਹ ਅਹਿਸਾਸ ਆ, ਚਾਹੇ ਉਹ ਗਰਮੀ ਦੀ ਹੈ, ਚਾਹੇ ਉਹ ਸਰਦੀ ਦੀ ਹੈ, ਠੰਡ ਜਿੰਨੀ ਮਰਜ਼ੀ ਹੋਵੇ, ਗਰਮੀ ਜਿੰਨੀ ਮਰਜ਼ੀ ਹੋਵੇ, ਜਦੋਂ ਸਾਨੂੰ ਪਤਾ ਵੀ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਆਪਣੇ ਪਰਿਵਾਰ ਨੂੰ ਸੁੱਖ ਸਹੂਲਤਾਂ ਦੇਣੀਆਂ, ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਉਹਨਾਂ ਟੀਚਿਆਂ ਤੇ ਨਹੀਂ ਪਹੁੰਚ ਸਕਾਂਗੇ ਜਿਹੜੇ ਟੀਚੇ ਲੈ ਕੇ ਅਸੀਂ ਪੰਜਾਬ ਦੀ ਧਰਤੀ ਤੋਂ ਇੱਕ ਝੋਲਾ ਚੱਕ ਕੇ, ਬੈਗ ਚੱਕ ਕੇ ਤੁਰੇ ਸੀ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਜਿਹੜੀਆਂ ਜ਼ਿੰਮੇਵਾਰੀਆਂ ਵੀ ਹੈ ਉਹ ਸਾਡੇ ਮਨ ਨੂੰ ਵੀ ਕਰਦਾ ਕਰਦੀਆਂ ਤੇ ਸਾਨੂੰ ਇੰਨਾ ਕੁ ਸਖ਼ਤ ਬਣਾ ਦਿੰਦੇ ਨੇ ਕਿ ਫਿਰ ਜਿੰਨੀ ਮਰਜ਼ੀ ਠੰਡ ਹੋਵੇ, ਜਿੰਨੀ ਮਰਜ਼ੀ ਗਰਮੀ ਹੋਵੇ, ਫਿਰ ਮਨ ਕਰਦਾ ਕਰਕੇ ਕੰਮ ਤੇ ਤੁਰਨਾ ਹੀ ਪੈਂਦਾ। ਉਹ ਤੁਹਾਡੀ ਗੱਲ ਸਹੀ ਹੈ, ਪਰ ਇੱਕ ਗੱਲ ਜ਼ਰੂਰ ਹੈ ਜੋ ਮੈਨੂੰ ਖੜਕਦੀ ਹੈ, ਹੋ ਸਕਦਾ ਹੈ ਆਉਣ ਵਾਲੇ ਜਿਹੜੇ ਸਾਡੇ ਬਰਾਡਕਾਸਟਰ ਨੇ, ਨਵੀਂ ਪੀੜ੍ਹੀ ਦੇ ਬਰਾਡਕਾਸਟਰ, ਸ਼ਾਇਦ ਉਹਨਾਂ ਨੂੰ ਲੋਕਾਂ ਨੂੰ ਉਹ ਗੱਲਾਂ ਯਾਦ ਚੇਤੇ ਨਹੀਂ ਆਉਣਗੀਆਂ, ਚਾਹੇ ਪੱਤਰਕਾਰ ਹੋਣ ਚਾਹੇ ਬਰਾਡਕਾਸਟਰ ਹੋਣ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਸੀ, ਮਾਂ ਉਹਦੀ ਜਦੋਂ ਛੋਟੀ ਜਿਹੀ ਜੁੰਡੀ ਜਿਹੀ ਸਿਰ 'ਤੇ ਬਣਾ ਕੇ ਇੱਕ ਰੁਮਾਲੀ ਜੀ ਬੰਨ੍ਹ ਕੇ ਸਿਰ 'ਤੇ ਜੂੜੇ ਦੇ ਉੱਤੇ ਤੋਰਦੀ ਸੀ ਅਤੇ ਦਹੀਂ ਖਿਲਾਉਂਦੀ ਸੀ ਜਾਂ ਮਾੜੀ ਮੋਟੀ ਸੇਵਾ ਕਰਕੇ ਤੋਰਦੀ ਸੀ, ਉਹ ਬੱਚਾ ਜਿਹੜਾ ਜਾਣ ਤੋਂ ਪਹਿਲਾਂ ਦੇਖਦਾ ਹੀ ਮੇਰਾ ਪਿਓ 4 ਵਜੇ ਉੱਠ ਕੇ ਬਲਦਾਂ ਨੂੰ ਲੈ ਕੇ ਖੇਤੀ ਕਰਨ ਚਲਿਆ ਗਿਆ। ਜਦੋਂ ਉਹੀ ਬੱਚਾ ਸਕੂਲ ਤੋਂ ਵਾਪਸ ਆਉਂਦਾ ਸੀ, ਉਹ ਫਿਰ ਦੇਖਦਾ ਸੀ ਉਹਦੀ ਮਾਂ ਕਿੰਨੀ ਮਿਹਨਤ ਕਰ ਰਹੀ ਹੈ। ਉਹਦਾ ਜਦੋਂ ਬੱਚਾ ਸੌਣ ਦੀ ਤਿਆਰੀ ਕਰਦਾ, ਉਹ ਫਾਦਰ ਫਿਰ ਉਹ ਆਪਣੇ ਬਲਦਾਂ ਨੂੰ ਘਰ ਲਿਆ ਕੇ ਨਾਲ ਉਹਨੂੰ ਬੱਚੇ ਨੂੰ ਵੀ ਖਿਡਾਉਂਦਾ ਸੀ, ਉਂਗਲੀ ਲਾ ਕੇ ਤੋੜਦਾ ਸੀ, ਕਈ ਵਾਰੀ ਗੱਡੇ 'ਤੇ ਲੈ ਕੇ ਘੁਮਾਉਂਦਾ ਸੀ, ਉਹ ਦਿਖਾਉਂਦਾ ਸੀ ਵੀ ਮੈਂ ਕਿੰਨੀ ਕੁ ਮਿਹਨਤ ਕਰਦਾ। ਬੱਚੇ ਨੂੰ ਯਾਦ ਰਹਿੰਦੀ ਸੀ ਮੇਰੇ ਫਾਦਰ ਨੇ ਜ਼ਿੰਦਗੀ 'ਚ ਕੀ ਕੀਤਾ। ਅੱਜ ਕੱਲ੍ਹ ਸਾਡੇ ਘਰ ਕੋਠੀਆਂ 'ਚ ਬਦਲ ਗਏ ਨੇ, ਉਹ ਬਲਦ ਅਤੇ ਪੰਜਾਲੀਆਂ ਨਹੀਂ ਰਹੀਆਂ, ਉਹ ਗਾਵਾਂ ਮੱਝਾਂ ਵੀ ਸ਼ਾਇਦ ਅਲੋਪ ਹੋ ਰਹੀਆਂ ਨੇ। ਕੋਠੀਆਂ ਦੇ ਵਿੱਚ ਉਹ ਮਾਵਾਂ ਉਹ ਜੁੰਡੀ ਕਰਨ ਵਾਲੀਆਂ ਘੱਟ ਨੇ, ਕਿਉਂਕਿ ਕੋਠੀਆਂ ਦੇ ਵਿੱਚ ਵੀ ਸਫਾਈ ਕਰਨ ਵਾਲੇ ਕਰਮਚਾਰੀ ਬਹੁਤ ਰੱਖ ਲਏ ਨੇ, ਉਹ ਚੀਜ਼ਾਂ ਖਤਮ ਹੋ ਗਈਆਂ ਨੇ, ਤਿਉਹਾਰਾਂ ਦੇ ਰੰਗ ਬਦਲ ਗਏ ਨੇ। ਜਦੋਂ ਗੱਲ ਆਉਂਦੀ ਸੀ ਰੱਖੜੀਆਂ ਦੀ, ਰੱਖੜੀਆਂ ਦਾ ਤਿਉਹਾਰ ਸਭ ਤੋਂ ਪਵਿੱਤਰ ਤਿਉਹਾਰ ਹੈ ਭਾਰਤ ਦੇ ਵਿੱਚ, ਸਮੁੱਚੇ ਭਾਰਤ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਵੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਨੇ ਇੱਕ ਹੱਥੀਂ ਰੱਖੜੀਆਂ ਬਣਾਉਂਦੀਆਂ ਸੀ। ਉਹ ਰੱਖੜੀਆਂ ਇਕੱਲੇ ਆਪਣੇ ਭਾਈਆਂ ਨੂੰ ਨਹੀਂ ਸੀ ਬੰਨ੍ਹਦੀਆਂ, ਭਾਈਆਂ ਦੇ ਹੱਥਾਂ ਨੇ ਸੀ ਨਹੀਂ ਬੰਨ੍ਹਦੀਆਂ, ਉਹ ਕਈ ਵਾਰੀ ਆਪਣੇ ਪਸ਼ੂਆਂ ਦੇ ਨਵ ਜੰਮੇ ਹੋਏ ਬੱਚਿਆਂ ਦੇ ਸਿੰਗਾਂ ਦੇ ਵੀ ਬੰਨ੍ਹ ਦਿੰਦੀਆਂ ਸੀ, ਕਿਤੇ ਹੋਰ ਬੰਨ੍ਹ ਦਿੰਦੀਆਂ ਸੀ। ਉਹ ਸਾਰਾ ਇੱਕ ਕਿਸਮ ਦਾ ਜਿਹੜਾ ਮਾਹੌਲ ਸੀ, ਇੱਕ ਸਮਾਜਿਕ ਤਾਣਾ ਬਾਣਾ ਸੀ, ਉਹ ਲੈ ਕੇ ਆਪਣੇ ਪਰਿਵਾਰ ਤੋਂ, ਬੱਚਿਆਂ ਤੋਂ, ਜਿਹੜੇ ਤੁਹਾਡੇ ਘਰ ਦੇ ਪਸ਼ੂ ਵੀ ਹੁੰਦੇ ਸੀ, ਪੰਛੀ ਜਿਹੜੇ ਸੀ, ਉਹਨਾਂ ਦੇ ਨਾਲ ਵੀ ਜੁੜਿਆ ਹੋਇਆ ਸੀ, ਜਿਹੜਾ ਕਿ ਹੁਣ ਅਲੋਪ ਹੋ ਗਿਆ। ਫਿਰ ਕਿਵੇਂ ਭਾਲਦੇ ਹਾਂ ਅਸੀਂ ਉਹ ਪੁਰਾਣਾ ਸਮਾਂ, ਕਿਵੇਂ ਭਾਲਦੇ ਹਾਂ ਉਹ ਗੱਲਾਂ ਵੀ ਉਹ ਮੁੜ ਕੇ ਆਉਣ। ਅਸੀਂ ਤਾਂ ਇਕੱਲੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਹੀ ਦੇਖਦੇ ਹਾਂ, ਮੈਨੂੰ ਮੇਰੇ ਪੰਜਾਬ ਦੀ ਹਵਾ ਹੀ ਮਿਲ ਜਾਵੇ, ਹਵਾ ਤਾਂ ਹੁਣ ਕੀ ਮਿਲਣੀ ਹੈ, ਸਾਡਾ ਸਭ ਕੁਛ ਹੀ ਅਲੋਪ ਹੋਇਆ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਇਹ ਬਹੁਤ ਔਖੀਆਂ ਨੇ ਵਾਪਸ ਲਿਆਉਣੀਆਂ, ਇਹ ਪਤਾ ਨਹੀਂ ਕਿਵੇਂ ਆਉਣਗੀਆਂ। ਜੀ ਬਿਲਕੁਲ ਜੀ ਬਿਲਕੁਲ, ਇਹ ਜਿਹੜੇ ਮੋਹ ਦੇ ਤੰਦ ਸੀਗੇ, ਜਿਹੜੇ ਆਪਸੀ ਰਿਸ਼ਤਿਆਂ ਦੀ ਮਿਠਾਸ ਸੀ, ਰਿਸ਼ਤਿਆਂ ਦਾ ਨਿੱਘ ਸੀ, ਉਹ ਰਿਸ਼ਤਿਆਂ ਦੇ ਨਿੱਘ ਨੂੰ ਨਵੀਨੀਕਰਨ ਨੇ ਨਿਗਲ ਲਿਆ, ਉਹ ਉਹਨਾਂ ਮੁਲਕਾਂ ਨੇ ਨਿਗਲ ਲਿਆ ਜਿੱਥੇ ਅਸੀਂ ਪੈਸੇ ਦੀ ਦੌੜ ਜਾਂ ਕਹਿ ਲਈਏ ਘਰ ਦੀਆਂ ਮਜਬੂਰੀਆਂ ਕਾਰਨ ਪਹੁੰਚੇ ਸੀ, ਪੰਜਾਬ ਤੋਂ ਦੂਰ ਹੋਏ। ਪੰਜਾਬ ਤੋਂ ਦੂਰ ਹੋਣ ਤੋਂ ਬਾਅਦ ਰਿਸ਼ਤਿਆਂ ਤੋਂ ਦੂਰ ਹੋਏ, ਰਿਸ਼ਤਿਆਂ ਤੋਂ ਦੂਰ ਹੋਣ ਤੋਂ ਬਾਅਦ ਜਿਹੜੀਆਂ ਸਾਡੀਆਂ ਕਦਰਾਂ, ਅਸੀਂ ਕੋਰੇ ਕਰਾਰੇ ਵੀ ਹੋ ਗਈ ਹੈ ਇਹਨਾਂ ਮੁਲਕਾਂ ਦੇ ਰਹਿਣ ਸਹਿਣ ਦੇ ਕਰਕੇ। ਅਗਲੀ ਗੱਲ ਜਿਹੜੀ ਤੁਸੀਂ ਪੰਜਾਬੀ ਸੱਭਿਆਚਾਰ ਦੀ ਕੀਤੀ ਹੈ, ਪੰਜਾਬ ਦੇ ਵਿੱਚ ਜਿਹੜੀ ਹੱਥੀ ਕਿਰਤ ਕਰਕੇ ਕਮਾਈ ਕਰਦੇ ਸੀ, ਜਾਂ ਕਹਿ ਲਈਏ ਵੀ ਆਪਾਂ ਸੀਮਿਤ ਸਾਧਨਾਂ ਦੇ ਵਿੱਚ ਵੱਧ ਕਮਾਈ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ, ਉੱਥੇ ਵੀ ਘਰ ਦੀਆਂ ਸੁਹਾਣੀਆਂ ਜਿਹੜੀਆਂ ਦਰੀਆਂ, ਖੇਸ ਤੇ ਹੋਰ ਜਿਹੜੇ ਸਮਾਨ ਬਣਦੀਆਂ ਸੀ, ਸਿੱਕੂ ਹੋ ਗਏ, ਆਪਣਾ ਊਰੀਆਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ, ਗਲੋਟੇ, ਚਰਖੇ, ਚੱਥੜੇ, ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਨੌਜਵਾਨ ਪੀੜ੍ਹੀ ਤਾਂ ਇਹਨਾਂ ਤੋਂ ਬਿਲਕੁਲ ਹੀ ਸੱਖਣੀ ਹੋ ਜਾਣੀ ਹੈ। ਜਿਹੜੇ ਸਾਡੇ ਤੋਂ ਅਗਲੇ ਜਿਹੜੇ ਬੱਚੇ ਨੇ, ਉਹ ਤਾਂ ਇਹਨਾਂ ਦੇ ਨਾਂ ਤੱਕ ਵੀ ਨੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਯਾਦ ਰਹਿਣੇ, ਉਹਨਾਂ ਦੇ ਜ਼ਹਿਨ ਦੇ ਵਿੱਚ ਵੀ ਕੁਛ ਨੀ ਹੋਣਾ ਕਿ ਚਰਖਾ ਵੀ ਕੋਈ ਚੀਜ਼ ਹੁੰਦੀ ਸੀ ਤੇ ਚਰਖੇ ਤੇ ਐਂ ਸੂਤ ਕੱਤਿਆ ਜਾਂਦਾ ਸੀ
ਉਸ ਤੋਂ ਬਾਅਦ ਉਹਦਾ ਗਲੋਟਿਆਂ ਤੇ ਗਲੋਟਿਆਂ ਦੇ ਜਿਹੜੇ ਟੇਰਨ ਤੇ ਉਹ ਬੜਾ ਚਿੱਕੂ ਬਣਾਏ ਜਾਂਦੇ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਖੇਸ ਬੁਣੇ ਜਾਂਦੇ ਸੀ ਜਾਂ ਦਰੀਆਂ ਬੁਣੀਆਂ ਜਾਂਦੀਆਂ ਸੀ। ਇਹਨਾਂ ਸਾਰੀਆਂ ਜਿਹੜੇ ਸਾਡੇ ਰਵਾਇਤੀ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਇਹਨਾਂ ਤੋਂ ਖਿੱਚ ਲੈ ਕੇ ਅਸੀਂ ਸੱਖਣੇ ਹੋ ਜਾਵਾਂਗੇ ਤੇ ਮੈਨੂੰ ਲੱਗਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਇਹਨਾਂ ਚੀਜ਼ਾਂ ਨੂੰ ਜਿਉਂਦਾ ਰੱਖਣ ਦੀ ਇਹਨਾਂ ਚੀਜ਼ਾਂ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਦੀ ਪਰ ਜਿਹੜਾ ਨਵੀਨੀਕਰਨ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਿਗਲ ਗਿਆ ਟਵਾਣਾ ਸਾਹਿਬ ਤੇ ਸਾਡੀ ਜਿਹੜੀ ਰਵਾਇਤ ਸੀ ਸਾਡਾ ਜਿਹੜੇ ਸਾਂਝੇ ਪਰਿਵਾਰਾਂ ਦੇ ਮੋਹ ਪਿਆਰ ਸੀ ਉਹ ਜਿਹੜੇ ਹੁਣ ਆਪਣੇ ਵਰਗੇ ਨੇ ਜਿਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਣਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਮੈਨੂੰ ਲੱਗਦਾ ਕਿ ਅਸੀਂ ਉਸ ਪੀੜ੍ਹੀ ਦੇ ਵਿੱਚ ਆ ਜਾਂਦੇ ਹਾਂ ਜਿਹਨਾਂ ਨੇ ਵੱਡੇ ਵੱਡੇ ਕੱਖ ਵੀ ਦੇਖੇ ਆ ਘਰਾਂ ਦੇ ਜਿਹਦੇ ਵਿੱਚ ਚਾਰ ਚਾਰ ਭਰਾ ਇਕੱਠੇ ਰਹਿੰਦੇ ਸੀ ਦਾਦਾ ਦਾਦੀ ਮਾਂ ਪਿਓ ਸਾਰੇ ਇਕੱਠੇ ਰਹਿੰਦੇ ਇਕੱਠੇ ਵਾਹੀ ਕੰਮ ਕਰਨੇ ਸਾਰਾ ਕੁਛ ਘਿਓ ਕੱਢਣੇ ਜਿਹੜੇ ਦੁੱਧ ਰਿੜਕਣੇ ਤੇ ਪਸ਼ੂਆਂ ਦੇ ਮਤਲਬ ਕਹਿ ਲਓ ਵੀ ਜੀ ਵੀ ਪਸ਼ੂ ਰੱਖੇ ਹੁੰਦੇ ਤੇ ਉਹਨਾਂ ਪਸ਼ੂਆਂ ਨੂੰ ਸਾਂਭਣਾ ਉਹਨਾਂ ਨੂੰ ਪਾਣੀ ਪਿਆਉਣਾ ਨੀਰਾ ਪੱਠਾ ਕਰਨਾ ਤੇ ਉਸ ਤੋਂ ਬਾਅਦ ਅਸੀਂ ਇਹ ਵੀ ਦੇਖਿਆ ਕਿ ਕਿਵੇਂ ਕਿਵੇਂ ਇਹ ਜਿਹੜੇ ਪਸ਼ੂ ਸੀਗੇ ਸਾਡੀਆਂ ਖੁਰਲੀਆਂ ਤੋਂ ਅਲੋਪ ਹੋ ਗਏ ਜਿਹੜੀਆਂ ਸਾਡੀਆਂ ਚਾਟੀਆਂ ਤੇ ਮਧਾਣੀਆਂ ਉਹ ਵੀ ਮਸ਼ੀਨਾਂ ਦੇ ਵਿੱਚ ਬਦਲ ਗਈਆਂ ਤੇ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਆ ਗਈ ਕਿਵੇਂ ਸਾਡੇ ਬਲਦ ਗਾਇਬ ਹੋਏ ਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਤੇ ਕਿਵੇਂ ਹੁਣ ਟਰੈਕਟਰਾਂ ਤੋਂ ਬਾਅਦ ਵੱਡੀਆਂ ਵੱਡੀਆਂ ਕੰਬਾਈਨਾਂ ਤੇ ਏਸੀ ਵਾਲੇ ਟਰੈਕਟਰ। ਮੈਂ ਕਹਿੰਦਾ ਸਭ ਤੋਂ ਜ਼ਿਆਦਾ ਜਿਹੜਾ ਬਦਲਾਅ ਇਸ ਟਾਈਮ ਦੇਖਣ ਵਾਲੀ ਪੀੜ੍ਹੀ ਉਹ ਸਾਡੀ ਪੀੜ੍ਹੀ ਹੋਊਗੀ ਜਿਹਨਾਂ ਨੇ ਇਹ ਸਾਰਾ ਕੁਝ ਬਦਲਦੇ ਦੇਖਿਆ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਕਿਵੇਂ ਪ੍ਰਾਪਤਨ ਜਿਹੜੀਆਂ ਚੀਜ਼ਾਂ ਸੀ ਉਹ ਅਲੋਪ ਹੋਈਆਂ ਤੇ ਕਿਵੇਂ ਨਵੇਂ ਸੰਦ ਆ ਜਿਹੜੇ ਉਹ ਸਾਡੇ ਹੱਥਾਂ ਦੇ ਵਿੱਚ ਆਏ। ਬਰਾੜ ਸਾਹਿਬ ਇਕੱਲੇ ਉਹ ਨਹੀਂ, ਅਸਲੀ ਗੱਲ ਤਾਂ ਦੇਖਣ ਨੂੰ ਇਹ ਮਿਲ ਰਹੀ ਹੈ ਜਿਹੜੀ ਵੱਡੀ ਗੱਲ ਅੱਜ ਕੱਲ੍ਹ ਮਿਲ ਰਹੀ ਹੈ। ਪਹਿਲੇ ਜ਼ਮਾਨੇ ਦੇ ਵਿੱਚ ਚਲੋ ਜਦ ਤੁਸੀਂ ਜ਼ਿਕਰ ਕੀਤਾ ਕਿ ਵੱਡੇ ਪਰਿਵਾਰ ਸਾਂਝੇ ਪਰਿਵਾਰ ਮਾਂ ਪਿਓ ਨਾਲ ਦਾਦਾ ਦਾਦੀ ਨਾਲ ਨਾਨਾ ਨਾਨੀਆਂ ਦੀਆਂ ਵੀ ਕਹਾਣੀਆਂ ਚੱਲਦੀਆਂ ਨੇ, ਬੜਾ ਕੁਛ ਹੁੰਦਾ ਸੀ। ਹੁਣ ਤਾਂ ਸਿੰਗਲ ਪਰਿਵਾਰ ਹੋ ਗਏ, ਹਸਬੈਂਡ ਵਾਈਫ ਇਕੱਠੇ ਹੁੰਦੇ ਜਾਂ ਬੱਚੇ ਹੁੰਦੇ ਨੇ। ਅੱਜ ਕੱਲ੍ਹ ਆਉਣ ਵਾਲਾ ਸਮਾਂ ਅਜਿਹਾ ਆ ਗਿਆ ਕਿ ਹੁਣ ਤਾਂ ਫੇਸਬੁੱਕ 'ਤੇ ਹੀ ਗੱਲਾਂ ਹੁੰਦੀਆਂ ਨੇ, ਫੇਸ ਟਾਈਮ 'ਤੇ ਹੀ ਗੱਲਾਂ ਹੁੰਦੀਆਂ ਨੇ ਵੀ ਘਰ ਵਾਲੀ ਕਿਤੇ ਬੈਠੀ ਆ, ਘਰ ਵਾਲਾ ਕਿਤੇ ਬੈਠਾ ਜੋਬ ਕਰਦਾ ਵਿਚਾਰਾ, ਬੱਚੇ ਕਿੱਥੇ ਬੈਠੇ ਨੇ ਜਾਂ ਬੱਚੇ ਕਾਲਜ ਗਏ ਨੇ, ਉਹ ਫੇਸ ਟਾਈਮ 'ਤੇ ਹੀ ਗੱਲਾਂ ਹੋ ਰਹੀਆਂ ਨੇ। ਭਾਈ ਠੀਕ ਹੈ, ਕਿਵੇਂ ਰੋਟੀ ਖਾ ਲਈ ਟਾਈਮ 'ਤੇ ਕਿ ਨਹੀਂ ਖਾ ਲਈ, ਸਕੂਲ ਜਾਣ ਦਾ ਜਾਂ ਕਾਲਜ ਜਾਣ ਦਾ ਸਟੱਡੀ ਪੂਰੀ ਹੋ ਗਈ ਜਾਂ ਨਹੀਂ ਹੋ ਗਈ, ਘਰ ਵਾਲੀ ਨੂੰ ਕਹਿਣਾ ਤੂੰ ਆਪਣੀ ਜਾਬ 'ਤੇ ਜਾ ਆਈ, ਕਿਵੇਂ ਆ ਹੁਣ ਬਿੱਲ ਬੁੱਲ ਪੇ ਕਰਤੇ ਕਿ ਨਹੀਂ ਕਰਤੇ, ਕੋਈ ਰਹਿੰਦੇ ਆ ਜੇ? ਅੱਜ ਕੱਲ੍ਹ ਫੇਸ ਟਾਈਮ 'ਤੇ ਚੱਲ ਰਿਹਾ, ਸ਼ਾਇਦ ਇਹ ਤੋਂ ਵੀ ਕੋਈ ਅਗਲੀ ਗੱਲ ਆ ਜਾਵੇ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਨਹੀਂ ਸਕਦੇ ਕੁਛ। ਬਿਲਕੁਲ ਜੀ ਬਿਲਕੁਲ, ਇਹ ਫਿਰ ਆਪਾਂ ਉੱਥੇ ਆ ਗਏ ਹਾਂ ਕਿ ਜ਼ਿੰਮੇਵਾਰੀਆਂ ਨੇ, ਜ਼ਿੰਮੇਵਾਰੀਆਂ ਅਸੀਂ ਆਪਣੇ ਸਰਕਲ ਇੰਨੇ ਕੁ ਵਧਾ ਲਏ, ਅਸੀਂ ਖਰਚੇ ਇੰਨੇ ਕੁ ਵਧਾ ਲਏ ਆ ਕਿ ਜਿਹਨਾਂ ਦੀ ਪੂਰਤੀ ਵਾਸਤੇ ਅਸੀਂ ਲਗਾਤਾਰ ਭੱਜ ਦੌੜ ਕਰ ਰਹੇ ਹਾਂ। ਜੇ ਇਹਨਾਂ ਮੁਲਕਾਂ ਦੀ ਗੱਲ ਕਰੀਏ ਤਾਂ ਸਾਰਾ ਕੁਛ ਹੈ ਜਿਹੜਾ ਸਾਨੂੰ ਉਹ ਇੱਕ ਲੋਨ ਦੇ ਰੂਪ ਦੇ ਵਿੱਚ ਬੈਂਕਾਂ ਤੋਂ ਮਿਲ ਜਾਂਦਾ ਤੇ ਉਸ ਤੋਂ ਬਾਅਦ ਉਹਦੀਆਂ ਕਿਸ਼ਤਾਂ ਭਰਨ ਦੇ ਵਿੱਚ ਅਸੀਂ ਇੰਨੇ ਖੁੱਲਦ ਜਾਂਦੇ ਹਾਂ ਕਿ ਸਾਨੂੰ ਜਿਹੜੇ ਪਰਿਵਾਰ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ, ਪਰਿਵਾਰਕ ਜ਼ਿੰਮੇਵਾਰੀਆਂ ਬਣਦੀਆਂ ਕਿ ਬੱਚਿਆਂ ਦੀ ਦੇਖ ਰੇਖ, ਬੱਚਿਆਂ ਨੂੰ ਟਾਈਮ ਦੇਣਾ, ਪਰਿਵਾਰ ਨੂੰ ਟਾਈਮ ਦੇਣਾ, ਮਾਪਿਆਂ ਨੂੰ ਟਾਈਮ ਦੇਣਾ, ਉਦੋਂ ਤੋਂ ਉਸ ਤੋਂ ਅਸੀਂ ਕਿਤੇ ਨਾ ਕਿਤੇ ਖੁੱਲਦੇ ਜਾ ਰਹੇ ਹਾਂ ਤੇ ਹਾਲਾਤ ਇਸ ਤੋਂ ਬਦਤਰ ਹੋਣ ਦੀ ਉਮੀਦ ਕੀਤੀ ਜਾ ਸਕਦੀ। ਇਸ ਨੂੰ ਬਦਲਣਾ ਬਹੁਤ ਔਖਾ ਹੈ ਕਿਉਂਕਿ ਇਸ ਜੰਜਾਲ ਦੇ ਵਿੱਚ ਜਾਂ ਇਸ ਝੰਡੜ ਦੇ ਵਿੱਚ ਇਸ ਤਰੀਕੇ ਨਾਲ ਫਸਦੇ ਜਾਂਦੇ ਹਾਂ, ਇਸ ਤਰੀਕੇ ਨਾਲ ਅਸੀਂ ਅੱਗੇ ਵੱਧਦੇ ਜਾਂਦੇ ਹਾਂ ਕਿ ਕਾਰ ਤੋਂ ਵੱਡੀ ਕਾਰ, ਵੱਡੀ ਕਾਰ ਤੋਂ ਉਸ ਤੋਂ ਵੱਡੀ ਕਾਰ, ਛੋਟੇ ਘਰ ਤੋਂ ਵੱਡਾ ਘਰ, ਵੱਡੇ ਘਰ ਤੋਂ ਫਿਰ ਬੰਗਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹ ਜਿਹੜੀਆਂ ਮਨੁੱਖ ਦੀਆਂ ਇੱਛਾਵਾਂ ਨੇ, ਇਹ ਇੱਛਾਵਾਂ ਇਸ ਤਰ੍ਹਾਂ ਜਕੜ ਕੇ ਰੱਖ ਦਿੰਦੀਆਂ ਕਿ ਪਰਿਵਾਰਕ ਰਿਸ਼ਤਿਆਂ ਤੇ ਪਰਿਵਾਰਕ ਤਾਣੇ ਬਾਣੇ ਤੋਂ ਦੂਰ ਹੋ ਕੇ ਜੇ ਉਹ ਇਹਨਾਂ ਨੂੰ ਨਿਗਲਣ ਦਾ ਵੀ ਜਿਹੜਾ ਵੱਡਾ ਕਾਰਨ ਇਹੀ ਹੈ ਕਿ ਸਾਡੀਆਂ ਇੱਛਾਵਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਉਂਦਾ, ਸਾਡੀਆਂ ਜ਼ਿੰਮੇਵਾਰੀਆਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਉਂਦਾ ਤੇ ਸਾਡੇ ਸਾਂਝੇ ਪਰਿਵਾਰਾਂ ਨੂੰ, ਸਾਡੇ ਰਿਸ਼ਤਿਆਂ ਨੂੰ, ਸਾਡੇ ਮਾਪਿਆਂ ਨੂੰ ਇਹ ਸਾਰੀਆਂ ਚੀਜ਼ਾਂ ਨਿਗਲ ਕੇ ਖਾ ਗਈਆਂ ਜੀ। ਸਭ ਤੋਂ ਵੱਡੀ ਗੱਲ ਬਰਾੜ ਸਾਹਿਬ, ਸੋਰੀ ਮੈਂ ਆਪਣੇ ਮੁੱਦਿਆਂ ਵੱਲ ਨਹੀਂ ਜਾ ਰਿਹਾ, ਮੈਂ ਆਪਣੇ ਥੋੜੀਆਂ ਪਰਸਨਲ ਗੱਲਾਂ ਵੱਲ ਜਾ ਰਿਹਾ। ਕਈ ਵਾਰੀ ਚੱਲਦੇ ਕੰਮਾਂ ਦੇ ਵਿੱਚ ਇਹ ਕੰਮ ਵੀ ਗੱਲਾਂ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਗਿਣ ਮਿੱਥ ਕੇ ਨਹੀਂ ਕਰਦੇ, ਸਹਿ ਸੁਭਾਅ ਸਾਡੇ ਮੂੰਹ ਤੋਂ ਨਿਕਲ ਜਾਂਦੀਆਂ ਨੇ।
ਆਉਣ ਵਾਲਾ ਸਮਾਂ ਜਿਹੜਾ ਹੁਣ ਮਾਂ ਬਾਪ ਨੂੰ ਇੱਕ ਇੱਕ ਪਾਸੇ ਫਿਕਰਾਂ 'ਚ ਪਾ ਰਿਹਾ, ਸਭ ਤੋਂ ਵੱਡੇ ਫਿਕਰਾਂ ਦੇ ਵਿੱਚ ਪਾਇਆ ਹੋਇਆ, ਜਿੱਥੇ ਪੰਜਾਬ ਦੇ ਵਿੱਚ ਆਪਾਂ ਗੱਲ ਪੰਜਾਬ ਦੀ ਗੱਲ ਕਰਦੇ ਹਾਂ, ਇਹ ਗੱਲ ਕਈ ਵਾਰੀ ਵਿਦੇਸ਼ਾਂ ਦੇ ਵਿੱਚ ਵੀ ਜੁੜੀ ਹੋਈ ਹੈ ਵੀ ਸਾਡੇ ਬੱਚੇ ਕਿਤੇ ਗਲਤ ਰਾਹਾਂ 'ਤੇ ਤਾਂ ਨਹੀਂ ਜਾ ਰਹੇ, ਸਾਡੇ ਬੱਚੇ ਉਹ ਰਸਤਿਆਂ 'ਤੇ ਨਹੀਂ ਚੱਲ ਰਹੇ ਜਿੱਥੇ ਉਹਨਾਂ ਨੂੰ ਵਾਪਸ ਮੁੜਨਾ ਔਖਾ ਹੋ ਜਾਵੇ, ਚਾਹੇ ਉਹ ਨਸ਼ੇ ਦੇ ਵਿੱਚ ਗਲਤਾਨ ਹੋਣ ਦੀ ਗੱਲ ਹੋਵੇ, ਚਾਹੇ ਨਸ਼ੇ ਵੇਚਣ ਦੀ ਹੋਵੇ, ਬਿਜ਼ਨਸ ਅਜਿਹਾ ਹੋਵੇ ਜਿਹਨੂੰ ਆਪਾਂ, ਜਾਂ ਫਿਰ ਅਜਿਹੇ ਮਾੜੇ ਕੰਮਾਂ ਜਿਹਨੂੰ ਆਪਾਂ ਗੈਂਗਸਟਰ ਕਹਿ ਦਿੰਦੇ ਹਾਂ, ਮਾੜੇ ਕੰਮਾਂ ਚਲੇ ਜਾਂਦੇ ਨੇ, ਫਿਰ ਹੌਲੀ ਹੌਲੀ ਅੱਜ ਕੱਲ੍ਹ ਇੱਥੇ ਜਾ ਕੰਮ ਹੋ ਗਿਆ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਬੱਚਿਆਂ ਨੂੰ ਇਹ ਨਹੀਂ ਕਹਿ ਸਕਦੇ ਭਾਈ ਹੁਣ ਸਮਾਂ ਆ ਗਿਆ, ਹੁਣ ਮੌਕਾ ਆ ਗਿਆ, ਮੇਰੀ ਉਮਰ ਵੀ ਜਿਹੜੀ ਕਾਫੀ ਅੱਗੇ ਲੰਘਦੀ ਜਾ ਰਹੀ ਹੈ, ਭਾਈ ਤੂੰ ਹੁਣ ਸ਼ਾਦੀ ਸ਼ੁਦੀ ਦੀ ਗੱਲ ਕਰ, ਆਪਣਾ ਜੀਵਨ ਸਾਥੀ ਤੇਰੇ ਬਾਰੇ ਅਸੀਂ ਗੱਲ ਸੋਚੀਏ। ਪਹਿਲਾਂ ਉਹ ਕਹਿੰਦਾ ਬੱਚਾ, ਇਹ ਕਹਿੰਦਾ ਮੁੰਡਾ ਚਾਹੇ ਹੋਵੇ ਚਾਹੇ ਕੁੜੀ ਹੋਵੇ, ਵੀ ਸਾਡੇ ਬਾਰੇ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਅਜੇ ਤਾਂ ਸਾਡਾ ਸਮਾਂ ਨਹੀਂ ਹੋਇਆ ਇੱਧਰਲੇ ਪਾਸੇ ਜਾਣ ਦਾ। ਪਰ ਹੌਲੀ ਹੌਲੀ ਮੇਰੇ ਵਰਗਾ ਫਿਰ ਖਿੱਚ ਧੂ ਕਰਕੇ ਕਹਿੰਦਾ ਭਾਈ ਹੁਣ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਸਾਂਝੇ ਆਪਣੇ ਬੰਦ ਕਰ ਜਾਵਾਂ, ਪਰ ਇੱਕ ਗੱਲ ਜ਼ਰੂਰ ਮੈਂ ਚਾਹੁੰਦਾ, ਮੇਰੀ ਤਮੰਨਾ ਮੇਰੀ ਹੁੰਦੇ ਵਿਆਹ ਖੁਸ਼ੀਆਂ ਵੀ ਪੂਰੀਆਂ ਕਰ ਜਾਈਏ। ਉਹ ਤੁਹਾਡੇ ਕਰਦੇ ਕਰਾਉਂਦੇ ਕਿਤੇ ਗੱਲ ਇੱਥੇ ਵੀ ਆ ਕੇ ਨਿਬੜ ਜਾਂਦੀ ਹੈ, ਜਦੋਂ ਮੁੰਡਾ ਜਾਂ ਕੁੜੀ ਘਰ ਲਿਆ ਕੇ ਤੁਹਾਨੂੰ ਇੱਕ ਫੋਟੋ ਜੀ ਦਿਖਾ ਕੇ ਕਹਿੰਦਾ ਵੀ ਮੈਂ ਤਾਂ ਕੁੜੀ ਜਾਂ ਮੁੰਡਾ ਲੱਭ ਲਿਆ, ਡੈਡੀ ਤੈਨੂੰ ਪਸੰਦ ਹੈ ਜਾਂ ਨਹੀਂ ਆਹ ਦੇਖ, ਫਿਰ ਉੱਥੇ ਕਈ ਵਾਰੀ ਮਜਬੂਰੀ ਦੇ ਵਿੱਚ ਇਹ ਕਹਿਣਾ ਪੈ ਜਾਂਦਾ ਭਾਈ ਠੀਕ ਹੈ ਤੂੰ ਜੋੜਾ ਕੀਤਾ ਚਲੋ ਆਪਾਂ ਇੱਦਾਂ ਹੀ ਸਹੀ। ਸਮਝੌਤਾਬਾਦੀ ਅੱਜ ਕੱਲ੍ਹ ਪੇਰੈਂਟਸ ਹੁੰਦੇ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ, ਭਾਰਤ ਦੇ ਵਿੱਚ ਇਹ ਚੀਜ਼ ਹੋਰ ਪਾਸੇ ਜਾ ਰਹੀ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਜਾਤਾਂ ਦੇ ਨਾਲ ਜੁੜੀ ਹੋਈ ਹੈ, ਧਰਮਾਂ ਦੇ ਨਾਲ ਗੱਲ ਜੁੜੀ ਹੋਈ ਹੈ, ਕਿਉਂਕਿ ਗੱਲਾਂ ਨਹੀਂ ਬਣਦੀਆਂ ਤੁਹਾਡਾ ਉਹਨਾਂ ਨਾਲ ਰੋਜ਼ ਦਾ ਮਿਲਣ ਜਿਹੜਾ ਕਦੇ ਕਦੇ ਮਿਲਣ ਰਿਸ਼ਤੇਦਾਰੀ ਦਾ ਮਸਲਾ ਉਹ ਪ੍ਰੋਬਲਮ ਖੜੀ ਕਰ ਦਿੰਦਾ, ਪੰਗੇ ਪਾ ਦਿੰਦਾ, ਇਸੇ ਕਰਕੇ ਸਮਝੌਤਾ ਨਹੀਂ ਹੁੰਦਾ। ਹੁਣ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਇਹ ਗੱਲ ਚੱਲੀ ਹੋਈ ਹੈ, ਪੇਰੈਂਟਸ ਇੱਥੇ ਤੱਕ ਇਹ ਕਹਿਣ ਲੱਗੇ ਵੀ ਲੈ ਕੇ ਤਾਂ ਜੋ ਕੁਛ ਵੀ ਹੈ ਤੈਨੂੰ ਪਸੰਦ, ਇੱਕ ਵਾਰੀ ਘਰੇ ਤਾਂ ਲਿਆ, ਘੱਟ ਤੋਂ ਘੱਟ ਅਸੀਂ ਆਉਣ ਵਾਲੀ ਪੀੜ੍ਹੀ ਦਾ ਦੇਖ ਤਾਂ ਲਈਏ ਵੀ ਉਹ ਕਿੱਧਰ ਨੂੰ ਜਾ ਰਹੀ, ਕਿਵੇਂ ਆਨੰਦ ਤਾਂ ਮਾਣ ਲਈ ਆਪਣੇ ਪੋਤੇ ਪੋਤੀਆਂ ਦਾ, ਦੋਹਤੇ ਦੋਹਤੀਆਂ ਦਾ, ਜੋ ਵੀ ਜਿੱਥੇ ਤੱਕ ਗੱਲ ਚੱਲਦੀ ਹੈ। ਪਰ ਜੇ ਸਮਾਂ ਇੱਦਾਂ ਬਦਲ ਹੀ ਰਿਹਾ, ਸਾਰਾ ਕੁਛ ਹੋ ਹੀ ਰਿਹਾ, ਸਾਨੂੰ ਪਤਾ ਵੀ ਹੈ ਕਿ ਤੁਹਾਨੂੰ ਕਿਵੇਂ ਲੱਗਦਾ ਬਰਾੜ ਸਾਹਿਬ, ਇਹਦੇ ਵਿੱਚ ਕਿੰਨਾ ਕੁ ਔਖਾ ਇਹ ਗੱਲ ਨੂੰ ਸਹਿਣ ਕਰਨਾ, ਇਸ ਜ਼ਹਿਰ ਨੂੰ ਪੀਣਾ ਕਿੰਨਾ ਕੁ ਔਖਾ ਉਹਨਾਂ ਪੇਰੈਂਟਸ ਵਾਸਤੇ, ਉਹਨਾਂ ਮਾਪਿਆਂ ਦੇ ਵਾਸਤੇ, ਜਦੋਂ ਬੱਚੇ ਅਜਿਹੀ ਮੁਸੀਬਤ ਖੜੀ ਕਰਦੇ ਨੇ। ਕਈ ਵਾਰੀ ਬੱਚੇ ਸਹੀ ਹੁੰਦੇ ਨੇ, ਪੇਰੈਂਟਸ ਗਲਤ ਫੈਸਲੇ ਵੀ ਕਰਦੇ ਨੇ। ਜੀ ਬਿਲਕੁਲ, ਤੁਹਾਡਾ ਸਾਹਿਬ ਹਾਲਾਤ ਬਦਲ ਰਹੇ, ਸਮਾਂ ਬਦਲ ਰਿਹਾ, ਜਿਵੇਂ ਜਿਵੇਂ ਸਮਾਂ ਬਦਲ ਰਿਹਾ ਬੱਚੇ ਐਡਵਾਂਸ ਹੋ ਰਹੇ ਆ, ਐਡਵਾਂਸ ਹੋਣ ਦੇ ਨਾਲ ਨਾਲ ਬੱਚੇ ਇਹ ਵੀ ਚਾਹੁੰਦੇ ਆ ਕਿ ਅਸੀਂ ਆਪਣੀ ਮਰਜ਼ੀ ਦਾ ਜੀਵਨ ਸਾਥੀ ਲੱਭੀਏ। ਪਹਿਲਾਂ ਅਸੀਂ ਆਪਣੇ ਜਿਹੜਾ ਜੀਵਨ ਸਾਥੀ ਅਸੀਂ ਬਣਾਉਣਾ ਉਹਦੇ ਨਾਲ ਕੁੱਝ ਸਮਾਂ ਬਿਤਾਈਏ, ਤੇ ਬਿਤਾਉਣ ਤੋਂ ਬਾਅਦ ਜਿਹੜਾ ਉਸਨੂੰ ਸਮਝ ਕੇ ਇੱਕ ਦੂਜੇ ਨੂੰ ਫੇਰ ਅਸੀਂ ਜਿਹੜੀ ਹੈ ਜੀਵਨ ਦੀਆਂ ਨਵੀਆਂ ਲੀਹਾਂ ਤੇ, ਜਿਹਨੂੰ ਆਪਾਂ ਵਿਆਹ ਕਹਿੰਦੇ ਹਾਂ, ਜਾਂ ਇੱਕ ਰਿਸ਼ਤੇ ਨੂੰ ਬੰਨ ਕੇ ਰੱਖਣ ਦੇ ਵਿੱਚ ਅਸੀਂ ਕਦਮ ਪੁੱਟੀਏ। ਸੋ ਮਾਪਿਆਂ ਵਾਸਤੇ ਬਿਲਕੁਲ ਇਹ ਇੱਕ ਜਿਹੜੀ ਚੀਜ਼ ਹੈ ਇਹ ਬੜੀ ਹੀ ਕਠੋਰ ਹੈ ਕਿ ਮਾਪਿਆਂ ਤੋਂ ਬਿਨਾਂ ਪੁੱਛੇ ਜਾਂ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਬੱਚੇ ਵੱਲੋਂ ਆਪਣਾ ਜੀਵਨ ਸਾਥੀ ਬਣਾ ਲੈਣਾ, ਜੀਵਨ ਸਾਥੀ ਲੱਭ ਲੈਣਾ। ਕਾਰਨ ਫਿਰ ਉਹੀ ਆ ਜਾਂਦਾ ਹੈ ਕਿ ਕੋਈ ਵੀ ਮਾਂ ਪਿਓ ਹੈ ਜਿਹੜਾ, ਜਿਵੇਂ ਆਪਾਂ ਚਲੋ ਆਪਣੀ ਗੱਲ ਹੀ ਕਰ ਲਈਏ, ਆਪਾਂ ਆਪਣੇ ਜੀਵਨ ਸਾਥੀ ਲੱਭੇ ਜਾਂ ਆਪਣੇ ਜੀਵਨ ਸਾਥੀ ਬਣਾਏ ਆ, ਤਾਂ ਉਹਦੇ ਵਿੱਚ ਸਾਡੇ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ। ਮਾਪਿਆਂ ਦੇ ਨਾਲ ਨਾਲ ਸਾਡੇ ਰਿਸ਼ਤੇਦਾਰਾਂ ਦਾ, ਸਾਡੇ ਚਾਚੇ ਤਾਏ ਮਾਮੇ ਮਾਸੀਆਂ ਦਾ, ਸਾਡੀ ਭੂਆ ਦਾ ਹੱਥ ਹੈ। ਉਹਨਾਂ ਨੇ ਇਸ ਰਿਸ਼ਤੇ ਨੂੰ ਲੱਭਣ ਦੇ ਵਿੱਚ ਸਾਡੇ ਮਾਂ ਪਿਓ ਦੀ ਮਦਦ ਕੀਤੀ, ਤੇ ਇੱਕ ਪਰਿਵਾਰਕ ਮੇਲ ਦੇਖ ਕੇ, ਆਪਣਾ ਬਰਾਬਰ ਦਾ, ਆਪਣੇ ਬਰਾਬਰ ਪੱਧਰ ਦਾ ਪਰਿਵਾਰ ਦੇਖ ਕੇ, ਤੇ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਜਾਤ ਗੋਤ ਸਾਰਾ ਕੁਝ ਵਿਚਾਰ ਕੇ ਫਿਰ ਰਿਸ਼ਤਾ ਨੇਪਰੇ ਚੜ੍ਹਦਾ, ਤਾਂ ਹਰ ਇੱਕ ਮਾਂ ਪਿਓ ਦੀ ਇੱਕ ਇੱਛਾ ਜ਼ਰੂਰ ਹੁੰਦੀ ਹੈ ਕਿ ਅਸੀਂ ਵੀ ਜਿਹੜੇ ਸਾਡੇ ਮਾਂ ਪਿਓ ਨੇ ਸਾਡੇ ਵਾਸਤੇ ਇੱਕ ਸਹੀ ਮੇਲ ਲੱਭਿਆ, ਇੱਕ ਸਹੀ ਰਿਸ਼ਤਾ ਲੱਭਿਆ, ਤੇ ਅਸੀਂ ਵੀ ਆਪਣੇ ਬੱਚੇ ਵਾਸਤੇ ਇੱਕ ਸਹੀ ਮੇਲ ਲੱਭੀਏ, ਇੱਕ ਸਹੀ ਰਿਸ਼ਤਾ ਲੱਭੀਏ।
पर बच्चे एडवांस हो गए है, बच्चे थोड़ा जा मैं लगता कि साड़ी उम्र तो अगे सोचते हैं। हालांकि वह कह रहे हैं कि असी थोड़े तो अगे सोचते हैं, थोड़े तो वध सोचते हैं, पर उन्होंने समझ किन्नी है वह उस रिश्ते तो अपना तो बाद पता लगता जो घर के भांडे खड़कन लग जाते हैं, जो घर आपसी टकराव बढ़ जाते हैं इन रिश्तों के। सो ये बिल्कुल तुहाडी गल सही है कि वह मापियां नूं जिहड़ा कौड़ा घुट भरना पैंदा, भरना तां पैंदा कि साडा बच्चा चलो बच्चा खुश रहे, जो करदा उहदी मनमर्जी करन वास्ते उहनूं आजादी भी दे दित्ती जांदी है, पर अंदरों अंदरी जिहड़ी सिसक है जिहड़ा अंदरों अंदरी उहनां दे उह चीज रड़कदी रहिंदी है, तां उमर रड़कदी है कि असी अपने मापियां दी मर्जी नाल जां मापियां दी सहमति नाल अपने रिश्ते कायम कीते सी, पर अज साडे बच्चे साडे तो बाहरे होके साडे तो बाहर होके रिश्ते बना रहे ने जां अपना जीवन साथी लभ रहे ने। तां विदेशां दे विच तां इह वी तुहाडी गल जिस तरह तुसीं पहला जिक्र कीता कि जात गोत ते रंग रूप दा वी जिहड़ा भेद नहीं कीता जांदा, बच्चे अपनी पसंद देखदे अपनी मर्जी देखदे आ। हुण तां हालात पंजाब दे विच वी कुछ इसे तरह दे हो गए आ कि पहला रिश्ता कायम किया जाता, फिर उस रिश्ते परखिया जाता, परखण तो बाद ही उस रिश्ते दे विच पक्की गंढ मारी जाती है, पक्के तौर पर उस रिश्ते अपनाया जाता है। तो कित ना कि इस माम इन मामलों के असं ये भी देखते हैं कि मापे है जेड़े चाहे मुंडे के हो चाहे कुड़ी के होन, इन्हों रिश्तों प्रवानगी भी नहीं देंगे दे, प्रवानगी ना देंदे हुए कई बार इन रिश्तों लैके तकरारा इतों तक पहुंच जाती है कि कुड़ी वाले मुंडे जिहड़ा है नुकसान पहुंचाने तक भी चले जाते हैं, उन्होंने मारन तक भी चले जाते हैं। ये पंजाब के हालात ने, पंजाब दीआं गल्लां ने। सो विदेशी धरती से रिश्ते अपनाउण तो बिना मैनूं लगता कि मापियां नूं एक्सैप्ट करन तो बिना होर कोई राह बचदा नहीं है, पर चीस ता उमर है जिहड़ी उह वधदी रहिंदी है, उह सट जिहड़ी उह उसे तरह हरी रहिंदी है। जी बिल्कुल, तुसीं जिवें जिक्र कीता चीस उह वधदी रहिंदी है ते वधदी रहूगी, पर मैं एक गल जाणदा हैगा कई वारी हालात इदां दे हुंदे जिहड़े इदां दे रिश्ते हुंदे ने वह टुटते बड़े छेती होंगे, टुटते इस करके होंगे ने जोड़े पुराने समय के रिश्ते से बड़िया सांझा होंदिया सी, खानदानी भी एक गल होंगी सी, विचोले भी होंगे सी, कोई माड़ी मोटी त्रेड़ आ जाती तो बिच पै के बंदे समझौते हो जाते सी। पर इस मुद्दे नूं मैं इन्नी गल कह के खत्म करूँगा कि पहले समयां दे विच असी हर एक रिश्ता जिहड़ा वह गुरद्वारा जां मंदर जां मसीत दे मिले हुए प्रसाद वांगों वरत लैंदे सी वी इह रब दा ही प्रसाद है, ये सारी जिंदगी हुण मेरे नाल ही रहना, ये हुण इधर उधर नहीं हो सकता, ये सब तो वधिया है सब तो चंगा है। पर अज दे जिहड़े रिश्ते ने ये साइकल दे टायर वांगों बदले जांदे ने, टायर भावें उही रहे टायर नवां लिया के पा के फिर उन्हूं स्टार्ट कर लिया जांदा। सो रिश्तियां दे विच फर्क इन्ना की पिया है, होर कोई ज़्यादा ही नहीं। जी बिल्कुल जी बिल्कुल, समय के नाल चीजां बदलियां, ते बाकी जिस तरह तुसीं कहा कि रिश्ते बदले जांदे आ, कारण वड्डा यही है कि जदों असीं रिश्ते दे शुरुआती दौर दे विच हुंदे आ सुपने वड्डे दिखाए जांदे आ, गल्लां वड्डियां कीतियां जांदियां, जिउण मरण दीआं सौहां खाईआं जांदियां, ते नाल तारे कोल के लिआउण दी गल कीती जांदी है, पर जदों इक रिश्ता गंढ दे विच वज जांदा उह रिश्ते नूं नाम मिल जांदा ता उस तो बाद जो आटे दाल का भा पता लगता है फिर पता यह लगता है कि सुहाणी ने तो घर के न्याणियों सामना, तो जो न्याणे चीख चंघाड़ा पाते हैं तो फिर अगली कहती है कि हम इन्हों जमे है तो सौंप तू। सो यह जो चीजा वापरदियां जो जिंदगी के असली रंग अखा के सामने आते हैं तो उदो फिर असली पता लगता है कि आखिर एक पति पत्नी का रिश्ता होंदा की है, तो इन्हों रिश्तों के जो तालमेल बना पैदा, तालमेल की है कि भाई घर का काम सुहाणी ने सामना बच्चों सामना, तो प्यो ने बाहर जाके जा उस मेल ने कमाई करनी है, हड तोड़वी मेहनत करनी है, तो मेहनत करके जी कमाई घरे लेके आनी है, तो बच्चों के मूँह के दाने पाने, घर का जोड़ा काम कार वो चला। बिल्कुल तो गल
सही है कि खिलर के रिश्ते उदो है जो असल जिंदगी की सच्चाई है जी अखा के सामने आ जाती है जी। एक छोटी जी ब्रेक, ब्रेक तो मगरों फिर अगले मुद्दे वाल चलते हैं। बराड़ साहब बने रहो लाइन पे। डुबया पे है होर ट्रक किवें चलदा है तेरा? ओ यार ट्रक बारे सोच रहा सी, लोड भी तैयार है, कल नू जाना भी है, पर अलाइनमेंट कराउण वाली पई है, नाले ट्रक दे टायर घसे जे पए है, समझ नहीं आउंदी भी हुण इन्नी छेती कम किवें करावां जां फिर लोड किसे होर नू देणा पऊ। हुण ना ना भाई क्यों नुकसान करदा है, मैनू लगदा है तुसीं गिल टायर सेंटर वालिआं बारे नहीं सुणिआ, 24/7 सर्विस है उहनां दी। ਲੈ ਬਾਈ ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ। ਗਿੱਲ ਟਾਇਰ ਸੈਂਟਰ 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA, ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ। ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ, ਵੀਲ ਬੈਲੈਂਸਿੰਗ, ਕਾਰ, SUV, ਟਰੱਕ ਅਤੇ ਟ੍ਰੇਲਰ, ਵੀਲ ਅਲਾਈਨਮੈਂਟ, ਨਵੇਂ ਅਤੇ ਯੂਜ਼ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ। ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ, ਨਾਰਥ ਅਮਰੀਕਨ, ਚਾਈਨੀਜ਼, ਫਿਲੀਪੀਨਸ। ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ। ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ 647-987-0066। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 647-987-0066। ਬਰਾੜ ਸਾਹਿਬ ਜਦੋਂ ਆਪਾਂ ਅਗਲੇ ਮੁੱਦੇ ਦੀ ਗੱਲ ਕਰਦੇ ਹਾਂ, ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵੇਲੇ ਕੋਈ ਵੀ ਗੱਲ ਚੱਲਦੀ ਸੀ ਘੁਟਾਲੇ ਉਦੋਂ ਵੀ ਬਹੁਤ ਹੋਏ ਨੇ, ਉਹਨਾਂ ਦੀ ਪੁੱਛ ਪੜਤਾਲ ਪੁਣਛਾਣ ਬੜੀ ਹੋਈ ਹੈ। ਹਮੇਸ਼ਾ ਇੱਕ ਗੱਲ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦੀ ਸੀ ਵੀ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਇਆ ਜਾਂਦਾ, ਕੰਮ ਤਾਂ ਵੱਡੇ ਕਰਦੇ ਨੇ, ਹੱਥ ਤਾਂ ਉੱਤੋਂ ਪੈਣਾ ਚਾਹੀਦਾ, ਸ਼ੁਰੂ ਤਾਂ ਉੱਤੋਂ ਹੁੰਦਾ, ਛੋਟੇ ਛੋਟੇ ਅਫਸਰਾਂ ਨੂੰ, ਛੋਟੇ ਛੋਟੇ ਕਰਿੰਦਿਆਂ ਨੂੰ ਜਾਂ ਆਮ ਲੋਕਾਂ ਨੂੰ ਕਿਉਂ ਫੜਿਆ ਜਾਂਦਾ। ਪਰ ਹੁਣ ਜਦੋਂ ਦੀ ਆਪ ਪਾਰਟੀ ਸਿਆਸਤ ਦੇ ਵਿੱਚ ਆਈ ਹੈ, ਪੰਜਾਬ ਦੇ ਵਿੱਚ ਸਰਕਾਰ ਬਣੀ ਆ, 7 ਮਹੀਨੇ ਹੋ ਗਏ ਨੇ, ਤਾਂ ਵਾਕਈ ਹੀ ਵੱਡੇ ਵੱਡੇ ਅਫਸਰਾਂ ਨੂੰ, ਵੱਡੇ ਵੱਡੇ ਘਰਾਣਿਆਂ ਨੂੰ ਹੱਥ ਪੈਣੇ ਸ਼ੁਰੂ ਹੋਏ ਨੇ। ਉਹਦੇ ਵਿੱਚ ਕਈ ਆਪ ਦੇ ਲੀਡਰ ਤੋਂ ਸ਼ੁਰੂ ਕੀਤਾ ਸੀ ਆਪਣੇ ਉਹ ਤੋਂ ਮਗਰੋਂ ਕਈ ਦੂਜਾ ਕਾਂਗਰਸ ਦੇ ਬੰਦੇ ਫੜੇ ਗਏ ਨੇ, ਹੁਣ ਅਕਾਲੀਆਂ ਦੇ ਉੱਤੇ ਵੀ ਇਹ ਗੱਲ ਆ ਗਈ ਹੈ। ਸਿੰਜਾਈ ਜਿਹੜਾ ਘਾਪੜਾ ਹੈ ਉਹ ਅਕਾਲੀਆਂ ਦੇ ਵੱਡੇ ਦੋ ਲੀਡਰਾਂ ਦੇ ਨਾਂ ਜਿਹੜੇ ਸਾਹਮਣੇ ਆ ਗਏ ਨੇ, ਪਰ ਉਹਨਾਂ ਦੇ ਨਾਲ ਅਫਸਰ ਸ਼ਾਹੀ ਹੈ ਜਿਹੜੀ ਉਹ ਵੀ ਇਹ ਸ਼ਿਕੰਜੇ ਦੇ ਵਿੱਚ ਫਸ ਚੁੱਕੀ ਹੈ, ਜਿਹਦੇ ਵਿੱਚ ਖਾਸ ਕਰਕੇ ਬਹੁਤ ਹੀ ਸੰਜੀਦਾ, ਬਹੁਤ ਹੀ ਜੇ ਆਪਾਂ ਇਹ ਗੱਲ ਕਹੀਏ ਸਾਰੇ ਪੰਜਾਬ ਦੇ ਦਿਲਾਂ ਦੇ ਵਿੱਚ ਹਰਮਨ ਪਿਆਰੇ ਹੋਏ, ਵਸੇ ਹੋਏ ਇੱਕ ਚੰਗੇ ਅਫਸਰ ਦੇ ਵਾਜੋਂ ਸਰਦਾਰ ਕਾਹਨ ਸਿੰਘ ਪੰਨੂ ਜੀ, ਉਹ ਵੀ ਇਸ ਜਿਹਨੂੰ ਕਹਿ ਦਈਏ ਵੀ ਘਾਪੜੇ ਦੇ ਵਿੱਚ ਉਹਨਾਂ ਦਾ ਨਾਂ ਸਭ ਤੋਂ ਪਹਿਲਾਂ ਅੱਗੇ ਆ ਗਿਆ। ਅਤੇ ਹੁਣ ਕੱਲ੍ਹ ਵਿਜੀਲੈਂਸ ਨੇ ਇਹ ਕਹਿਤਾ ਸੀ ਵੀ ਕਿ ਅੱਜ ਉਹਨਾਂ ਤੋਂ ਪੁੱਛ ਪੜਤਾਲ ਹੋਊਗੀ, ਜਿਹੜੀ ਕਿ ਕੱਲ੍ਹ ਹੋ ਚੁੱਕੀ ਹੈ, ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਕਾਹਨ ਸਿੰਘ ਪੰਨੂ ਕੋਲੋਂ 3 ਘੰਟੇ ਪੁੱਛ ਪੜਤਾਲ ਹੋਈ, ਤਫਤੀਸ਼ੀ ਜਿਹੜੇ ਅਫਸਰ ਨੇ ਉਹਨੇ ਪਰਫਾਰਮੇ ਭਰ ਕੇ ਦੇਣ ਲਈ ਕਿਹਾ ਅਤੇ ਉਹਦੇ ਮਗਰੋਂ ਫਿਰ ਉਹਨਾਂ ਨੂੰ ਬੁਲਾਇਆ ਗਿਆ। 7 ਘੰਟਿਆਂ ਦੀ ਪੁੱਛ ਪੜਤਾਲ ਦੇ ਵਿੱਚ ਇਹ ਦੱਸੋ ਕੁਛ ਨਿਕਲਿਆ ਜਾਂ ਨਹੀਂ? ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਿਹਾ ਕਿ ਜਾਂਚ ਸ਼ੁਰੂ ਹੋ ਗਈ ਹੈ, ਬਹੁਤ ਵੱਡਾ ਘਪਲਾ ਜਿਹੜਾ ਦੱਸਿਆ ਜਾ ਰਿਹਾ ਤੇ ਇਹ ਘਪਲਾ ਜਿਹੜਾ ਹੋਇਆ ਇਰੀਗੇਸ਼ਨ ਵਿਭਾਗ ਦੇ ਵਿੱਚ ਹੋਇਆ, ਜਿਹਦੇ ਦੇ ਵਿੱਚ ਕਿ IAS ਆਫਿਸਰ ਕਾਹਨ ਸਿੰਘ ਪੰਨੂ ਹੈ ਜਿਹੜੇ ਉਹ ਨਾਮਜ਼ਦ ਹੋਏ ਆ। ਇਕੱਲੇ ਇਹੀ ਨਹੀਂ ਨਾਮਜ਼ਦ ਹੋਏ, ਇਹਦੇ ਵਿੱਚ 2 ਸਾਬਕਾ ਮੰਤਰੀ ਤੇ ਨਾਲ ਹੀ ਨਾਲ ਸਰਵੇਸ਼ ਕੌਸ਼ਲ ਜਿਹੜੇ ਕਿ ਸੈਕਟਰੀ ਸੀ, KPS ਸਿੱਧੂ ਜਿਹੜੇ ਕਿ ਅੱਜ ਬਾਹਰ ਬੈਠੇ ਹੈ, ਉਹ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਨਾਂ ਵੀ ਨਾਮਜ਼ਦ ਕੀਤਾ ਗਿਆ, ਉਹਨਾਂ ਦਾ ਨਾਂ ਵੀ ਇਸ ਹਲਕੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਗੂੰਜਦਾ ਨਜ਼ਰ ਆ ਰਿਹਾ ਹੈ। ਤੇ ਇਸ ਤੋਂ ਬਾਅਦ ਕਈ ਛੋਟੇ ਵੱਡੇ ਅਫਸਰ ਵੀ ਇਸ ਘਪਲੇ ਦੇ ਵਿੱਚ ਸ਼ਾਮਿਲ ਹੈ, ਕਿਉਂਕਿ ਇਹ ਜਿਹੜਾ ਤਾਣਾ ਬਾਣਾ ਸੀ IAS ਤੋਂ ਲੈ ਕੇ ਹੇਠਲੇ ਕਲਰਕ ਤੱਕ ਬੁਣਿਆ ਗਿਆ ਸੀ। ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਠੇਕੇਦਾਰ ਵੱਲੋਂ ਜਿਹੜਾ ਕਨਫੈਸ਼ਨ ਕੀਤਾ ਗਿਆ, ਉਸ ਵੱਲੋਂ ਜਿਹੜਾ ਇਹ ਸਾਰਾ ਮਾਮਲਾ ਦੱਸਿਆ ਗਿਆ, ਉਜਾਗਰ ਕੀਤਾ ਗਿਆ, ਉਹਨਾਂ ਨੇ ਇਹ ਕਿਹਾ ਸੀ ਕਿ ਬਹੁਤ ਵੱਡੀ ਜਿਹੜੀ ਰਿਸ਼ਵਤ ਹੈ ਉਹ ਰਿਸ਼ਵਤ ਇਸ ਮਾਮਲੇ ਦੇ ਵਿੱਚ ਠੇਕੇਦਾਰਾਂ ਤੋਂ ਲਈ ਗਈ ਹੈ। ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ, ਪੁੱਛ ਪੜਤਾਲ ਹੋ ਰਹੀ ਹੈ। ਇਸ ਪੁੱਛ ਪੜਤਾਲ ਦੇ ਬਾਬਤ ਹੀ ਜਿਹੜਾ ਕਾਹਨ ਸਿੰਘ ਪੰਨੂ ਨੂੰ ਕੱਲ ਸੱਦਿਆ ਗਿਆ ਸੀ, ਕਾਫੀ ਲੰਬੀ ਚੌੜੀ ਗੱਲਬਾਤ ਹੋਈ ਹੈ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ, ਲੰਬੀ ਚੌੜੀ ਪੁੱਛਗਿੱਛ ਕੀਤੀ ਗਈ ਹੈ।
ਉਸ ਤੋਂ ਬਾਅਦ ਕਾਹਨ ਸਿੰਘ ਪੰਨੂ ਹੋਰੀ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਜਦੋਂ ਮੀਡੀਆ ਦੇ ਸਾਹਮਣੇ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੇਰੇ ਕੋਲੋਂ ਕੁਝ ਪੇਪਰ ਮੰਗੇ ਗਏ ਆ, ਮੇਰੇ ਕੋਲੋਂ ਕੁਝ ਫਾਰਮ ਆ ਜਿਹੜੇ ਮੰਗੇ ਗਏ ਆ, ਤਾਂ ਉਹ ਦੁਬਾਰੇ ਜਮ੍ਹਾਂ ਕਰਾਉਣ ਵਾਸਤੇ ਕੱਲ ਸ਼ਾਮ ਜਿਹੜਾ 4 ਵਜੇ ਦਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਦੁਬਾਰੇ ਫਿਰ ਆਪਣੀ ਹਾਜ਼ਰੀ ਦਿਓ। ਪਰ ਜਿੱਥੋਂ ਤੱਕ ਸਾਡੇ ਸੂਤਰ ਨੇ ਸੂਤਰਾਂ ਤੋਂ ਇਹ ਜਾਣਕਾਰੀ ਵੀ ਪਤਾ ਲੱਗੀ ਹੈ ਕਿ ਦੁਬਾਰੇ ਜਾਂਚ ਵਾਸਤੇ ਫਿਰ ਬੁਲਾਇਆ ਗਿਆ, ਜਦੋਂ ਕਿ ਕਾਹਨ ਸਿੰਘ ਹੋਰੀ ਇਸ ਨੂੰ ਕਾਗਜ਼ ਦੇਣ ਦੀ ਜਾਂ ਜਮ੍ਹਾਂ ਕਰਨ ਦੀ ਗੱਲ ਕਰਦੇ ਆ, ਪਰ ਦੁਬਾਰੇ ਬੁਲਾਇਆ ਗਿਆ, ਉਹਨਾਂ ਨੂੰ ਪੁੱਛਗਿੱਛ ਦੁਬਾਰੇ ਕੀਤੀ ਗਈ ਹੈ। ਤੇ ਇੱਥੇ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕਿ ਕਾਹਨ ਸਿੰਘ ਪੰਨੂ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਜਗਵਿੰਦਰ ਸਿੰਘ ਹੋਰਾਂ ਵੱਲੋਂ ਜਿਹੜੇ ਕਾਗਜ਼ ਜਾਂ ਜਿਹੜਾ ਉਹਨਾਂ ਦਾ ਬਿਆਨ ਦਰਜ ਕਰਵਾਇਆ ਗਿਆ, ਜਿਹੜੇ ਠੇਕੇਦਾਰ ਨੇ ਜਿਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਕਾਗਜ਼ਾਂ ਦੀ ਜਾਂਚ ਹੈ, ਮੈਂ ਆਪਣੇ ਪੱਧਰ ਤੇ ਕਰਵਾਊਂਗਾ। ਸੋ ਇੱਕ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਜਿਹੜੇ ਵਿਅਕਤੀ ਦੇ ਉੱਪਰ ਚਾਰਜ ਲੱਗੇ ਨੇ, ਜਿਹੜੇ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ, ਉਹੀ ਕਹਿ ਰਿਹਾ ਕਿ ਮੈਂ ਇਹਨਾਂ ਕਾਗਜ਼ਾਂ ਦੀ ਜਾਂਚ ਕਰਵਾਊਂਗਾ। ਸੋ ਇਸ ਗੱਲ ਨੂੰ ਲੱਗਦਾ ਕਿ ਸਾਰੇ ਇੱਕ ਅਨਪੜ੍ਹ ਬੰਦਾ ਵੀ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿ ਇੱਕ ਦੋਸ਼ੀ ਆ ਕੇ ਥਾਣੇ 'ਚ ਕਹੇ ਕਿ ਮੈਂ ਭਾਈ ਇਸ ਚੀਜ਼ ਤੋਂ ਤਾਂ ਬਰੀ ਹਾਂ ਤੇ ਮੈਂ ਇਸ ਮਾਮਲੇ ਦੀ ਜਾਂਚ ਆਪ ਕਰਾ ਕੇ ਵਿਜੀਲੈਂਸ ਨੂੰ ਜਾਂ ਮੈਂ ਥਾਣੇ ਨੂੰ ਸਬਮਿਟ ਕਰੂੰਗਾ। ਸੋ ਇੱਕ ਬੜਾ ਹਾਸਾ ਆਉਂਦਾ ਇਸ ਗੱਲ ਤੇ, ਇੰਨੇ ਵੱਡੇ ਜਿਹੜੇ ਸੀਨੀਅਰ IAS ਆਫਿਸਰ ਏਦਾਂ ਦੀਆਂ ਗੱਲਾਂ ਕਰਦੇ ਆ। ਸੋ ਮੈਨੂੰ ਲੱਗਦਾ ਕਿ ਜਿੰਨੇ ਇਹਨਾਂ ਤੇ ਵਿਸ਼ਵਾਸ ਕੀਤਾ ਜਾ ਰਿਹਾ ਸੀ ਜਾਂ ਜਿੰਨਾ ਇਹਨਾਂ ਨੂੰ ਇੱਕ ਸਾਫ਼ ਕਿਰਦਾਰ ਵਾਲੇ ਵਿਅਕਤੀ ਕਿਹਾ ਜਾ ਰਿਹਾ ਸੀ, ਉਦੋਂ ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਇਹਨਾਂ ਦੇ ਕਿਰਦਾਰ ਦੇ ਉੱਪਰ, ਇਹਨਾਂ ਦੇ ਜਿਹੜੇ ਅਕਸ ਦੇ ਉੱਪਰ ਜਿਹੜਾ ਪਰਦਾ ਉਹ ਵੀ ਚੁੱਕਿਆ ਜਾ ਰਿਹਾ। ਹਾਲਾਂਕਿ ਪੰਨੂ ਹੋਰੀ ਇਹ ਵੀ ਕਹਿ ਰਹੇ ਹੈ ਕਿ ਜਗਵਿੰਦਰ ਸਿੰਘ ਦੇ ਉੱਪਰ ਮੈਂ ਕੇਸ ਵੀ ਕਰਨਾ ਕਿ ਉਹਨਾਂ ਨੇ ਮੇਰੇ ਕਿਰਦਾਰ ਦੀ ਜਿਹੜੀ ਕਿਰਦਾਰ ਕੁਸ਼ੀ ਕੀਤੀ ਹੈ, ਮੇਰੇ ਕਰੈਕਟਰ ਦੇ ਉੱਪਰ ਜਿਹੜਾ ਇੱਕ ਉਹਨੇ ਬੜਾ ਵੱਡਾ ਜਿਹੜਾ ਟੱਕ ਮਾਰਿਆ, ਤੇ ਇਹ ਵੀ ਗੱਲਾਂ ਕਹੀਆਂ। ਹਾਲਾਂਕਿ ਜਗਵਿੰਦਰ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਸਮੇਂ ਸਮੇਂ ਦੇ ਉੱਪਰ ਲਗਭਗ 7 ਕਰੋੜ ਰੁਪਏ ਦੀ ਜਿਹੜੀ ਰਿਸ਼ਵਤ ਹੈ ਉਹ ਦਿੱਤੀ ਗਈ ਹੈ ਸਾਲ 2014 ਤੋਂ 17 ਦੇ ਵਿੱਚ। ਸੋ ਵੱਡੀ ਗੱਲ ਕਲਾਣਾ ਸਾਹਿਬ ਇੱਥੇ ਇਹ ਖੜੀ ਹੋ ਜਾਂਦੀ ਆ ਕਿ ਇੰਨਾ ਲੰਬਾ ਸਮਾਂ 14 ਤੋਂ ਜੇ ਆਪਾਂ ਗੱਲ ਕਰੀਏ ਜਾਂ 17 ਤੋਂ ਬਾਅਦ ਸਰਕਾਰ ਬਦਲੀ ਹੈ, 22 ਹੁਣ ਆ ਗਿਆ ਵਿੱਚ ਕਾਂਗਰਸ ਦੀ ਸਰਕਾਰ ਵੀ ਰਹੀ ਹੈ, ਤੇ ਇਹਨਾਂ ਫਾਈਲਾਂ ਦੇ ਉੱਪਰੋਂ ਮਿੱਟੀ ਨਹੀਂ ਝਾੜੀ ਗਈ, ਕੋਈ ਕਾਰਵਾਈ ਨਹੀਂ ਕੀਤੀ ਗਈ। ਕਿ ਸਵਾਲ ਇਹ ਹੋ ਜਾਂਦੇ ਆ ਕਿ ਇਹ ਸਾਰਾ ਕੁਝ ਮਿਲੀ ਭਗਤ ਨਾਲ ਚੱਲ ਰਿਹਾ ਸੀ, ਕਿ ਸਿਰਫ ਤੇ ਸਿਰਫ ਖਾਨਾ ਪੂਰਤੀ ਦੇ ਨਾਂ ਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਸੀ। ਜੇਕਰ ਆਪ ਦੀ ਸਰਕਾਰ ਹੁਣ ਨਾ ਆਉਂਦੀ ਕਿ ਕਾਰਵਾਈ ਫਿਰ ਇਸੇ ਤਰ੍ਹਾਂ ਠੰਡੇ ਬਸਤੇ ਪਈ ਰਹਿਣੀ ਸੀ? ਇਹ ਵੱਡੇ ਸਵਾਲ ਨੇ, ਵੱਡੀਆਂ ਗੱਲਾਂ ਨੇ ਕਿ ਆਖਿਰ ਇੰਨਾ ਲੰਬਾ ਸਮਾਂ ਕਾਰਵਾਈ ਕਿਉਂ ਨਹੀਂ ਹੋਈ, ਕਿਉਂ ਨਹੀਂ ਇਹਨਾਂ ਅਫਸਰਾਂ ਨੂੰ ਪੁੱਛਿਆ ਗਿਆ? ਕਿ ਸਰਕਾਰਾਂ IAS ਪੱਧਰ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਗਲਾਂ 'ਚ ਹੱਥ ਪਾਉਣ ਤੋਂ ਡਰਦੀਆਂ ਨੇ? ਕਿ ਜਿਹੜੇ ਉਸ ਸਮੇਂ ਦੇ ਮੰਤਰੀ ਸੀ ਉਹਨਾਂ ਮੰਤਰੀਆਂ ਵੱਲੋਂ ਇਹਨਾਂ IAS ਅਫਸਰਾਂ ਨੂੰ ਦਬਾ ਕੇ ਪ੍ਰੈਸ਼ਰਾਈਜ਼ ਕਰਕੇ ਧਮਕਾ ਕੇ ਇਹ ਸਾਰੇ ਕੰਮ ਕਰਵਾਏ ਗਏ? ਇਹ ਬੜੇ ਵੱਡੇ ਸਵਾਲ ਨੇ। ਹੋਰ ਇਹ ਪਤਾ ਜਾਂਚ ਤੋਂ ਬਾਅਦ ਹੀ ਲੱਗੂਗਾ ਕਿ ਇਹ ਜਿਹੜੀ ਕਾਰਵਾਈ ਦੀ ਜਿਹੜੀ ਗੇਂਦ ਆ ਉਹ ਕਿਹੜੇ ਪਾਲੇ 'ਚ ਡਿੱਗਦੀ ਹੈ, ਕਿ ਮੰਤਰੀਆਂ ਦੇ ਉੱਪਰ ਸਾਰਾ ਭਾਂਡਾ ਭੰਨਿਆ ਜਾਂਦਾ, ਜਾਂ ਇਹ ਰਿਟਾਇਰਡ IAS ਅਫਸਰ ਆ ਜਿਹੜੇ ਉਹ ਇਸ ਘੇਰੇ ਦੇ ਵਿੱਚ ਆ ਕੇ ਜਾਂ ਇਸ ਦੇ ਦੋਸ਼ੀ ਸਾਬਤ ਹੋ ਜਾਂਦੇ ਆ? ਕੀ ਕਹੋਗੇ ਤੁਸੀਂ ਜੀ? ਬਰਾੜ ਸਾਹਿਬ, ਗੱਲ ਤਾਂ ਇੱਥੇ ਇੱਕ ਹੋਰ ਆ, ਮੈਂ ਆਪਣੇ ਸਰੋਤਿਆਂ ਨੂੰ ਇੱਕ ਗੱਲ ਜ਼ਰੂਰ ਦੱਸ ਦੇਣੀ ਚਾਹੁੰਦਾ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ, ਇਹ ਘਟਨਾ 2017 ਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ 2017 ਅਗਸਤ ਦੇ ਵਿੱਚ ਧਾਰਾ 406, ਧਾਰਾ 409, 420, 467, 468, 471, 477, 120B, IPS ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਧਰਾਵਾਂ ਰਹਿਤ ਮਾਮਲਾ ਦਰਜ ਕਰਿਆ ਸੀ। ਹੁਣ ਇਹਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਹੈ, ਸਭ ਤੋਂ ਵੱਡੀ ਗੱਲ ਬਰਾੜ ਸਾਹਿਬ, ਉਹ ਇਹ ਹੈ ਕਿ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਵਿਜੀਲੈਂਸ ਦੇ ਕੋਲ ਇੱਕ ਅਕਬਾਲੀਆ ਬਿਆਨ ਦਰਜ ਕਰਵਾਇਆ ਗਿਆ, ਜਿਹਦੇ ਵਿੱਚ ਠੇਕੇਦਾਰ ਨੇ ਇੱਕ ਸੇਵਾ ਮੁਕਤ ਅਧਿਕਾਰੀ ਨੂੰ 550 ਕਰੋੜ, ਦੂਜੇ ਅਧਿਕਾਰੀ ਨੂੰ 850 ਕਰੋੜ, ਇਸੇ ਤਰ੍ਹਾਂ ਸੇਵਾ ਮੁਕਤ ਅਧਿਕਾਰੀ ਨੂੰ
7 करोड़ की गल जी है, मैं सॉरी 850 नहीं 8.50 करोड़ थी, 5.50 जी साढ़े 5 करोड़ साढ़े 8 ते 7 करोड़ रुपए की रिश्वत देना मन्ने है। ठेकेदार ने रिश्वत देने का कारण विभाग तो बिल पास करवाउण दी लाट करवाउण अते मशीनां दी खरीदो फरोख्त दे विच देण दी गल कही है। हुण ते 17 दे विच इस नूं किसे ने छेड़िया नहीं, किसे ने गल गौली नहीं हैगी, गल फिर उत्थे आ के मुकदी है कि इत्थे हुण जे इह कहण दो अकाली लीडरां दे नां भी आउंदे आ, होरां दे भी आउणगे अजे अगे तो अगे, जे हुण इह कहण भी जे तां देखो भी बदला खोरी है, जाए कह देने इन्हों को होर कोई काम नहीं, विजिलेंस मूहरे की हुई है, काम तो थोड़े होंदे शुरू होया 2017 हूँ, ये गल नू अगे बधाया गया, तुसीं बंद करतियां फाइलां पर फाइलां दुबारे खोलियां गई ने, जे तुसीं खोल लेंदे चाहे निपटारा कर लेंदे गल होर सी। सो इस करके जो काम सरकार कर रही है मैनू नहीं लगता ये पिछे कोई गलत मनशा उन्हां दी होगी जां ये गलत तरीका होगा, ये होना चाहीदा सी जी। बिल्कुल जी बिल्कुल, जिहड़ा पंजाब दे लोकां दा टैक्स दा जिहड़ा पैसा जिहड़ा पंजाब दे लोकां ने टैक्स दे रूप दे विच जो सरकारी कोई भी काम हुंदा तां ओह उस दे उपर पंजाब दे लोकां दा ही पैसा लगदा है, उहनां ते पंजाब दे लोकां दा ही अधिकार हुंदा है। जदों इस पैसे की गलत वरतों की जाती है, क्योंकि गुरविंदर सिंह ने जे इन्नी वड्डी अमाउंट इन्हां अधिकारियों नूं दित्ती है तां उहनूं इह तां नहीं हैगा वी उहने काम 100% सही करिया, उन्हें जरूर ये जो 7 करोड़ आप एक अधिकारी की रिश्वत की गल करते हैं तो 7 करोड़ की उन्हें कमाई भी की होनी है। सो इस करके इन मामलों की जांच होनी बनती सी, जांच उदों ही होनी चाहिए सी जो सत्ता परिवर्तन होया सी, जो अकाली सरकार तो कांग्रेस की सरकार आई सी, पर कार्रवाई करन दे विच देरी की गई, उस उन्हां फाइलां नूं दबिया गया, वो दबिया कि प्रेशर से गया कि कहते सारा चीज इग्नोर किया गया, यह भी बड़े सवाल ने, उन्होंने नाम भी सामने आने चाहिए ने जिन्होंने इन केसा के उपर इन मामलों के उपर कार्रवाई नहीं की। दोषी कले वह नहीं है जिन्होंने रिश्वत ली है, जिन्होंने गलत काम किया, दोषी वह भी है जिन्होंने इस काम को उजागर होने तो रोकया, जिन्होंने इन दोषियों के उपर कार्रवाई नहीं की, वह भी बराबर के दोषी बनते हैं, उन्होंने उत्तर भी मैं लगता है कि पूर्ण तौर पर कार्रवाई होनी चाहिए, उन्होंने भी इस मामले के नपया जाना चाहिए। पर अगली गल जी बहुत अहम हो जाती है किवाणा जी, वो ये है कि कितने ये ना हो, एक शंका है मेरे मन की शंका है कि सिर्फ खाना पूर्ति वास्ते जो अखबारों की सुर्खियां बनाने वास्ते सिर्फ इस उजागर किया जाए कि कार्रवाई के नाते वही कुछ हो जाए जिहड़ा पहला कांग्रेस ने किया, जां सिर्फ एक वाहवाही लैण वास्ते एक बार इन्हां केसां नूं खोल तां लिया गया, एक बार बल्ले बल्ले तां हो गई आप सरकार की मुख्यमंत्री भगवंत मान साहब की वाहवाह तां हो गई है कि भाई हुण IAS भी असीं दबोच लिया, हुण असीं IAS नूं भी जिहड़ा हैगा नहीं बख्शांगे, पर कार्रवाई के नाते फिर कितें उही हेठले कलाकां नूं इन्हां दे उहदे च जाल च फसा के जां इन्हां केसां दे विच फसा के कार्रवाइया के नाम से इन्हों बड़े अधिकारियों क्लीन चिटा दे दित्तियां जाण जां मंत्रियों फिर उस तरीके जिहड़ा छड्ड दित्ता जाए, जिवें पहला आपां देखिया ही है कि मानसा दे एक मंत्री दे उपर कार्रवाई की गई, सारा कुछ होया गया, तो उस तों बाद उही मंत्री सरकारी समागमों दे विच विचरदा भी नजर आउंदा, मंत्रियों के नाल कुर्सी ते नाल बैठा भी नजर आउंदा, चाह पानी सांझा करता भी नजर आउंदा। सो यह मेरी शंका इस मामले दे विच हैगी है कि ते इदां दा कुछ ना होवे कि फिर पंजाब दे लोक इह सोचण वी यार निबड़िया तां कुछ नहीं, गल्लां तां बड़ियां वड्डियां वड्डियां कीतियां, पट्टिया पहाड़ ते निकलिया थल्लों कुछ भी, किते आ चीज ना हो जावे, यह जरूर हड़कूगा, बाकी आने वाला समा मैनूं लगदा कि सारा कुछ साफ कर दूंगा कि बनदा की है इस केस दे विच। सब तो वड्डी गल मैं तो यह भी चाहना, एक होर भी गल चाहना, मैं जो देखो मैं कान सिंह पन्नू के हक च नहीं, जां उन्हां दे नाल जिहड़े दो होर दूजे अफसर ने, मैं उन्हां दे हक च नहीं हैगा, जे इन्हां नूं खंगालण की कोशिश कर रही है विजिलेंस, हुण जिवें कि तुसीं कहा रौला तो उन्हां दीआं पग्गां नूं भी हथ पैना चाहिए, उन्हां दाड़ियां नूं भी हथ पैना चाहिए जिन्हां ने कहे तो यह काम होए ने,
ਤੁਹਾਨੂੰ ਚੇਤਾ ਹੋਣਾ ਪਿਛਲੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਜਦੋਂ ਤੋਤਾ ਸਿੰਘ ਆਪਣੇ ਖੇਤੀਬਾੜੀ ਮੰਤਰੀ ਹੁੰਦੇ ਸੀ, ਮੇਰਾ ਖਿਆਲ ਮੰਗਲ ਸਿੰਘ ਇੱਕ ਆਫਿਸਰ ਹੁੰਦਾ ਸੀ ਜਿਹਦੇ 'ਤੇ ਦੋਸ਼ ਲੱਗੇ ਸੀ ਬਹੁਤ ਵੱਡੇ ਵੱਡੇ, ਉਹ ਖਾਦਾਂ ਦੇ ਵਿੱਚ ਜਾਂ ਦਵਾਈਆਂ ਦੇ ਵਿੱਚ ਇੱਦਾਂ ਦੇ ਘਪਲੇ ਸੀ ਵੱਡੇ, ਅਤੇ ਉਹ ਮੰਗਲ ਸਿੰਘ ਅੱਜ ਵੀ ਜੇਲ੍ਹ 'ਚ ਬੈਠਾ, ਉਹਦੇ 'ਤੇ ਕੇਸ ਮੰਗਲ ਸਿੰਘ 'ਤੇ ਪੈ ਗਿਆ ਸੀ, ਮੰਤਰੀ ਦਾ ਨਾਂ ਆਏ ਤਾਂ ਵੀ ਮੰਤਰੀ ਨੂੰ ਘੜੀਸਿਆ ਨਹੀਂ ਸੀ ਗਿਆ, ਇਹ ਅਫਸਰ ਤਾਂ ਫੜੇ ਜਾਣਗੇ ਪਰ ਜਿਹੜੇ ਮੰਤਰੀਆਂ ਨੇ ਇਹਨਾਂ ਤੋਂ ਕੰਮ ਕਰਾਏ ਨੇ ਦੋਸ਼ੀ ਤਾਂ ਉਹ ਨੇ, ਸਜ਼ਾ ਤਾਂ ਉਹਨਾਂ ਨੂੰ ਵੀ ਬਰਾਬਰ ਹੋਣੀ ਚਾਹੀਦੀ ਹੈ ਜੀ। ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਜਿਵੇਂ ਹੁਣ ਆਪਾਂ ਦੋ ਮੰਤਰੀਆਂ ਦਾ ਜ਼ਿਕਰ ਇਹਦੇ ਇਸ ਮਾਮਲੇ ਦੇ ਵਿੱਚ ਆ ਰਿਹਾ, ਦੇਖੋ ਜੀ ਕੱਲਾ ਦੋਸ਼ੀ ਆਪਾਂ ਜੇ ਕੰਮ ਕਰਾਉਣ ਵਾਲਾ ਜਾਂ ਉੱਪਰਲੇ ਪੱਧਰ ਤੇ ਕੱਲੇ ਮੰਤਰੀਆਂ ਦੀ ਗੱਲ ਕਰੀਏ, ਮੈਂ ਤਾਂ ਇਹ ਸਮਝਦਾ ਕਿ ਉੱਤੋਂ ਤੋਂ ਲੈ ਕੇ ਹੇਠਾਂ ਤੱਕ ਸਭ ਨੂੰ ਇਸ ਦੇ ਵਿੱਚ ਚਾਰਜ ਕੀਤਾ ਜਾਣਾ ਚਾਹੀਦਾ, ਤਾਂ ਜੋ ਜਿਵੇਂ ਇੱਕ ਕਹਾਵਤ ਹੈ ਕਿ ਮਰਿਆ ਕਾਂ ਟੰਗਣ ਵਾਲੀ ਜਿਹੜੀ ਸਥਿਤੀ ਆ ਉਹ ਬਣ ਜਾਵੇ, ਹੇਠਾਂ ਨੂੰ ਡਰ ਜ਼ਰੂਰ ਪੈਦਾ ਹੋ ਜਾਵੇ ਕਿ ਜੇ ਅਸੀਂ ਮੰਤਰੀ ਦੇ ਕਹਿਣ ਤੇ ਕੰਮ ਕਰਾਂਗੇ ਤਾਂ ਆਹ ਕੰਮ ਹੋ ਸਕਦਾ, ਸਾਨੂੰ ਜੇਲ੍ਹ ਦਾ ਜਿਹੜਾ ਰਸਤਾ ਉਹ ਦੇਖਣਾ ਪੈ ਸਕਦਾ, ਉਹ ਚਾਹੇ ਮੰਤਰੀ ਹੋਵੇ, IAS ਅਧਿਕਾਰੀ ਹੋਵੇ ਜਾਂ ਉਹਨਾਂ ਦੇ ਹੇਠਲੇ ਅਫਸਰ ਹੋਣ, ਤਾਂ ਅਫਸਰਾਂ ਤੋਂ ਥੱਲੜੇ ਜਿਹੜੇ ਕਲਰਕ ਹੈ ਉਹ ਹੋਣ, ਇਹ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਹੇਠਲਾ ਕਲਰਕ ਉੱਪਰਲੇ ਅਫਸਰ ਨੂੰ ਕਹੇ ਕਿ ਮੈਂ ਆਹ ਗਲਤ ਕੰਮ ਨਹੀਂ ਕਰਦਾ, ਜੇ ਗਲਤ ਕੰਮ ਕਰਨਾ ਤਾਂ ਤੂੰ ਆਪਦੇ ਸਾਈਨ ਕਰਕੇ ਜੋ ਮਰਜ਼ੀ ਕਰ ਦੇ, ਮੈਂ ਇਹਦੇ ਤੇ ਜੋ ਰਿਪੋਰਟ ਲਿਖਣੀ ਹੈ ਜਾਂ ਮੈਂ ਇਹਦੇ ਤੇ ਜੋ ਨੋਟ ਪਾਉਣਾ ਕਿ ਇਹ ਗਲਤ ਹੋ ਰਿਹਾ, ਮੇਰੇ ਤੋਂ ਗਲਤ ਕਰਵਾਇਆ ਜਾ ਰਿਹਾ, ਮੈਂ ਇਸ ਦੇ ਵਿੱਚ ਆਪਣੀ ਭਾਗੇਦਾਰੀ ਨਹੀਂ ਪਾਉਣੀ ਹੈ, ਤਾਂ ਮੈਨੂੰ ਲੱਗਦਾ ਕਿ ਉਤਲੇ ਅਧਿਕਾਰੀ ਦੀ ਇਹ ਹਿੰਮਤ ਨਹੀਂ ਹੁੰਦੀ ਕਿ ਉਹ ਕਲਰਕ ਤੋਂ ਵੀ ਸਾਈਨ ਕਰਵਾ ਜਾਵੇ, ਤੇ ਜਦੋਂ ਇਹ IAS ਅਧਿਕਾਰੀ ਹੈ ਇਹਨਾਂ ਨੂੰ ਤਾਂ ਸਾਰੀਆਂ ਜਿਹੜੀਆਂ ਸਿਖਾਇਆ ਹੀ ਇਹ ਜਾਂਦਾ ਹੈ ਕਿ ਕਿਵੇਂ ਇਹਨਾਂ ਨੇ ਇਹੋ ਜਿਹੀਆਂ ਸਿਚੁਏਸ਼ਨਾਂ ਤੋਂ ਲੰਘਣਾ, ਇਹਨਾਂ ਨੂੰ ਟ੍ਰੇਨਿੰਗ ਹੀ ਇਸੇ ਚੀਜ਼ ਦੀ ਮਿਲਦੀ ਹੈ, ਇਹਨਾਂ ਦੀ ਪੜ੍ਹਾਈ ਇਸੇ ਤਰ੍ਹਾਂ ਦੀ ਹੁੰਦੀ ਹੈ ਕਿ ਕਿਵੇਂ ਇਹੋ ਜਿਹੇ ਸਿਚੁਏਸ਼ਨਸ ਨੂੰ ਹੈਂਡਲ ਕਰਨਾ, ਕਿਵੇਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹਨੂੰ ਟੈਕਲ ਕਰਨਾ, ਤਾਂ ਫਿਰ ਇਹ ਮੈਨੂੰ ਨਹੀਂ ਲੱਗਦਾ ਕਿ ਆਪਣੀ ਨਿੱਜੀ ਜਿਹੜੀ ਵਿਲ ਤੋਂ ਬਿਨਾਂ ਇਹ ਇਸ ਕੰਮ ਨੂੰ ਕਰਦੇ ਆ, ਜਾਂ ਕਹਿ ਲਈਏ ਕਿ ਪੈਸੇ ਦੇ ਲਾਲਚ ਤੋਂ ਬਿਨਾਂ ਇਹ ਕੰਮ ਕਰਦੇ ਆ, ਸ਼ਮੂਲੀਅਤ ਇਹਨਾਂ ਦੀ ਵੀ ਹੁੰਦੀ ਹੈ ਜੇ ਮੰਤਰੀ ਦੀ ਹੁੰਦੀ ਹੈ ਜੀ। ਬਿਲਕੁਲ ਬਿਲਕੁਲ, ਇੱਕ ਛੋਟੀ ਜਿਹੀ ਬ੍ਰੇਕ ਬਰਾੜ ਸਾਹਿਬ, ਬ੍ਰੇਕ ਤੋਂ ਮਗਰੋਂ ਫਿਰ ਮਿਲਦੇ ਹਾਂ ਜੀ, ਬਣੇ ਰਹੋ ਲਾਈਨ ਦੇ ਰਹੋ। ਬਈ ਟਰੱਕ ਚਲਾਉਂਦੇ ਹਨ ਤਾਂ ਟਾਈਮ ਬਹੁਤ ਹੋ ਗਿਆ, ਪਰ ਕੋਈ ਇਹ ਜੀ ਕੰਪਨੀ ਦੱਸ ਜਿਹੜੀ ਪੇ ਵੀ ਵਧੀਆ ਦੇਵੇ ਤੇ ਨਾਲੇ ਯਾਰ ਸਟੀਅਰਿੰਗ ਤੇ ਬਹਿ ਕੇ ਨਵੀਂ ਗੱਡੀ ਚਲਾਉਣ ਦਾ ਨਜ਼ਾਰਾ ਵੀ ਆਵੇ। ਲੱਗਦਾ ਤੂੰ ਬੁੱਟਰ ਕੈਰੀਅਰ ਬਾਰੇ ਨਹੀਂ ਸੁਣਿਆ। ਉਹ ਕਿਹੜੇ ਯਾਰ ਬੁੱਟਰ ਕੈਰੀਅਰ? ਉਹ ਬਾਈ ਜੀ ਬੁੱਟਰ ਕੈਰੀਅਰ ਵਾਲੇ 60 ਸੈਂਟ ਤੋਂ ਤਾਂ ਸ਼ੁਰੂ ਕਰਦੇ ਨੇ, ਡਾਲਸ ਤੋਂ ਕੈਲੀਫੋਰਨੀਆ ਤੇ ਨਾਰਥ ਈਸਟ, ਤੇ 1 ਸਾਲ ਬਾਅਦ ਵਧੀਆ ਬੋਨਸ ਦਿੰਦੇ ਐ। ਤੂੰ ਨਾ ਮੇਰੀ ਗੱਲ ਮੰਨ, ਤੂੰ DC ਬੁੱਟਰ ਹੁਣਾਂ ਨੂੰ ਕਾਲ ਕਰ ਲਾ, ਨੰਬਰ ਨੋਟ ਕਰ 408-590-6732, ਨੰਬਰ ਇੱਕ ਵਾਰੀ ਫੇਰ ਨੋਟ ਕਰ ਲਾ DC ਬੁੱਟਰ ਹੁਣਾਂ ਦਾ 408-590-6732। ਬਰਾੜ ਸਾਹਿਬ, ਜਦੋਂ ਆਪਾਂ ਹੁਣ ਅਗਲੀ ਗੱਲ ਕਰਨੀ ਹੈ, ਅਗਲੀ ਗੱਲ ਵੀ ਬੜੀ ਅਹਿਮ ਹੈ, ਜੋ ਪੰਜਾਬ ਦੇ ਵਿੱਚ ਰੌਲਾ ਚੱਲ ਰਿਹਾ ਜਾਂ ਜਿੱਥੇ ਜਿੱਥੇ BJP ਦੀਆਂ ਸਰਕਾਰਾਂ ਜਿਹੜੇ ਸੂਬਿਆਂ ਦੇ ਵਿੱਚ ਨਹੀਂ ਹੈਗੀਆਂ, ਉਹ ਭਾਵੇਂ ਚਾਹੇ ਦਿੱਲੀ ਦੀ ਗੱਲ ਕਰ ਲਓ, ਚਾਹੇ ਪੰਜਾਬ ਦੀ ਗੱਲ ਕਰ ਲਓ, ਜਾਂ ਜਿੱਥੇ ਹੋਰ ਰਾਜਸਥਾਨ ਦੀ ਗੱਲ ਕਰ ਲਓ, ਕਿਤੇ ਦੀ ਵੀ ਗੱਲ ਕਰ ਲਓ, ਇੱਕ ਪਾਸੇ ਗਵਰਨਰ, ਦੂਜੇ ਪਾਸੇ ਹੁਣ ਪੰਜਾਬ ਦਾ ਜਿਹੜਾ ਮਾਰਗਦਰਸ਼ਕ ਹੁੰਦਾ ਗਵਰਨਰ, ਜਿਹਨੂੰ ਆਪਾਂ ਇਹ ਕਹਿ ਦਈਏ, ਦੂਜੇ ਪਾਸੇ ਕੇਂਦਰ ਦੇ ਆਖੇ ਰੁਕਾਵਟਾਂ ਖੜੀਆਂ ਕਰਨ ਵਾਲਾ ਗਵਰਨਰ, ਜਾਂ ਇੱਕ ਸੂਬੇ ਦੀ ਸਰਕਾਰ ਜਾਂ ਗਵਰਨਰ, ਗਵਰਨਰ ਦਾ ਕੰਮ ਜਿਹੜਾ ਹੁੰਦਾ ਕਿ ਨਜ਼ਰਸਾਨੀ ਰੱਖਣੀ ਉਹ ਸੂਬੇ ਦੀ ਸਰਕਾਰ ਦੇ ਉੱਤੇ, ਅਗਰ ਮਾੜੀ ਮੋਟੀ ਥਿੜਕਦੀ ਕਰਦੀ ਹੈ ਤਾਂ ਉਹਦੀ ਸਾਂਝ ਜਿਹੜੀ ਹੈ ਕੇਂਦਰ ਦੇ ਨਾਲ ਬਣਾ ਕੇ ਰੱਖਣੀ, ਕੇਂਦਰ ਦੇ ਕੰਮਾਂ ਦੇ, ਕੇਂਦਰ ਦੇ ਵੱਲੋਂ ਮਿਲੀਆਂ ਸਹੂਲਤਾਂ ਨੂੰ ਉਹ ਸੂਬੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਾਉਣਾ, ਉੱਥੇ ਦੇ ਸਰਕਾਰ ਦੇ ਨਾਲ ਮਿਲ ਕੇ, ਮੁੱਖ ਮੰਤਰੀ ਦੇ ਨਾਲ ਮਿਲ ਕੇ ਇੱਕ ਸਾਂਝਾ ਮੁਹੱਈਆ ਆਮ ਲੋਕਾਂ ਨੂੰ ਤੱਕ ਪਹੁੰਚਦਾ ਕਰਨ। ਪਰ ਅੱਜ ਕੱਲ੍ਹ ਜੋ ਕੁਛ ਚੱਲ ਰਿਹਾ, ਜੋ ਕੁਛ ਹੋ ਰਿਹਾ, ਨੂੰ ਸੱਸ ਦੀ ਗੱਲ ਕਰ ਲਈਏ ਆਪਾਂ, ਚਾਹੇ ਸੌਖਣਾ ਵਰਗਾ ਰਿਵਾਜ਼ ਜਿਹੜਾ ਪੈ ਗਿਆ ਗਵਰਨਰ ਅਤੇ ਮੁੱਖ ਮੰਤਰੀ ਦਾ, ਜਿੱਥੇ ਸਰਕਾਰਾਂ ਆਪਸ ਮੇਲ ਨਹੀਂ ਕਰਦੀਆਂ, ਕਿਵੇਂ ਦੇਖਦੇ ਹੋ ਤੁਸੀਂ ਜੋ ਕੁਛ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੱਲ ਰਿਹਾ? ਬਿਲਕੁਲ ਜੀ, ਗਵਰਨਰ ਹੈ ਜਿਹੜਾ ਉਹ ਇੱਕ ਸੂਬੇ ਦਾ ਮੁਖੀ ਹੁੰਦਾ ਤੇ ਮੁੱਖ ਮੰਤਰੀ ਜਿਹੜਾ ਹੈਗਾ ਉਹ ਇੱਕ ਕਾਰਜਕਾਰੀ ਮੁਖੀ ਹੁੰਦਾ। ਗਵਰਨਰ ਦੀ ਦੇਖ ਰੇਖ ਦੇ ਹੇਠ ਗਵਰਨਰ ਦੀ ਜਿਹੜੀ ਨਿਗਾਹ ਮੁੱਖ ਮੰਤਰੀ ਦੇ ਉੱਪਰ ਹੁੰਦੀ ਹੈ ਤੇ ਮੁੱਖ ਮੰਤਰੀ ਜਿਹੜਾ ਸਾਰਾ
कामकार आपका कर दिए जिवें आपां कह लईए कि एक किसान एक जिमीदार ने जिवें घर सीरी रख्या हुंदा पर उह अपनी देख रेख दे विच पूरा अपने खेत बन्ने दा काम कराउंदा उसे तरह की जिहड़ी स्थिति हुंदी आ कि काम सारा मुख्यमंत्री दे हत्थ हुंदा पर जिहड़ी मंजूरी गवर्नर दी लैणी उह लाजमी हो जांदी आ ते किते ना किते इसे मंजूरी का पेच है जिहड़ा उह पिछले दिनी बाबा फरीद मैडिकल यूनिवर्सिटी का जो वीसी अपॉइंट किया गया जो वीसी का नाम है जो भेजा गया डॉक्टर गुरप्रीत सिंह वांडर जिड़े कि कार्डियोलॉजिस्ट ने उन्होंने नाम भेजन तो बाद जी ये सारी स्थिति है खुल के सामने आई सी कि पंजाब सरकार के जेडे गवर्नर ने पंजाब के वो बनवारी लाल पुरोहित एक दूजे के सामने हुए सी ਸੋ ਇਹਦੇ ਵਿੱਚ ਪੰਜਾਬ ਦੀ ਜਦੋਂ ਇਸ ਸਥਿਤੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਹੁਣ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਜਾਂ ਜਿੰਨਾ ਕੁ ਮੈਂ ਵਾਚਿਆ ਤਾਂ ਉਹਦੇ ਵਿੱਚ ਇਹ ਸਮਝ ਆਉਂਦਾ ਕਿ ਪੰਜਾਬ ਸਰਕਾਰ ਜੋ ਇਲਜ਼ਾਮ ਬਨਵਾਰੀ ਲਾਲ ਪੁਰੋਹਿਤ ਜਿਹੜੇ ਗਵਰਨਰ ਉਹਨਾਂ ਵੱਲੋਂ ਲਗਾਈ ਗਈ ਹੈ ਕਿ ਪੰਜਾਬ ਸਰਕਾਰ ਉਸ ਤਰੀਕੇ ਨਾਲ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਹੈ ਜੋ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਜਿਹੜੀ ਫਾਈਲ ਗਵਰਨਰ ਤੋਂ ਅਪਰੂਵ ਕਰਾਉਣੀ ਚਾਹੀਦੀ ਹੈ ਉਸ ਪ੍ਰੋਟੋਕੋਲ ਦੇ ਤਹਿਤ ਅਪਰੂਵ ਨਹੀਂ ਕਰਵਾਈ ਜਾ ਰਹੀ ਜੋ ਪ੍ਰੋਟੋਕੋਲ ਬਣਦਾ ਜੇ ਆਪਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਡੀਸੀ ਦੀ ਗੱਲ ਕਰਦੇ ਹਾਂ ਜਿਹਦੀ ਅਪੁਆਇੰਟਮੈਂਟ ਦੀ ਗੱਲ ਕੀਤੀ ਗਈ ਹੈ ਤਾਂ ਉਹਦੇ ਵਿੱਚ ਇੱਕ ਸਿਸਟਮ ਸੀਗਾ ਉਹ ਸਿਸਟਮ ਕੀ ਸੀ ਕਿ ਜਿਹੜੀ ਸਿਲੈਕਸ਼ਨ ਕਮੇਟੀ ਵੱਲੋਂ ਤਿੰਨ ਨਾਂ ਸੁਝਾਏ ਜਾਣੇ ਸੀ ਉਹ ਤਿੰਨ ਨਾਵਾਂ ਦਾ ਜਿਹੜਾ ਇੱਕ ਪੈਨਲ ਬਣਾ ਕੇ ਜਿਹੜਾ ਗਵਰਨਰ ਹਾਊਸ ਦੇ ਵਿੱਚ ਭੇਜਿਆ ਜਾਣਾ ਸੀ ਤੇ ਉਹਨਾਂ ਤਿੰਨਾਂ ਦੇ ਵਿੱਚੋਂ ਗਵਰਨਰ ਵੱਲੋਂ ਇੱਕ ਨਾਂ ਦੇ ਉੱਪਰ ਸੈਕਸ਼ਨ ਦੇ ਕੇ ਇੱਕ ਨਾਂ ਨੂੰ ਅਪਰੂਵ ਕਰਕੇ ਵਾਪਸ ਜਿਹੜਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਭੇਜਿਆ ਜਾਣਾ ਸੀ ਜਿਸ ਤੋਂ ਬਾਅਦ ਉਹ ਨਾਮ ਜਿਹੜਾ ਜਨਤਕ ਕੀਤਾ ਜਾਣਾ ਸੀ ਕਿ ਭਾਈ ਅਸੀਂ ਆਹ ਨਾਂ ਜਿਹੜਾ ਹੈਗਾ ਅਸੀਂ ਸਿਲੈਕਟ ਕਰ ਲਿਆ ਤੇ ਇਹਨੂੰ ਅਸੀਂ ਡੀਸੀ ਅਪੁਆਇੰਟ ਕਰ ਦਿੱਤਾ ਪਰ ਹੋਇਆ ਕੀ ਹੋਇਆ ਇਹ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਸਿਲੈਕਸ਼ਨ ਤੋਂ ਬਾਅਦ ਸਿਰਫ ਤੇ ਸਿਰਫ ਇੱਕੋ ਨਾਂ ਜਿਹੜਾ ਭੇਜਿਆ ਗਿਆ ਤੇ ਉਸ ਦੀ ਪ੍ਰਵਾਨਗੀ ਤੋਂ ਪਹਿਲਾਂ ਹੀ ਉਸਨੂੰ ਜਨਤਕ ਕਰ ਦਿੱਤਾ ਗਿਆ ਮੀਡੀਆ ਦੀਆਂ ਸੁਰਖੀਆਂ ਬਣ ਗਈਆਂ ਖਬਰਾਂ ਲੱਗ ਗਈਆਂ ਤੇ ਇਸੇ ਵਿਸ਼ੇ ਨੂੰ ਲੈ ਕੇ ਜਿਹੜਾ ਪੇਚ ਸਰਕਾਰ ਦੇ ਵਿੱਚ ਤੇ ਗਵਰਨਰ ਦੇ ਵਿੱਚ ਫਸ ਗਿਆ ਤੇ ਗਵਰਨਰ ਵੱਲੋਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਉਹ ਪ੍ਰੋਟੋਕੋਲ ਪੂਰਾ ਨਹੀਂ ਕਰ ਰਹੇ ਤੇ ਇਸ ਕਰਕੇ ਜਿਹੜੀ ਸਾਰੀ ਕਹਾਣੀ ਹੈ ਪਰ ਇਸ ਤੋਂ ਪਹਿਲਾਂ ਇੱਕ ਜਿਹੜੀ ਚੀਜ਼ ਵਾਪਰੀ ਹੈ ਉਹ ਵੀ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕਹਾਣੀ ਵਿਗੜੀ ਕਦੋਂ ਸੀ ਇਹ ਕਹਾਣੀ ਵਿਗੜੀ ਉਦੋਂ ਸੀ ਜਦੋਂ ਰਾਸ਼ਟਰਪਤੀ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਆਉਂਦੇ ਨੇ ਤੇ ਉਦੋਂ ਰਾਜਪਾਲ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਹੋਣਾ ਲਾਜ਼ਮੀ ਸੀ ਉਸ ਫੰਕਸ਼ਨ ਦੇ ਵਿੱਚ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਲਾਜ਼ਮੀ ਸੀ ਜਿਸ ਸਮਾਗਮ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਪਹੁੰਚੇ ਸੀ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੋਰੀ ਆ ਉਹ ਗੁਜਰਾਤ ਦੇ ਵਿੱਚ ਸੀ ਮੈਨੂੰ ਲੱਗਦਾ ਕਿ ਪ੍ਰਚਾਰ ਕਰਨ ਗਏ ਹੋਏ ਸੀ ਕੇਜਰੀਵਾਲ ਸਾਹਿਬ ਦੇ ਨਾਲ ਤਾਂ ਉਦੋਂ ਜਿਹੜਾ ਉਸ ਬਿਆਨ ਤੋਂ ਬਾਅਦ ਇਹ ਸਾਰੀ ਕਹਾਣੀ ਵਿਗੜੀ ਤੇ ਜਿਹਦੇ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਵਾਲਾ ਪੇਚ ਫਸਿਆ ਤੇ ਉਸ ਤੋਂ ਬਾਅਦ ਕਹਾਣੀ ਹੁਣ ਹੋਰ ਵੀ ਅੱਗੇ ਜਾਂਦੀ ਲੱਗਦੀ ਹੈ ਜੀ ਜੀ ਬਿਲਕੁਲ ਗੱਲ ਬਹੁਤ ਵੱਡੀ ਹੈ ਜੀ ਪਰ ਹੁਣ ਸਮਾਂ ਆਪਾਂ ਨੂੰ ਆਜ਼ਾਦ ਨਹੀਂ ਦਿੰਦਾ ਪਰ ਇੱਕ ਗੱਲ ਜ਼ਰੂਰ ਹੈ ਸਾਡੇ ਗਵਰਨਰ ਸਾਹਿਬ ਵੀ ਜੇ ਇਹ ਠੀਕ ਹੈ ਉਹਨਾਂ ਦਾ ਵੱਡੀ ਜ਼ਿੰਮੇਵਾਰੀ ਹੈ ਚਾਹੀਦਾ ਤਾਂ ਉਹਨਾਂ ਨੂੰ ਵੀ ਹੈ ਕਿ ਆਪ ਸਰਕਾਰ ਇੱਕ ਨਵੀਂ ਸਰਕਾਰ ਸੀ ਨਿਯਮਾਂ ਦੀ ਪਾਲਣਾ ਵਿੱਚ ਉਹ ਮਦਦ ਕਰਦੇ ਉਸ ਦੀ ਆਖਿਰਕਾਰ ਉਹ ਪੰਜਾਬ ਸੂਬੇ ਦੇ ਗਵਰਨਰ ਵੀ ਨੇ ਅਤੇ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰ ਵੀ ਨੇ ਹੁਣ ਚੁਣੀ ਹੋਈ ਸਰਕਾਰ ਨੂੰ ਅਪਮਾਨਿਤ ਕਰਨਾ ਜਾਂ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਗਵਰਨਰ ਨੂੰ ਅਪਮਾਨਿਤ ਕਰਨਾ ਦੋਨੇ ਚੀਜ਼ਾਂ ਮਾੜੀਆਂ ਨੇ ਅਸੀਂ ਚਾਹਾਂਗੇ ਪੰਜਾਬ ਦੇ ਭਲੇ ਦੀ ਗੱਲ ਹੋਵੇ ਆਉਣ ਵਾਲੇ ਸਮਿਆਂ ਦੇ ਵਿੱਚ ਰਲ ਕੇ ਦੋਨੇ ਕੰਮ ਕਰਨ ਪਰ ਇਸ ਦੇ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੇਡੀਓ ਚੰਨ ਪ੍ਰਦੇਸੀ ਦੀ ਪੂਰੀ ਟੀਮ ਦੇ ਵੱਲੋਂ ਸਾਡੇ ਸਰੋਤਿਆਂ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਦੋ ਦਿਨ ਸਾਡੇ ਨਾਲ ਸੇਵਾ ਨਿਭਾਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਟੀਮ ਦੇ ਤੁਸੀਂ ਮੈਂਬਰ ਹੋਵੋ ਅਤੇ ਅਸੀਂ ਇਹਨਾਂ ਆਪਣੇ ਜਿਹੜੇ ਵਿਚਾਰ ਨੇ ਆਪਣੇ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਅੱਗੇ ਵਧਾਉਂਦੇ ਰਹੀਏ ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ
रेडियो चन परदेसी का चन परदेसी सुनने वाले सारे दर्शकों का मैं बहुत बहुत धन्यवाद करना जिन्होंने मैं सुनिया मेरिया गलों एप्रीशिएट भी किया क्योंकि टवाणा साहब वालों जब कल मैं दसा गया कि काफी वधिया सुनेहे है जिहड़े स्रोतों वालों भेजे गए हैं। उम्मीद करदा कि फिर तुहाडे रूबरू होवांगे। परमात्मा ने चाहिया जे वाहिगुरु ने कृपा कीती तां फिर तुहाडे सामने होके इसे तरह गल्लां बातां करदे रहांगे। शुक्रिया जी। बिल्कुल, थैंक यू, बहुत बहुत धन्यवाद, सत श्री अकाल दोस्तों। सो दोस्तों ऐसे सरदार गुरु इकबाल सिंह जी बराड़ बठिंडे तो साडे नाल जुड़े सी अपनी सेवा लैके। वधदे जी अगले प्रोग्राम वल, खबरां दी खबर साहब टहणा साहब तैयार वर तैयार ने, गिल साहब भी कल नूं आ जाणगे। ट्रक ड्राइवर वीरां लई खुशखबरी, MTL वालिआं नूं लोड़ है ट्रक ड्राइवरां दी। जिथे हन नवे ट्रक लोकल ते लोंग हॉल रूट 1800 तो 2400 पर वीक पे ते नाल ही ट्रक ते ट्रेलर दी रिपेयर दी सुविधा। कराउणा होवे ऑयल चेंज, ब्रेकां दा कम जां फिर लैणे हो नवे टायर, लोड होवे रोड साइड सर्विस दी, याद रखो इक ही नाम, MTL ट्रक एंड ट्रेलर रिपेयर शॉप। ते हां एक गल होर, इत्थे ट्रेलर रेंट ते भी दित्ते जांदे ने। हाईवे 85 एग्जिट 78 स्पार्टनबर्ग साउथ कैरोलिना। वधेरे जानकारी दे लई कॉल करो गुरविंदर सिंह मान नूं 864-583-7850 ते, या फिर नंबर डायल करो 415-712-4003। ट्रक दी सेल ते रिपेयर लई याद रखो MTL ट्रक एंड ट्रेलर रिपेयर शॉप। भाई ट्रक भी नवा ले लिया, काम भी बहुत है, सारा दिन बिजी भी रही दा है, पर फिर भी बचदा कुछ नहीं, उत्तों कंपनी चंगी नहीं मिलदी। भाई दुखी होण वाली कोई गल नहीं, लगदा तू हंटर एक्सप्रेस वालियां बारे नहीं सुनिया। हंटर एक्सप्रेस वालियां नू लोड है ड्राइवर्स दी ओनर ऑपरेटर लोकल ते डेडिकेटेड रन्स लई, मिशिगन तो लाराइडो टेक्सस लई, चंगी तनखा, वीकली होम टाइम, हेल्थ बेनिफिट्स, वीकली पे, नवे ट्रक 2019 ते 21 मॉडल। आज ही हेलरी हुणा नू कॉल करो 313-307-4185 या फिर असद पट जी नू 313-694-0831। सो याद रखो हंटर एक्सप्रेस। अपने राकेश पाजी किन्ने चंगे ने, सुनीता भैन जी दा किन्ना ध्यान रखदे ने। इदां दा की करता राकेश ने जेड़े तू ओदे तारीफां दे पुल बन्नी जानी है। सुनीता भैन जी दी लाइफ नू पूरी तरह सिक्योर करता उहनां ने। ओ किद्दां? इंश्योरेंस करा के घर दी, गड्डी दी, हेल्थ दी, सब सिक्योर है उहनां दी फैमिली दा। पर इंश्योरेंस कराइए किस तों? तैनूं तां पता ही है टर्म्स एंड कंडीशन वाले चक्कर च पहला कुछ होर ते बाद च कुछ होर निकलदा है। फिर तुसी एक बार पॉल इंश्योरेंस वाले पॉल तनेजा जी नू जरूर मिलो। ट्रकिंग वाले वीरा लई ऑटो ते होम इंश्योरेंस ते स्पेशल डिस्काउंट, नाल ही जे तुसी किसे होर प्रोफेशन जिवें रियल स्टेट, मॉर्गेज, अकाउंटिंग या नर्स दी फील्ड विच काम करदे हो ता अपनी गड्डियां दी इंश्योरेंस 51% तक घट करवा सकदे हो। डिसेबिलिटी ते स्पेशल पैकेज अवेलेबल है, वर्क परमिट वाले भी डिसेबिलिटी ते लाइफ इंश्योरेंस ले सकदे हैं। अपने प्रोफेशन ते डिस्काउंट बारे जानन लई इन्हां नू जरूर पुछो। Pauls Insurance Broker dealing with auto, home, disability, super visa life ते हर तरह दी insurance। आज ही call करो 647-408-4039। Number फिर note कर लो 647-408-4039। या साड़ी website ते visit करो paulsinsurance.ca। So याद रखो Pauls Insurance, insure भी ते secure भी। ओ काले की करदा कल नू बच्चे नू कमा लई है? ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਉਨੇ ਹੀ ਲੱਗ ਜਾਂਦੇ ਆ। ਉਹ ਬਾਹਲੇ ਚੱਕਰਾਂ 'ਚ ਪਿਆ ਫਿਰਦਾ, ਤੂੰ ਪਿਛਲੇ ਹਫ਼ਤੇ ਵੀ ਸਰਵਿਸ ਕਰਾਈ ਜਾਂਦਾ ਸੀ। ਜਿੰਨੇ ਗੇੜੇ ਉਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ। ਮੇਰੀ ਮੰਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨਹੀਂ ਪੈਣੀ। ਫਿਰ ਤਾਂ ਬਈ ਮੈਂ ਹੁਣ ਹੀ ਜਾਣਾ ਹੈ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ
सर्विसेज लई ते वधेरी जानकारी लई कॉल करो 204-469-2000 या फिर कॉल करो 204-770-0460 82 रीनल ड्राइव विनीपेग मिनिटोबा जो कि है रूट नंबर 90 ते फार्मर दे बिल्कुल कॉर्नर ते इथे ट्रक वॉशिंग ते पार्किंग स्पॉट भी अवेलेबल है रेडियो जन परदेसी दा नाम लैण ते स्पेशल डिस्काउंट भी पाओ शाही पनीर कढ़ाई पनीर दाल मखनी चना दाल काली दाल दाल तड़का पालक पनीर रायता आलू जीरा आलू गोभी छोले भटूरे पाव भाजी दही गोलगप्पे दिल करे जो खाओ ओ ढाबा मित्रा दा इंडियन कुजीन खुशबू इंडिया वाली ते स्वाद पंजाब वाला ढाबा मित्रा दा जिथे तुसी इंजॉय कर सकदे हो इंडियन फूड ते नाल ही लुत्फ लै सकदे हो क्लीन रूम ते शावर दा ते एक गल होर ट्रका आले वीर इत्थे बैठ के भी खा सकदे ने ते अपना खाना पैक करा के भी नाल ले जा सकदे ने सो याद रखो ढाबा मित्रा दा हाईवे ती एग्जिट 153 विनफील्ड टेक्सास वधेरे जानकारी दे लई कॉल करो 903-524-2138 ढाबा मित्रा दा ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜੀ ਟਾਣਾ ਸਾਹਿਬ ਸਭ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਉਹਨਾਂ ਨੇ ਉਮੀਦਵਾਰਾਂ ਨੂੰ ਆਸ਼ੀਰਵਾਦ ਦਿੱਤਾ ਇਹ ਕਿਹੜੇ ਉਮੀਦਵਾਰ ਨੇ ਕਿਤੇ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਜਾਂ ਕੋਈ ਹੋਰ ਨਹੀਂ ਨਹੀਂ ਇਹ ਉਮੀਦਵਾਰ ਹੈਗੇ ਆ ਟਾਣਾ ਸਾਹਿਬ ਜਿਹੜੇ ਕਿ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਆ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਸਿਰ ਦੇ ਉੱਤੇ ਆ ਤੇ ਹਰਿਆਣੇ ਦੇ ਵਿੱਚ ਜਿਹੜੇ ਉਮੀਦਵਾਰ ਆ ਤੇ ਉਹਨਾਂ ਦੇ ਵੱਲੋਂ ਕੱਲ ਆਨਲਾਈਨ ਗੁਰਮੀਤ ਰਾਮ ਰਹੀਮ ਦੇ ਕੋਲ ਆਸ਼ੀਰਵਾਦ ਲਿਆ ਗਿਆ ਕਿਉਂਕਿ ਆਪਾਂ ਜਾਣਦੇ ਕਿ ਗੁਰਮੀਤ ਰਾਮ ਰਹੀਮ ਇਸ ਵੇਲੇ ਬਾਹਰ ਆਇਆ ਹੋਇਆ ਜੇਲ ਦੇ ਵਿੱਚੋਂ ਉਹਦੇ ਵੱਲੋਂ 40 ਦਿਨ ਹੁਣ ਬਾਹਰ ਰਹਿ ਜਾਣਾ 40 ਦਿਨਾਂ ਦੇ ਵਿੱਚੋਂ 5-6 ਦਿਨ ਨਿਕਲ ਗਏ ਆ ਤੇ ਭਗਤਾਂ ਦੇ ਵੱਲੋਂ ਵੀ ਆਸ਼ੀਰਵਾਦ ਲਿਆ ਗਿਆ ਤੇ ਅੱਜ ਉਮੀਦਵਾਰਾਂ ਦੇ ਵੱਲੋਂ ਵੀ ਆਸ਼ੀਰਵਾਦ ਲਿਆ ਗਿਆ ਤੇ ਆਨਲਾਈਨ ਉਹਨੇ ਆਪਣੀ ਸਤਸੰਗ ਕੀਤੀ ਆ ਤੇ ਕੋਈ ਕਿਹੜੇ ਵਾਰਡ ਤੋਂ ਉਮੀਦਵਾਰ ਆ ਉਹ ਕਿਹੜੇ ਵਾਰਡ ਤੋਂ ਉਮੀਦਵਾਰ ਆ ਤੇ ਉਹਨਾਂ ਸਾਰਿਆਂ ਨੇ ਆਸ਼ੀਰਵਾਦ ਲਿਆ ਤੇ ਗੁਰਮੀਤ ਰਾਮ ਰਹੀਮ ਨੇ ਸਾਰੇ ਉਮੀਦਵਾਰਾਂ ਨੂੰ ਇਹ ਗੱਲ ਕਹੀ ਹੈ ਵੀ ਭਾਈ ਮੇਰਾ ਤੁਹਾਡੇ ਨਾਲ ਆਸ਼ੀਰਵਾਦ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਸੀਂ ਸਾਰੇ ਜਿੱਤ ਜਾਓਗੇ ਤੇ ਉਸ ਤੋਂ ਬੜੀ ਗੱਲ ਇਹ ਆ ਵੀ ਗੁਰਮੀਤ ਰਾਮ ਰਹੀਮ ਨੇ ਕੱਲ ਮਿੱਠਾ ਜਿਹਾ ਇਤਰਾਜ਼ ਵੀ ਕੀਤਾ ਉਹ ਕਹਿੰਦੇ ਵੀ ਕੁਝ ਕੁ ਲੋਕ ਕਹਿੰਦੇ ਵੀ ਨਕਲੀ ਗੁਰਮੀਤ ਰਾਮ ਰਹੀਮ ਆ ਅਸਲੀ ਤਾਂ ਜੇਲ੍ਹ ਦੇ ਵਿੱਚ ਬੈਠਾ ਮੈਂ ਹੀ ਅਸਲੀ ਹਾਂ ਮੈਂ ਹੀ ਹਾਂ ਸਾਰਾ ਕੁਝ ਇਹ ਗੱਲਾਂ ਕਈ ਬੰਦੇ ਨੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਤੇ ਪਤਾ ਨੀ ਕਿਉਂ ਹੋ ਜਾਂਦਾ ਉਹ ਕਹਿੰਦੇ ਵੀ ਨਕਲੀ ਤਾਂ ਮੈਂ ਹੈ ਨੀ ਗਾ ਅਸਲੀ ਮੈਂ ਹੀ ਸੀ ਤੇ ਅਸਲੀ ਮੈਂ ਹੈਗਾ ਤੇ ਅਸਲੀ ਰਹੂੰਗਾ ਤੇ ਉਹ ਕਹਿੰਦੇ ਵੀ ਭਾਈ ਇਹ ਐਵੇਂ ਗੱਲਾਂ ਬਣ ਜਾਂਦੀਆਂ ਉੜਦੀਆਂ ਫਿਰਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਤੇ ਉਹ ਕਹਿੰਦੇ ਵੀ ਭਾਈ ਸੰਤ ਕਦੇ ਨਕਲੀ ਨਹੀਂ ਹੁੰਦੇ ਕੀ ਬਾਤ ਟਹਿਣਾ ਸਾਹਿਬ ਕਦੇ ਤੁਸੀਂ ਸੋਚਿਆ ਵੀ ਜੇ ਤੁਹਾਨੂੰ ਸੰਤ ਬਣਨਾ ਪੈ ਜਾਂਦਾ ਫਿਰ ਨਾ ਵੀ ਨਾ ਮੇਰੇ ਨਹੀਂ ਬਸ ਦੀ ਗੱਲ ਤੇ ਪਰ ਗੱਲ ਵੀ ਇਹ ਇਹ ਲੋਕ ਹੋਰ ਆ ਫਿਲਮ ਫਿਲਮਾਂ ਵਾਲੀਆਂ ਆਈਆਂ ਉਹ ਕਲਾਕਾਰ ਬੰਦੇ ਆ ਆਪਾਂ ਥੋੜੀ ਕਲਾਕਾਰ ਬੰਦੇ ਆ ਜੇ ਕਿਧਰੇ ਮੈਂ ਬਾਬਾ ਹੁੰਦਾ ਚੱਲਦਾ ਮੇਰਾ ਦਾਬਾ ਹੁੰਦਾ ਟਹਿਣਾ ਸਾਹਿਬ ਅੰਮ੍ਰਿਤਸਰ ਦੀ ਜੇਲ੍ਹ 'ਚ ਨਸ਼ਾ ਕਰਦੇ ਕੈਦੀਆਂ ਦੀ ਵੀਡੀਓ ਵਾਇਰਲ ਹੋ ਗਈ ਸਿਰੇ ਲਾਤੀ ਗੱਲ ਹਾਂ ਬਿਲਕੁਲ ਜੀ ਬੜੀ ਵੱਡੀ ਖਬਰ ਆ ਇਹ ਕਿ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆਈ ਆ ਤੇ ਜਿਸ ਤਰੀਕੇ ਦੇ ਨਾਲ ਕੈਦੀ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਬੈਠੇ ਚਿੱਟਾ ਪੀ ਰਹੇ ਆ ਤੇ ਹੈਰਾਨੀ ਹੁੰਦੀ ਹੈ ਇੱਕ ਤਾਂ ਇਸ ਕਰਕੇ ਵੀ ਜੇਲ੍ਹ ਦੇ ਵਿੱਚ ਵੀਡੀਓ ਕਿਵੇਂ ਬਣਾ ਲਈ ਦੂਜਾ ਇਸ ਕਰਕੇ ਵੀ ਜੇਲ੍ਹ ਦੇ ਵਿੱਚ ਨਸ਼ਾ ਕਿਵੇਂ ਬਚਾਤਾ ਤੀਜਾ ਇਸ ਕਰਕੇ ਵੀ ਕਿਵੇਂ ਬੈਠ ਕੇ ਜਿਵੇਂ ਝੁੰਡ ਬਣਾ ਕੇ ਜਿਵੇਂ ਬਾਹਰ ਮੇਲਾ ਵੇਖਣ ਨੀ ਚੱਲੇ ਹੁੰਦੇ ਵੀ ਇਸ ਤਰੀਕੇ ਦੇ ਨਾਲ ਬੈਠੇ ਆ ਵੀ ਇਹ ਦੋ ਤਿੰਨ ਗੱਲਾਂ ਦਾ ਜਿਹੜਾ ਪਤਾ ਲੱਗਦਾ ਵੀ ਭਾਈ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਹੁੰਦਾ ਕੀ ਆ ਜਾਂ ਸਾਡੇ ਪੰਜਾਬ ਦੀਆਂ ਸੋਚੀਆਂ ਇਹਨਾਂ ਦੇ ਵਿੱਚ ਹੁੰਦਾ ਕੀ ਹੋਊਗਾ ਅਗਲੀ ਗੱਲ ਇਹ ਜੀ ਕਿ ਜਿਹੜੀ ਇਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਹੋਈ ਆ ਇਹਦੇ ਉੱਤੇ ਕੋਈ ਵੀ ਅਧਿਕਾਰੀ ਮੂੰਹ ਖੋਲਣ ਵਾਸਤੇ ਤਿਆਰ ਨਹੀਂ ਹੈਗਾ ਪਰ ਸੱਚ ਤਾਂ ਸੱਚ ਆ ਵੀ ਭਾਈ ਜੇਲ੍ਹ ਦੇ ਵਿੱਚ ਕੀ ਕੁਛ ਹੋ ਰਿਹਾ ਅਸੀਂ ਤਾਂ ਇਸ ਗੱਲ ਦਾ ਦੁੱਖ ਮਨਾਉਂਦੇ ਹਾਂ ਵੀ ਪੰਜਾਬ ਦੀਆਂ ਸੜਕਾਂ ਦੇ ਚਿੱਟਾ ਕਿਉਂ ਲੱਗਦਾ ਪੰਜਾਬ ਦੀਆਂ ਪਹੀਆਂ ਦੇ ਉੱਤੇ ਪੰਜਾਬ ਦੀਆਂ ਪੱਤੀਆਂ ਦੇ ਵਿੱਚ ਪੰਜਾਬ ਦੇ ਮੋੜਾਂ ਦੇ ਉੱਤੇ ਚੁਰਸਤਿਆਂ ਦੇ ਉੱਤੇ ਕਿਉਂ ਨਸ਼ਾ ਵਿਖਦਾ ਪਰ ਗੱਲ ਵੀ ਤਾਂ ਬਾਹਰ ਦੀ ਗੱਲ ਕਹੀ ਜਾਂਦੇ ਤੇ ਇਹਦਾ ਅੰਦਰ ਵੀ ਉਹੀ ਕੁਛ ਹੋ ਰਿਹਾ ਸੋ ਹੁਣ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਆ ਵੀ ਇਹ ਜਿਹੜਾ ਪੰਨੀ ਨੀ ਹੁੰਦੀ ਜਿਹੜੀ ਕਿ ਰੋਟੀ ਨੂੰ ਰਿਲੇਟਡ ਵਾਲਾ ਇੱਕ ਹੁੰਦਾ
ਕਾਗਜ਼ਾ ਲਿਸ਼ਕਾਰੇ ਦੇ ਮਾਰਨ ਵਾਲਾ ਤੇ ਉਹਦੇ ਵਿੱਚ ਉਹਦੇ ਤਰੱਕੀ ਇਹ ਚਿੱਟਾ ਪੀ ਰਹੇ ਆ ਤੇ ਹੁਣ ਜਦੋਂ ਮੰਤਰੀ ਨੂੰ ਪਤਾ ਲੱਗਾ ਹਰਜੋਤ ਸਿੰਘ ਮੈਂਸ ਨੂੰ ਜੇਲ੍ਹ ਮੰਤਰੀ ਨੂੰ ਉਹਨਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਆਦੇਸ਼ ਜਾਰੀ ਕੀਤੇ ਆ ਪਰ ਗੱਲ ਇਹ ਜੀ ਕਿ ਪੰਜਾਬ ਦੀਆਂ ਜਿਹੜਾ ਚ ਸਾਰਾ ਕੁਝ ਹੁੰਦਾ ਤੇ ਪੰਜਾਬ ਦੀਆਂ ਜਿਹਨਾਂ ਦੇ ਬਾਰੇ ਚੋਰ ਤੇ ਕੁੱਤੀ ਰਲੀ ਹੋਈ ਹੈ ਇਹ ਸਾਰਿਆਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਦੇ ਕੋਈ ਜਿਹੜਾ ਵੱਖ ਵੱਖ ਥਾਣੇ ਦੇ ਵਿੱਚ ਤਾਇਨਾਤ ਜਿਹੜੇ ਬੰਦੇ ਆ ਉਹ ਚਿੱਟਾ ਲਜਾਨਾ ਫੜਿਆ ਜਾਂਦਾ ਕਦੇ ਕੋਈ ਫੜਾ ਕੇ ਆਉਂਦਾ ਕਦੇ ਕੋਈ ਫੜਾ ਕੇ ਆਉਂਦਾ ਸੋ ਇਹ ਕੁਝ ਚੱਲ ਰਿਹਾ ਜੀ ਬਿਲਕੁਲ ਬਿਲਕੁਲ ਬਹੁਤ ਮੰਦਭਾਗੀਆਂ ਖਬਰਾਂ ਟਹਿਣਾ ਸਾਹਿਬ ਜੇ ਇੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੀ ਅਗਲੀ ਖਬਰ ਹੈ ਉਹ ਹੈਗੀ ਆ ਜੀ ਜੰਮੂ ਕਸ਼ਮੀਰ 'ਚ ਐਂਟਰੀ ਨਾ ਹੋਣ 'ਤੇ ਸਿਮਰਨਜੀਤ ਸਿੰਘ ਮਾਨ ਧਰਨੇ 'ਤੇ ਬਹਿ ਗਏ ਮਾਨ ਸਾਹਿਬ ਨੂੰ ਇਹ ਨਸ਼ੇ ਵਾਲੀਆਂ ਚੀਜ਼ਾਂ ਕਿਉਂ ਨਹੀਂ ਦਿਖਦੀਆਂ ਜਿਹੜੀਆਂ ਪੰਜਾਬ ਦੀਆਂ ਜ਼ਿਲ੍ਹਾ 'ਚੋਂ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾਂ ਹੋਰ ਬਾਕੀ ਦੇ ਜਗ੍ਹਾ ਦੇ ਉੱਤੇ ਜੋ ਪੰਜਾਬ ਦੇ ਵਿੱਚ ਡਰੱਗ ਤਸਕਰ ਨੇ ਗੈਂਗਸਟਰ ਨੇ ਮਾਨ ਸਾਹਿਬ ਨੂੰ ਇਹ ਚੀਜ਼ਾਂ ਕਿਉਂ ਨਹੀਂ ਨਜ਼ਰ ਆਉਂਦੀਆਂ ਕਿਉਂ ਬਾਕੀ ਹੋਰ ਥਾਂ ਜਾ ਕੇ ਧਰਨਿਆਂ 'ਤੇ ਚੱਲੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੇਖੋ ਗੱਲ ਇਹ ਜੀ ਕਿ ਜਿਸ ਤਰੀਕੇ ਨਾਲ ਸਿਮਰਨਜੀਤ ਮਾਨ ਹੋਰੀ ਜਾ ਰਹੇ ਸੀਗੇ ਜੰਮੂ ਕਸ਼ਮੀਰ ਦੇ ਵੱਲ ਉਹਨਾਂ ਨੂੰ ਉੱਧਰ ਐਂਟਰ ਨਹੀਂ ਹੋਣ ਦਿੱਤਾ ਗਿਆ ਤੇ ਉਹਨਾਂ ਨੇ ਉੱਥੇ ਧਰਨਾ ਲਾਉਣਾ ਸ਼ੁਰੂ ਕਰਤਾ ਇਹਦੇ ਬਾਰੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਆ ਦੇਖੋ ਭਾਵੇਂ ਕਿ ਉਹ ਗਏ ਸੀਗੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਭਾਵੇਂ ਉਹ ਗਏ ਹੋਣ ਘੁੰਮਣ ਦੇ ਲਈ ਤੇ ਭਾਵੇਂ ਉਹ ਕੁਛ ਹੋਰ ਕੰਮ ਕਾਜ ਦੇ ਲਈ ਗਏ ਹੋਣ ਪਰ ਉਹਨਾਂ ਨੇ ਧਰਨਾ ਲਾ ਕੇ ਇਹ ਗੱਲ ਕਹੀ ਹੈ ਵੀ ਇਹ ਸਿੱਖਾਂ ਦੇ ਵਾਸਤੇ ਇੱਦਾਂ ਕਿਉਂ ਹੁੰਦਾ ਤੇ ਕੇਂਦਰ ਦੀ ਹਕੂਮਤ ਦੇ ਇਸ਼ਾਰੇ ਦੇ ਉੱਤੇ ਇਹ ਗਲਤ ਕੰਮ ਕੀਤਾ ਜਾ ਰਿਹਾ ਉਹਨਾਂ ਨੇ ਕਈ ਘੰਟੇ ਇੱਥੇ ਲੰਮਾ ਧਰਨਾ ਪ੍ਰਦਰਸ਼ਨ ਵੀ ਕੀਤਾ ਤੇ ਇਹ ਗੱਲ ਕਹੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਜਾ ਕੇ ਰਹਾਂਗੇ ਸੋ ਇਸ ਤਰੀਕੇ ਦੀਆਂ ਗੱਲਾਂ ਪਰ ਗੱਲ ਇਹ ਜੀ ਕਿ ਜਿਹੜੇ ਵਿਰੋਧੀ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਖਾਸ ਕਰਕੇ ਜਿਹੜੀ ਸੱਤਾਧਾਰੀ ਧਿਰਾ ਉਹ ਕਹਿੰਦੇ ਵੀ ਸਿਮਰਨਜੀਤ ਸਿੰਘ ਮਾਨ ਆ ਜਿਹੜੇ ਉਹ ਬੇਅਸਰ ਹੋ ਗਏ ਆ ਤੇ ਮਾਨ ਗਰੁੱਪ ਇਹ ਗੱਲ ਕਹਿੰਦਾ ਵੀ ਭਾਈ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੇ ਤੁਸੀਂ ਸਾਡੇ ਨਾਲ ਮੁਕਾਬਲਾ ਕਰਕੇ ਦੇਖ ਲਿਓ ਵਿਚਾਰਧਾਰਕ ਤੌਰ ਦੇ ਉੱਤੇ ਵੀ ਮਜ਼ਬੂਤੀ ਵਾਲੇ ਵਿਚਾਰ ਕਿਹਦੇ ਹੈਗੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਦੇ ਕੋਈ ਮੋੜ ਕਦੇ ਕੋਈ ਮੋੜ ਕਦੇ ਕੋਈ ਅੱਗੇ ਕਦੇ ਕੋਈ ਪਿੱਛੇ ਇਸ ਤਰੀਕੇ ਦੇ ਨਾਲ ਆ ਤੇ ਮਾਨ ਹੋਰਾਂ ਨੇ ਗੱਲ ਕਹੀ ਹੈ ਵੀ ਸ਼ੁਰੂ ਤੋਂ ਕੇਂਦਰ ਦੀਆਂ ਹਕੂਮਤਾਂ ਪੰਜਾਬ ਦੇ ਖਿਲਾਫ਼ ਆ ਤੇ ਕੇਂਦਰ ਦੀ ਹਕੂਮਤ ਦੇ ਇਸ਼ਾਰੇ ਦੇ ਉੱਤੇ ਸਿੱਖਾਂ ਦੇ ਖਿਲਾਫ਼ ਇਹ ਅਤਿਆਚਾਰ ਹੁੰਦੇ ਆ ਤੇ ਇਹ ਵੀ ਉਹਦੇ ਵਿੱਚੋਂ ਇੱਕ ਰੂਪ ਆ ਵੀ ਭਾਈ ਸਾਨੂੰ ਜੰਮੂ ਨੂੰ ਜਾਣ ਦਿੱਤਾ ਗਿਆ ਜੀ ਉੱਧਰ ਕੈਬਨਿਟ ਮੰਤਰੀ ਨੇ ਚੇਤਨ ਸਿੰਘ ਜੌੜੇ ਮਾਜਰਾ ਉਹਨਾਂ ਨੇ ਬਜ਼ੁਰਗ ਦੀ ਵੀਡੀਓ ਪਾ ਕੇ ਮਦਦ ਦੀ ਮੰਗ ਕੀਤੀ ਆ ਜੀ ਕੀ ਸਰਕਾਰ ਹੁਣ ਇੰਨੀ ਮਦਦ ਨਹੀਂ ਕਰ ਸਕਦੀ ਦੇਖੋ ਜੀ ਗੱਲ ਇਹ ਹੈ ਕਿ ਚੇਤਨ ਸਿੰਘ ਜੌੜੇ ਮਾਜਰਾ ਨੇ ਇੱਕ ਮਨੁੱਖ ਹੋਣ ਦੇ ਨਾਤੇ ਮੇਰਾ ਖਿਆਲ ਆ ਵੀ ਇਹ ਵੀਡੀਓ ਪਾਈ ਆ ਤੇ ਮੈਨੂੰ ਵੀ ਚੰਗਾ ਲੱਗਾ ਜੀ ਕਿ ਦੇਖੋ ਬੰਦੇ ਨੂੰ ਆਪਦੇ ਬਲਬਲੇ ਸਾਂਝੇ ਕਰਨੇ ਚਾਹੀਦੇ ਆ ਇਹਦੇ ਵਿੱਚ ਮੈਂ ਦੇਖਿਆ ਕਿ ਇੱਕ ਦੀਵਿਆਂ ਦੀ ਢੇਰੀ ਦੇ ਕੋਲੇ ਬਜ਼ੁਰਗ ਬੈਠਾ ਪਾਟੇ ਝੀਟੇ ਲੀੜੇ ਪਾ ਕੇ ਸ਼ਾਇਦ 80-85 ਸਾਲ ਦੀ ਉਮਰ ਹੋਵੇ ਕੋਲੇ 7-8 ਸਾਲ ਦਾ ਬੱਚਾ ਬੈਠਾ ਜਿਹੜਾ ਸ਼ਾਇਦ ਪੋਤਾ ਹੋਵੇ ਤੇ ਇਸ ਜਿਹੜੀ ਆ ਕਲਿੱਪ ਨੂੰ ਤੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵੱਲੋਂ ਵਾਇਰਲ ਵੀ ਕੀਤਾ ਜਾ ਰਿਹਾ ਤੇ ਇਹ ਜਿਹੜੀ ਤਸਵੀਰ ਆ ਇਹਦੇ ਉੱਤੇ ਲਿਖਿਆ ਹੋਇਆ ਕਿ ਦੀਵਾਲੀ ਨੇੜੇ ਆ ਆਪੋ ਆਪਣੇ ਘਰਾਂ ਦੀ ਆਪਾਂ ਸਫਾਈ ਕਰ ਰਹੇ ਹਾਂ ਤੇ ਦੀਵੇ ਲੈਣੇ ਚਾਹੀਦੇ ਆ ਤੇ ਫੈਂਸੀ ਰੜੀਆਂ ਦੇ ਨਾਲ ਨਾਲ ਦੀਵੇ ਜ਼ਰੂਰ ਲਿਓ ਤੇ ਇਹਨਾਂ ਲੋਕਾਂ ਦੇ ਕੋਲੋਂ ਦੀਵੇ ਜ਼ਰੂਰ ਲਿਓ ਤੇ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਦੀਵਾਲੀ ਮਨਾਈ ਜਾਊਗੀ ਜੇਕਰ ਆਪਾਂ ਦੀਵੇ ਲਵਾਂਗੇ ਤਾਂ ਤੇ ਇਹਨਾਂ ਗਰੀਬ ਲੋਕਾਂ ਦੇ ਕੋਲੋਂ ਭਾਅ ਨਾ ਘਟਾਇਓ ਜਿੰਨੇ ਪੈਸੇ ਮੰਗਦੇ ਉਹਨੂੰ ਦੇ ਦਿਓ ਤੇ ਦੀਵੇ ਲੈ ਲਿਓ ਸੋ ਗੱਲ ਤਾਂ ਇਹ ਆਪਣੀ ਸਾਡਾ ਠੀਕ ਆ ਪਰ ਕਿਉਂਕਿ ਆਪਾਂ ਜਾਣਦੇ ਕਿ ਲੋਕ ਨਾ ਜਦੋਂ ਕੱਪੜੇ ਲੈਣੇ ਆ ਉਦੋਂ ਮੂੰਹ ਆਏ ਪੈਸੇ ਦੇ ਦਿੰਦੇ ਆ ਦਵਾਈ ਲੈਣੀ ਆ ਉਦੋਂ ਕੋਈ ਸਮੱਸਿਆ ਨੀ ਕਦੇ ਠੇਕੇਦਾਰ ਨੂੰ ਕਿਹਾ ਸ਼ਰਾਬ ਵਾਲੇ ਨੂੰ ਵੀ ਭਾਈ ਪੈਸੇ ਘੱਟ ਕਰ ਲਾ ਵੀ ਬੋਤਲਾਂ 2 ਲੈ ਲੂਗਾ ਸੋ ਉਦੋਂ ਸਭ ਕੁਝ ਠੀਕ ਚੱਲਦਾ ਪਰ ਜਦੋਂ ਰਿਕਸ਼ੇ ਵਾਲੇ ਨੂੰ ਪੈਸੇ ਦੇਣੇ ਹੁੰਦੇ ਆ ਤੇ ਜਦੋਂ ਰੇਹੜੀ ਵਾਲੇ ਨੂੰ ਪੈਸੇ ਦੇਣੇ ਹੁੰਦੇ ਆ ਤੇ ਉਦੋਂ ਆਪਾਂ 3600 ਗੱਲ ਕਰਦੇ ਵੀ 50 ਨਹੀਂ ਮੈਂ ਤਾਂ 35 ਦੂੰਗਾ 60 ਨਹੀਂ ਮੈਂ ਤਾਂ 40 ਦੂੰਗਾ ਫਿਰ ਆਹ ਕੰਮ ਚੱਲ ਪੈਂਦਾ ਸੋ ਦੀਵਿਆਂ ਵਾਲਿਆਂ ਨੂੰ ਜਿਹੜੇ ਕਿ ਪੰਜਾਬ ਦੇ ਦੇਸ਼ ਦੇ ਲੋਕਾਂ ਦੇ ਉੱਤੇ ਨਿਰਭਰ ਆ ਦੀਵਿਆਂ ਦੀ ਜਿਹਨਾਂ ਦੀ ਗਿਣਤੀ ਹੁਣ ਬਹੁਤ ਘੱਟ ਗਈ ਹੈ ਵਿਕਣ ਦੀ ਤੇ ਉਹਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਰੋਟੀ ਪੱਕਣੀ ਚਾਹੀਦੀ ਹੈ ਜੀ ਜੀ ਟਹਿਣਾ ਸਾਹਿਬ ਕਾਫੀ ਰੌਲਾ ਚੱਲ ਰਿਹਾ ਸਾਡੇ ਗਵਰਨਰ ਦਾ ਤੇ ਪੰਜਾਬ ਸਰਕਾਰ ਦਾ ਆਪਸ ਦੇ ਵਿੱਚ ਕਈ ਗੱਲਾਂ ਦੇ ਕਰਕੇ ਮਤਭੇਦ ਜਿਹੜੇ ਨੇ ਰੋਜ਼ ਹੀ ਉਜਾਗਰ ਹੁੰਦੇ ਨੇ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬੀ ਸੀ ਨੇ ਸਤਵੀਰ ਸਿੰਘ ਜੀ ਗੋਸਲ ਰਾਜਪਾਲ ਨੇ ਉਹਨਾਂ ਨੂੰ ਹਟਾਉਣ ਦੀ ਜਿਹੜੀ ਹੈ ਗਵਰਨਰ ਨੇ ਹਟਾਉਣ ਦੀ ਜਿਹੜੀ ਗੱਲ ਕਹੀ ਹੈ
ਇਹ ਕਿਉਂ ਨਹੀਂ ਰਲ ਮਿਲ ਕੇ ਗੱਲ ਕਰਦੇ, ਕਿਉਂ ਨਹੀਂ ਉਹ ਵੀ ਸੀ ਦੇ ਵੱਲੋਂ ਕੋਈ ਅਜਿਹਾ ਪ੍ਰੋਗਰਾਮ ਯੂਨੀਵਰਸਿਟੀ ਵਿੱਚ ਰੱਖਿਆ ਜਾਂਦਾ ਜਿਹਦੇ ਵਿੱਚ ਕਿਸਾਨਾਂ ਦੇ ਲਈ ਜੋ ਵੀ ਸਹੂਲਤਾਂ ਸਾਡੇ ਪ੍ਰਧਾਨ ਮੰਤਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਜਾਂ ਸਾਡੇ ਮੁੱਖ ਮੰਤਰੀ ਅਤੇ ਗਵਰਨਰ ਆਪਸ ਵਿੱਚ ਮਿਲ ਕੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਕਰਨ, ਪੰਜਾਬ ਦੀ ਗੱਲ ਕਰਨ, ਪੰਜਾਬ ਨੂੰ ਹੋਰ ਰੰਗਾ ਬਣਾਉਣ ਦੀ ਕੋਸ਼ਿਸ਼ ਰਲ ਕੇ ਕਰਨ। ਇਹ ਜਿਹੜੀ ਆਪਸੀ ਖਿੱਚੋ ਤਾਣ ਹੈ ਇਹ ਕਿੱਧਰ ਲੈ ਕੇ ਜਾਊਗੀ ਪੰਜਾਬ ਨੂੰ? ਜੀ ਦੇਖੋ ਜੀ, ਇਹ ਜਿਹੜੀ ਆਪਸੀ ਖਿੱਚੋ ਤਾਣ ਇਹ ਇਨ ਫਿਊਚਰ ਤਾਂ ਪੰਜਾਬ ਦੇ ਲਈ ਮਾੜੀ ਹੈ। ਤੇ ਮੈਂ ਕਦੇ ਕਦੇ ਹੈਰਾਨ ਹੁੰਦਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਦੋ ਸੂਬਿਆਂ ਦੇ ਵਿੱਚ ਸਰਕਾਰ, ਇੱਕ ਹੈਗਾ ਜੀ ਦਿੱਲੀ, ਤੇ ਦਿੱਲੀ ਦੇ ਵਿੱਚ ਵੀ ਰੌਲਾ ਇਹੀ ਆ ਕਿਉਂਕਿ ਉੱਥੇ ਉਪ ਰਾਜਪਾਲ ਦੇ ਨਾਲ ਆਪਣਾ ਇੱਟ ਖੜਿਕਾ ਚੱਲਦਾ। ਇੱਧਰ ਪੰਜਾਬ ਦੇ ਵਿੱਚ ਵੀ ਉਹੀ ਗੱਲ ਹੋ ਗਈ, ਇੱਥੇ ਆਪਣਾ ਰਾਜਪਾਲ ਨਾਲ ਇੱਟ ਖੜਿਕਾ ਚੱਲਦਾ, ਤੇ ਇੱਟ ਖੜਿਕਾ ਆਪਣਾ ਕਿਹਦੇ ਨਾਲ ਨਹੀਂ ਚੱਲਦਾ? ਹੁਣ ਅਗਲਾ ਸਵਾਲ ਇਹ ਆ, ਕਿਉਂਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸ਼ਾਇਦ ਇਹ ਚਾਹੁੰਦੀ ਜੀ ਕਿ ਅਸੀਂ ਆਪਦੇ ਮੁਤਾਬਕ ਕੰਮ ਕਰੀਏ, ਤੇ ਉਹਨਾਂ ਨੂੰ ਆਪਦੇ ਮੁਤਾਬਕ ਕੰਮ ਕਰਨ ਦੀ ਉਨੀ ਆਗਿਆ ਨਹੀਂ ਮਿਲਦੀ ਜਿੰਨੇ ਕਿ ਇਹ ਸੋਚਦੇ ਆ। ਸੋ ਮੈਨੂੰ ਲੱਗਦਾ ਜੀ ਕਿ ਇਹ ਆਉਂਦੇ ਸਮੇਂ ਦੇ ਵਿੱਚ ਵੀ ਰੇੜਕਾ ਵਧੂਗਾ। ਵੈਸੇ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਮੇਰਾ ਖਿਆਲ ਆ ਵੀ ਬਿਨਾਂ ਪਰਮਿਸ਼ਨ ਲਏ ਜਾਂ ਬਿਨਾਂ ਧਿਆਨ ਦੇ ਵਿੱਚ ਲਿਆਂਦੇ ਆਪਣੇ ਤਰੀਕੇ ਨਾਲ ਚੱਲਣ ਦੀ ਚਾਹਵਾਨ ਆ। ਤੇ ਜਿਹੜਾ ਦੂਜਾ ਪੱਖ ਹੈਗਾ ਜੀ ਰਾਜਪਾਲ ਦਾ, ਤੇ ਉਹ ਚਾਹੁੰਦਾ ਜੀ ਕਿ ਸੂਈ ਦੇ ਨੱਕੇ ਥਣੀ ਕੱਢ ਕੇ ਮੈਂ ਫੇਰ ਕੰਮ ਲਵਾਂ ਤੇ ਦੇਵਾਂ। ਸੋ ਇਸ ਤਰੀਕੇ ਦੇ ਨਾਲ ਆਪਾਂ ਉਦਾਹਰਨਾਂ ਵੇਖੀਆਂ ਕਈ ਵੀ, ਇੱਕ ਤਾਂ ਫਰੀਦਕੋਟ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਰੱਦ ਕੀਤੀ ਹੈ ਵੀਸੀ ਨੇ। ਫਿਰ ਉਸ ਤੋਂ ਪਹਿਲਾਂ ਆਪਾਂ ਜਾਣਦੇ ਜੀ ਕਿ ਵਿਧਾਨ ਸਭਾ ਦਾ ਸੈਸ਼ਨ ਰੱਦ ਕੀਤਾ ਸੀ ਇੱਕ ਨੰਡਾ। ਫਿਰ ਆਮ ਆਦਮੀ ਪਾਰਟੀ ਨੇ ਝਕਾਨੀ ਦਿੱਤੀ ਹੈ ਕਿਉਂਕਿ ਇਹਨਾਂ ਨੇ ਕਿਹਾ ਸੀ ਰਾਜਪਾਲ ਨੂੰ ਕਿ ਅਸੀਂ ਤਾਂ ਜੀ ਪੰਜਾਬ ਦੇ ਮੁੱਦੇ ਜਿਹੜੇ ਪਾਣੀ ਦਾ, ਬਿਜਲੀ ਦਾ, ਪਰਾਲੀ ਦਾ ਤੇ GST ਦਾ ਇਹਦੇ ਉੱਤੇ ਵਿਚਾਰ ਕਰਨੀ ਹੈ, ਪਰ ਇਹਦੇ ਵਿੱਚੋਂ ਕਿਸੇ ਵੀ ਮੁੱਦੇ ਤੇ ਵਿਚਾਰ ਨਹੀਂ ਕੀਤੀ, ਉਹਨਾਂ ਨੇ ਆਪਦੀ ਵਿਚਾਰ ਕਰ ਲਈ, ਬਹੁਮਤ ਸਾਬਤ ਕਰਤਾ। ਸੋ ਇਹਨਾਂ ਦੀ ਗੱਲਾਂ ਨੇ ਕਰਕੇ ਨਾ ਇੱਟ ਖੜਿਕਾ ਵਧਿਆ ਹੋਇਆ। ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਤੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ। ਇਹ ਚਿੱਠੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੈ ਡਾਕਟਰ ਸਤਵੀਰ ਸਿੰਘ ਗੋਸਲ, ਇਹਨਾਂ ਨੂੰ ਤੁਰੰਤ ਹਟਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਨਿਯੁਕਤੀ UGC ਦੇ ਨਿਯਮਾਂ ਮੁਤਾਬਕ ਨਹੀਂ ਹੋਈ। ਹੁਣ ਇਸ ਗੱਲ ਦੇ ਉੱਤੇ ਭੜਕੇ ਆ ਪੰਜਾਬ ਦੇ ਖੇਤੀਬਾੜੀ ਮੰਤਰੀ, ਉਹਨਾਂ ਨੇ ਕਿਹਾ ਜੀ ਪੰਜਾਬ ਦੀ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ, ਬਿਲਕੁਲ ਸਹੀ ਤਰੀਕੇ ਨਾਲ ਉਹਨੇ ਕੰਮ ਕੀਤਾ, ਤੇ ਪੰਜਾਬ ਦੀ ਸਰਕਾਰ ਦੇ ਖਿਲਾਫ ਬਿਲਕੁਲ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਉਹ ਕਹਿੰਦੇ ਵੀ ਰਾਜਪਾਲ ਦੀ ਚਿੱਠੀ ਦੇਖ ਕੇ ਇਉਂ ਲੱਗਦਾ ਇਹ BJP ਦੇ ਦਫ਼ਤਰ ਦੇ ਵਿੱਚੋਂ ਡਰਾਫਟ ਹੋਈ ਆ, ਤੇ ਇਉਂ ਲੱਗਦਾ ਜੀ ਕਿ ਪੰਜਾਬ ਦੀ ਸਰਕਾਰ ਦੇ ਕੰਮ ਦੇ ਵਿੱਚ ਅੜਿੱਕਾ ਡਾਉਣਾ ਇਹ ਸਹੁੰ ਪਾ ਲਈ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਬਿਲਕੁਲ ਇਹ ਨਿਯੁਕਤੀ ਸਹੀ ਹੋਈ ਆ ਤੇ ਜਾਣ ਬੁੱਝ ਕੇ ਠਿੱਠ ਕਰਨ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ ਟੈਨਲ ਸਾਹਿਬ, ਜੇ ਆਪਾਂ ਅਗਲੀ ਗੱਲ ਕਰੀਏ ਉਹ ਵੀ ਆਪ ਪਾਰਟੀ ਨਾਲ ਜੁੜੀ ਹੈ, ਗੁਜਰਾਤ ਦੇ ਵਿੱਚ ਸਿਰ ਧੜ ਦੀ ਬਾਜੀ ਲੱਗੀ ਹੈ ਜੀ। ਹਾਂ ਬਿਲਕੁਲ ਜੀ, ਗੁਜਰਾਤ ਦੇ ਵਿੱਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ। ਗੁਜਰਾਤ ਦੇ ਵਿੱਚ ਮੈਨੂੰ ਲੱਗਦਾ ਵੀ ਪੂਰੇ ਚੰਗੀ ਪੱਧਰ ਦੇ ਕੰਮ ਚੱਲ ਰਿਹਾ, ਇਹ ਹਾਲੇ ਹੋਰ ਚੱਲੂਗਾ। ਗੁਜਰਾਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਤੇ ਚੱਲ ਰਿਹਾ ਕਿ ਭਾਈ ਅਸੀਂ ਜਿੱਤ ਹਾਸਲ ਕਰਨੀ ਹੈ। ਉਹ ਭਾਵੇਂ ਆਪਾਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤੇ ਭਾਵੇਂ ਗੱਲ ਕਰ ਲਈਏ ਅਸੀਂ ਕਾਂਗਰਸ ਦੀ ਤੇ ਭਾਵੇਂ BJP ਦੀ, ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ। ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਨੱਠ ਕੇ ਤੇ ਸਾਰੀ ਲੀਡਰਸ਼ਿਪ ਨੂੰ ਨਾਲ ਲਿਜਾ ਕੇ ਦਿੱਲੀ ਵਾਲੀ ਨੂੰ, ਪੰਜਾਬ ਵਾਲੀ ਨੂੰ ਲੱਗੀ ਹੋਈ ਆ, ਤੇ ਜਿਹੜਾ ਹਿਮਾਚਲ ਪ੍ਰਦੇਸ਼ ਆ ਉਹ ਆਮ ਆਦਮੀ ਪਾਰਟੀ ਨੇ ਛੱਡਤਾ, ਉੱਥੇ ਸਰੈਂਡਰ ਕਰਤਾ, ਉੱਥੇ ਕੋਈ ਪ੍ਰਚਾਰ ਨਹੀਂ ਆਮ ਆਦਮੀ ਪਾਰਟੀ ਦਾ, ਤੇ ਗੁਜਰਾਤ ਦੇ ਵਿੱਚ ਪੂਰਾ ਤਾਣ ਲਾਇਆ ਜਾ ਰਿਹਾ। ਮੈਂ ਕੱਲ ਫੋਨ ਕੀਤਾ ਇੱਕ ਵਿਧਾਇਕ ਨੂੰ ਤੇ ਮੈਨੂੰ ਕਹਿੰਦਾ ਜੀ ਮੈਂ 20 ਦਿਨਾਂ ਬਾਅਦ ਆ ਕੇ ਮਿਲੂੰਗਾ। ਮੈਂ ਕਿਹਾ ਕੀ ਗੱਲ ਬਣ ਗਈ? ਕਹਿੰਦਾ ਜੀ ਗੁਜਰਾਤ ਦੇ ਵਿੱਚ ਡਿਊਟੀ ਲੱਗੀ ਹੈ, ਚੋਣ ਪ੍ਰਚਾਰ ਤੇ ਚੱਲਿਆ ਮੈਂ, ਅੱਜ ਹੀ ਚੱਲਿਆ। ਤੇ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਸਕੇ ਕਿ ਜੀ ਤੁਹਾਡੀ ਗੁਜਰਾਤ ਦੇ ਵਿੱਚ ਪਛਾਣ ਕਿੰਨੀ ਕਾ, ਤੁਸੀਂ ਗੁਜਰਾਤ ਦੇ ਲੋਕਾਂ ਨੂੰ ਕੀ ਕਹਿ ਕੇ ਵੋਟਾਂ ਪਾਉਣ ਲਈ ਕਹਿੰਦੇ ਹੋ, ਤੁਹਾਨੂੰ ਗੁਜਰਾਤੀ ਭਾਸ਼ਾ ਆਉਂਦੀ ਕਿੰਨੀ ਕਾ? ਮੈਂ ਕਿਹਾ ਕੀਮ ਸ਼ੋ ਮਾਝਾ ਮਾ, ਇਹਦੇ ਤੋਂ ਬਿਨਾਂ ਤੁਹਾਨੂੰ ਕੁਛ ਹੋਰ ਆਉਂਦਾ? ਮੈਨੂੰ ਉਹਦੇ ਬਾਰੇ ਜਾਣਕਾਰੀ ਦੇ। ਕਹਿੰਦਾ ਵੀ ਦੇਖੋ ਆਉਂਦਾ ਤਾਂ ਆਪਾਂ ਨੂੰ ਨਹੀਂ ਹੈਗਾ, ਪਰ ਚਲੋ ਇੱਕ ਤਾਂ ਆਊਟਿੰਗ ਜੀ ਹੋ ਜਾਂਦੀ ਆ, ਤੇ ਇੱਕ ਚਲੋ ਜੀ ਵਿੱਚ ਥੋੜੇ ਜਿਹੇ ਜ਼ਿਕਰ ਹੋ ਜੂਗਾ ਵੀ ਭਾਈ ਆਪਾਂ ਵੀ ਉੱਥੇ ਗਏ ਆ। ਕਹਿੰਦਾ ਆਪਾਂ ਨੂੰ ਕਿਹੜਾ ਸੰਬੋਧਨ ਕਰਨਾ ਆਉਂਦਾ ਵੀ ਲੋਕਾਂ ਨੇ ਇੱਥੇ ਕੀ ਕੀ ਗੱਲਾਂ ਸੁਣਨੀਆਂ? ਤੇ ਮੈਂ ਖਬਰ ਚੱਲੇਗਾ ਤੂੰ? ਕਹਿੰਦੇ ਚਲੋ ਪਾਰਟੀ ਦਾ ਕਿਆ ਮੰਨਣਾ ਪੈਂਦਾ ਜੀ। ਬਿਲਕੁਲ ਬਿਲਕੁਲ ਟੈਨਲ ਸਾਹਿਬ, ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿਹੜੀ ਸਟੂਡੈਂਟ ਇਲੈਕਸ਼ਨ ਜਿਹੜੀ ਹੋਈ ਹੈ,
ਉਹਦੇ ਵਿੱਚ ਆਮ ਪਾਰਟੀ ਦਾ ਆਪ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹ ਮੁੰਡਾ ਉਹ ਜਿੱਤੇ ਆ ਖਟਕੜ ਅਤੇ ਪ੍ਰਧਾਨ ਬਣਿਆ ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਖਾਸ ਕਰਕੇ ਯੂਨੀਵਰਸਿਟੀਆਂ ਦੇ ਜਿਹੜੇ ਨੇ ਚੋਣਾਂ ਦੇ ਵਿੱਚ ਪਾਰਟੀ ਦੀ ਜਿੱਤ ਹੋਣੀ ਇਹਨਾਂ ਸਿਆਸੀ ਪੱਧਰ ਦੇ ਉੱਤੇ ਕਿੰਨਾ ਕੁ ਲਾਹਾ ਲੈ ਸਕਦੀ ਆ ਆਪ ਪਾਰਟੀ ਇਹਨਾਂ ਗੱਲਾਂ ਦੇ ਨਾਲ। ਦੇਖੋ ਜੀ ਅੱਗੇ ਵੀ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਹੀ ਨਵੇਂ ਭੂਰ ਦੇ ਨੇਤਾ ਪੈਦਾ ਹੁੰਦੇ ਸੀਗੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਚੋਣਾਂ ਬੰਦ ਕਰਵਾ ਦਿੱਤੀਆਂ ਪਰ ਚਲੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਚੋਣ ਹੋਈ ਆ ਆਯੂਸ਼ ਖਟਕੜ ਆ ਜਿਹੜਾ ਉਹ ਪ੍ਰਧਾਨ ਬਣਿਆ ਆਮ ਆਦਮੀ ਪਾਰਟੀ ਦੀ ਸਪੋਰਟ ਵਾਲਾ ਮੁੰਡਾ ਹੈਗਾ ਤੇ ਮੈਨੂੰ ਚੰਗੀ ਲੱਗੀ ਗੱਲ ਜੀ ਕਿ ਚਲੋ ਵਧੀਆ ਉਪਰਾਲਾ ਹੋ ਗਿਆ ਤੇ ਇਹ ਆਮ ਆਦਮੀ ਪਾਰਟੀ ਦੇ ਲਈ ਇੱਕ ਉਤਸ਼ਾਹ ਵਾਲੀ ਗੱਲ ਤਾਂ ਜ਼ਰੂਰ ਆ। ਦੇਖੋ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਚੋਣਾਂ ਸਿਰ ਤੇ ਹੋਣ ਤੇ ਉਦੋਂ ਕੋਈ ਛੋਟੀ ਚੋਣ ਹੋਵੇ ਵੱਡੀ ਚੋਣ ਹੋਵੇ ਉਹਦੇ ਵਿੱਚ ਕੋਈ ਵੀ ਪ੍ਰਾਪਤੀ ਹੋਵੇ ਤਾਂ ਬੰਦਾ ਇਸ ਗੱਲ ਨੂੰ ਹਾਂ ਪੱਖੀ ਤਰੀਕੇ ਨਾਲ ਜੋੜ ਕੇ ਦੇਖਦਾ। ਸੋ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਨਵੇਂ ਪੂਰ ਪੈਦਾ ਹੁੰਦੇ ਆ ਤੇ ਇੱਕ ਜਣੇ ਦੇ ਪਿੱਛੇ ਕਈ ਕਈ ਲੋਕ ਹੁੰਦੇ ਆ। ਮੈਨੂੰ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੀ ਭਾਵੇਂ ਛੋਟੀ ਸਹੀ ਇੱਕ ਸਫਲਤਾ ਜ਼ਰੂਰ ਹੈਗੀ ਆ ਕਿਉਂਕਿ ਯੂਥ ਦੇ ਵਿੱਚ ਵੜਨਾ ਹਰ ਪਾਰਟੀ ਦੀ ਇੱਛਾ ਹੁੰਦੀ ਆ ਯੂਥ ਦੇ ਵਿੱਚ ਘਰ ਕਰਨਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਫਲ ਹੋਈ ਹੈ ਜੀ। ਬਿਲਕੁਲ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਝਾੜੂ ਫੇਰ ਰਿਹਾ ਇਹਨਾਂ ਨੇ ਇਹ ਸ਼ਾਇਦ ਆਉਣ ਵਾਲੇ ਇਹਨਾਂ ਦੋਨਾਂ ਸੂਬਿਆਂ ਦੀ ਚੋਣਾਂ ਵਿੱਚ ਥੋੜ੍ਹਾ ਮੋਟਾ ਅਸਰ ਜ਼ਰੂਰ ਪਾਊ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕਈ ਸੂਬਿਆਂ ਦੇ ਸਟੂਡੈਂਟ ਆ ਕੇ ਪੜ੍ਹਦੇ ਨੇ ਬਹੁਤ ਫਰਕ ਪੈਣਾ ਚੀਜ਼ਾਂ ਦਾ ਉੱਤਾਂ। ਅਗਲੀ ਗੱਲ ਕਰੀਏ ਰਾਜਸਥਾਨ ਦੀ ਅਸ਼ੋਕ ਗਹਿਲੋਤ ਨੇ ਜੀ ਮੁੱਖ ਮੰਤਰੀ ਰਾਜਸਥਾਨ ਉਹ ਕਹਿੰਦੇ ਗੱਲਾਂ 'ਚ ਤਾਂ ਮੈਨੂੰ ਕੇਜਰੀਵਾਲ ਵੀ ਮੋਦੀ ਵਰਗਾ ਹੀ ਲੱਗਦਾ ਹੈ। ਅਸ਼ੋਕ ਗਹਿਲੋਤ ਆ ਜਿਹੜੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਨੂੰ ਕਦੇ ਕਦੇ ਮੋਦੀ ਤੇ ਕੇਜਰੀਵਾਲ ਇੱਕੋ ਜਿਹੇ ਲੱਗਦੇ ਆ। ਕੇਜਰੀਵਾਲ ਦੀ ਬੋਡੀ ਲੈਂਗੁਏਜ ਵੀ ਮੋਦੀ ਵਰਗੀ ਆ, ਗੱਪਾਂ ਦਾ ਸਟਾਈਲ ਵੀ ਉਹੀ ਆ, ਗੱਲਾਂ ਬਾਤਾਂ ਲੰਬੀਆਂ ਟੋੜੀਆਂ ਕਰਦੀਆਂ ਇਹ ਵੀ ਸਟਾਈਲ ਉਹੀ ਆ, ਲੀੜੇ ਰੱਤੇ ਵੀ ਉਹੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿ ਭਾਈ ਕੇਜਰੀਵਾਲ ਪੰਜਾਬ ਦਾ ਜਾਂ ਦੇਸ਼ ਦਾ ਜਾਂ ਗੁਜਰਾਤ ਦਾ ਜਾਂ ਦਿੱਲੀ ਦੇ ਲੋਕਾਂ ਦਾ ਰਾਖਾ ਹੈਗਾ। ਇਹਨਾਂ ਨੇ ਸਿਰਫ ਆਪਦਾ ਸੂਤ ਲਾਉਣਾ ਹੁੰਦਾ ਤੇ ਸੂਤ ਲਾਉਣ ਦੀ ਖਾਤਰ ਇਹ ਸੌ ਸੌ ਗੱਲਾਂ ਕਰਦੇ ਆ। ਸੋ ਗਹਿਲੋਤ ਨੇ ਗੱਲ ਕਹੀ ਵੀ ਕੇਜਰੀਵਾਲ ਦੇ ਕੋਲ ਇੰਨੇ ਰੁਪਈਏ ਕਿੱਥੋਂ ਆ ਗਏ ਵੀ ਪਾਣੀ ਲਈ ਗੁਜਰਾਤ ਦੇ ਵਿੱਚ ਪੈਸਾ ਵਹਾਈ ਜਾਂਦਾ ਤੇ ਇੰਨੇ ਪੈਸੇ ਆ ਕਿੱਥੋਂ ਰਹੇ ਆ, ਇੰਨੀ ਪੜਤਾਲ ਹੋਣੀ ਚਾਹੀਦੀ ਆ। ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਗਿਆ, ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਕੁਝ ਨਹੀਂ ਹੋਇਆ ਤੇ ਹੁਣ ਯੂਪੀ ਦੇ ਵਿੱਚ ਜਾ ਕੇ ਪੈਰ ਪਸਾਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਸਾਰਾ ਕੁਝ ਜਾਣਦੇ ਆ। ਪਰ ਇੱਕ ਗੱਲ ਤਾਂ ਹੈਗੀ ਹੈ ਟੈਣਾ ਸਾਹਿਬ, ਤੁਹਾਨੂੰ ਸ਼ਾਇਦ ਤੁਸੀਂ ਇਹ ਗੱਲ ਦੇ ਨਾਲ ਸਹਿਮਤ ਹੋਵੋ, ਜਿਹੜੀ ਪਿਛਲੀ ਵਿਧਾਨ ਸਭਾ ਸੀ ਪੰਜਾਬ ਦੇ ਵਿੱਚ ਹੋਈ ਹੈ ਉਹ ਚੋਣਾਂ ਦੇ ਵਿੱਚ ਆਪ ਪਾਰਟੀ ਦੇ ਕੈਂਡੀਡੇਟਾਂ ਵੱਲੋਂ ਓਨਾ ਖਰਚਾ ਨਹੀਂ ਕੀਤਾ ਗਿਆ ਜਿੰਨੀਆਂ ਦੂਜੀ ਪਾਰਟੀਆਂ ਕਰਦੀਆਂ ਰਹੀਆਂ ਨੇ ਅਤੇ ਬੜੇ ਥੋੜ੍ਹੇ ਪੈਸਿਆਂ ਦੇ ਨਾਲ ਇਹਨਾਂ ਦੇ ਕੈਂਡੀਡੇਟ ਜਿੱਤੇ ਨੇ ਅਤੇ ਫਿਰ ਕਿਵੇਂ ਕਹਿ ਸਕਦੇ ਨੇ ਕਾਂਗਰਸ ਅਤੇ ਅਕਾਲੀਆਂ ਵਾਲੇ ਵੀ ਇਹਨਾਂ ਕੋਲ ਪੈਸਾ ਕਿੱਥੋਂ ਆਉਂਦਾ? ਤੁਸੀਂ ਤਾਂ ਮਾੜਾ ਮੋਹਾ ਪਾਣੀ ਪੈਸਾ ਜਿਹੜਾ ਪਾਣੀ ਵਾਂਗੂ ਵਹਾਉਂਦੇ ਰਹੇ ਹੋ ਇਲੈਕਸ਼ਨਾਂ ਦੇ ਵਿੱਚ ਜੀ। ਹਾਂ ਬਿਲਕੁਲ ਜੀ, ਦੇਖੋ ਹੈਗੇ ਤਾਂ ਇਸ ਰਾਜਨੀਤੀ ਦੇ ਹਮਾਮ ਦੇ ਵਿੱਚ ਸਾਰੇ ਇੱਕੋ ਜਿਹੀ ਆ ਪਰ ਜਦੋਂ ਸਵਾਲਦਾਰ ਸਵਾਲ ਕਰਨੇ ਹੁੰਦੇ ਉਦੋਂ ਗੱਲਾਂ ਹੋਰ ਆ। ਵੈਸੇ ਟਵਾਣਾ ਸਾਹਿਬ ਮੈਨੂੰ ਇਹ ਲੱਗਦਾ ਜੀ ਕਿ ਪੰਜਾਬ, ਹਿਮਾਚਲ, ਹਰਿਆਣਾ, ਗੁਜਰਾਤ, ਦਿੱਲੀ, ਬੰਬੇ ਤੇ ਹੋਰ ਵੱਖ ਵੱਖ ਸੂਬੇ ਜਿਹੜੇ ਉਹਨਾਂ ਦੇ ਭੂਗੋਲਿਕ ਹਾਲਾਤ ਵੱਖੋ ਵੱਖਰੇ ਆ। ਜਿਹੜੀ ਚਾਬੀ ਪੰਜਾਬ ਦੇ ਲੋਕਾਂ ਨੂੰ ਲੱਗਦੀ ਆ ਉਹ ਗੁਜਰਾਤ ਦੇ ਲੋਕਾਂ ਨੂੰ ਵੀ ਲੱਗੇ ਉਹ ਜ਼ਰੂਰੀ ਨਹੀਂ ਹੈਗੀ। ਜੋ ਗੁਜਰਾਤ ਦੇ ਵਿੱਚ ਲੋੜਾਂ ਹੈਗੀਆਂ ਇਹ ਕਰਨਾਟਕ ਦੇ ਵਿੱਚ ਵੀ ਇਵੇਂ ਚੱਲੇ ਤੇ ਇਹ ਜ਼ਰੂਰੀ ਨਹੀਂ ਹੈਗਾ। ਜੇ ਕਰਨਾਟਕ ਦੇ ਵਿੱਚ ਸਰਕਾਰ ਬਣ ਜੇ ਤਾਂ ਉਹ ਬਾਅਦ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਮੁੱਦਿਆਂ ਦੇ ਉੱਤੇ ਬਣੇ ਇਹ ਕੋਈ ਜ਼ਰੂਰੀ ਨਹੀਂ ਹੈਗਾ। ਸੋ ਪੰਜਾਬ ਦੇ ਲੋਕਾਂ ਨੇ ਤਾਂ ਹਈਆ ਇਹ ਕਰ ਲਿਆ ਸੀ ਵੀ ਅਸੀਂ ਕਾਲੇ ਚੋਰ ਨੂੰ ਵੋਟ ਪਾਵਾਂਗੇ ਪਰ ਅਕਾਲੀਆਂ ਤੇ ਕਾਂਗਰਸ ਨੂੰ ਨਹੀਂ ਪਾਉਣੀ। ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਗੁਜਰਾਤ ਦੇ ਲੋਕਾਂ ਦੇ ਹਾਲੇ ਤੱਕ ਸ਼ਾਇਦ ਇਹ ਪ੍ਰੋਗਰਾਮ ਨਾ ਬਣਾਇਆ ਹੋਵੇ, ਉਹਨਾਂ ਨੇ ਸ਼ਾਇਦ ਇਹ ਵਿਚਾਰ ਹਾਲੇ ਤੱਕ ਨਾ ਘੜਿਆ ਹੋਵੇ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਜਿੰਨੀਆਂ ਨੱਕੋ ਬੁੱਲੋ ਲੱਥੀਆਂ ਸੀ ਤੇ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਸਰਕਾਰਾਂ ਉਨੀਆਂ ਨੱਕੋ ਬੁੱਲੋ ਨਹੀਂ ਲੱਥੀਆਂ। ਮੈਨੂੰ ਤਾਂ ਨਿੱਜੀ ਤੌਰ ਤੇ ਲੱਗਦਾ ਵੀ ਗੁਜਰਾਤ ਦੇ ਵਿੱਚ ਬੀਜੇਪੀ ਨੇ ਬਾਜ਼ੀ ਮਾਰ ਜਾਣੀ ਆ ਤੇ ਬਾਕੀ ਹੋ ਸਕਦਾ ਭਾਈ ਮੈਂ ਗਲਤ ਵੀ ਹੋਵਾਂ ਇਹ ਵਕਤ ਦੱਸ ਦੂਗਾ। ਪਰ ਇੱਕ ਜਾਣਕਾਰੀ ਹੋਰ ਆ ਵੀ ਹੁਣ ਦੇਖੋ ਜੀ ਇਸ ਵੇਲੇ 6:30 ਵੱਜ ਗਏ ਸਵੇਰ ਦੇ ਭਾਰਤੀ ਸਮੇਂ ਮੁਤਾਬਕ ਤੇ ਹੁਣ ਤੋਂ ਕੁਝ ਘੰਟਿਆਂ ਬਾਅਦ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਮਿਲ ਜਾਣਾ। ਸ਼ਸ਼ੀ ਥਰੂਰ ਤੇ ਮਲਕਾਰਜੁਨ ਖੜਗੇ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਜਣਾ ਪ੍ਰਧਾਨ ਬਣੂਗਾ। ਮਲਕਾਰਜੁਨ ਖੜਗੇ ਦੀ ਸੰਭਾਵਨਾ ਮੈਨੂੰ 80% ਲੱਗਦੀ ਹੈ ਕਿਉਂਕਿ ਉਹ ਕਾਂਗਰਸ ਦੇ ਨੇੜਲੇ ਆ ਤੇ ਕਾਂਗਰਸ ਦੇ ਸੂਝਵਾਨ ਆਗੂ ਆ। ਸ਼ਸ਼ੀ ਥਰੂਰ ਬਹੁਤੇ ਤੜਕੇ ਮਵਾਦਾਂ ਦੇ ਵਿੱਚ ਵੀ ਰਹੇ ਆ। ਮਲਕਾਰਜੁਨ ਖੜਗੇ ਜਿਹੜੇ
ਉਹਨਾਂ ਨੇ ਆਪਾਂ ਜਾਣਦੇ ਜੀ ਕਿ 1972 ਦੇ ਵਿੱਚ ਰਾਜਨੀਤੀ ਜੁਆਇਨ ਕੀਤੀ ਤੇ 8 ਵਾਰ ਉਹ ਲਗਾਤਾਰ ਵਿਧਾਇਕ ਰਹੇ ਆ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਦੇ ਵਿੱਚ ਉਹ ਕੈਬਨਿਟ ਮੰਤਰੀ ਵੀ ਰਹੇ ਆ ਤੇ ਗਾਂਧੀ ਪਰਿਵਾਰ ਦੇ ਰਿੜਲੇ ਵੀ ਆ। ਸੋ ਮੈਨੂੰ ਲੱਗਦਾ ਕਿ ਅੱਜ ਰਾਸ਼ਟਰੀ ਪ੍ਰਧਾਨ ਕਾਂਗਰਸ ਦੇ ਮਲਕਾਰਜਨ ਖੜ ਗਏ ਹੋਣਗੇ ਤੇ ਬਾਕੀ ਪਈ ਸਮਾਂ ਦੱਸ ਦੂਗਾ ਜੀ। ਟਾਣਾ ਸਾਹਿਬ, ਇੱਕ ਨਸ਼ੇੜੀ ਨੇ ਰਾਤ ਨੂੰ ਕਮਰੇ ਨੂੰ ਅੱਗ ਲਾ ਤੀ, ਪੂਰਾ ਪਰਿਵਾਰ ਸੜ ਕੇ ਸਵਾਹ ਹੋ ਗਿਆ। ਹਾਂ ਬਿਲਕੁਲ ਜੀ, ਇਹ ਬੜੇ ਦੁੱਖ ਦੀ ਗੱਲ ਹੈ ਤੇ ਇਹ ਬੜੀ ਸੋਚਣ ਵਾਲੀ ਗੱਲ ਹੈ ਵੀ ਪੰਜਾਬ ਦੇ ਵਿੱਚ ਨਸ਼ੇੜੀ ਇਸ ਕਦਰ ਵੀ ਮੂਰਖ ਹੋ ਜਾਂਦੇ, ਨਸ਼ਾ ਕਰਕੇ ਅੰਨੇ ਹੋ ਜਾਂਦੇ ਆ ਕਿ ਆਹ ਕਰਤੂਤ ਵੀ ਕਰ ਦਿੰਦੇ ਆ। ਇਹ ਜਲੰਧਰ ਦੀ ਇੱਕ ਨਸ਼ੇੜੀ ਆ, ਉਹਦੀ ਵਹੁਟੀ ਉਹਨੂੰ ਛੱਡ ਕੇ ਪੇਕੇ ਚਲੀ ਗਈ ਵੀ ਭਾਈ ਤੂੰ ਘਰ ਦਾ ਸਮਾਨ ਵੇਚੀ ਇਹਨਾਂ, ਤੇਰੇ ਤੇ ਭਰੋਸਾ ਕੋਈ ਨੀ, ਘੁੱਟਦਾ ਮਾਰਦਾ ਵੀ ਆ। ਬੱਚੇ ਲੈ ਕੇ ਚਲੀ ਗਏ ਪੇਕੀ ਤੇ ਜਨਾਬ ਵੀ ਮਗਰੇ ਚਲੇ ਗਏ, ਸੋਰੀ ਕਹਿੰਦੇ ਵੀ ਮੈਂ ਲੈ ਕੇ ਆਉਣਾ ਉਹਨੂੰ। ਜਦੋਂ ਰਾਤ ਦੇ ਵੇਲੇ ਸੁੱਤੀ ਪਈ ਸੀ ਘਰ ਵਾਲੀ ਦੋਵੇਂ ਬੱਚਿਆਂ ਦੇ ਨਾਲ ਸੱਸ ਸਹੁਰੇ ਦੇ ਨਾਲ ਕਮਰੇ ਦੇ ਵਿੱਚ, ਇਹਨੇ ਬਾਹਰ ਪੈਟਰੋਲ ਛਿੜਕ ਕੇ ਅੱਗ ਲਾਤੀ। ਉੱਥੇ ਪਰ ਦਮ ਘੁੱਟ ਗਿਆ, ਇੰਨੀ ਅੱਗ ਭੜਕੀ ਪੈਟਰੋਲ ਦੇ ਕਰਕੇ ਕਿ ਭਾਈ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਾਂ ਘਰ ਵਾਲੀ ਬਾਹਰ ਹੀ ਨੀ ਆ ਸਕੀ ਦਰਵਾਜ਼ਾ ਤੋੜ ਕੇ, ਤੇ ਪੰਜਾਂ ਜਣਿਆਂ ਦੀ ਮੌਤ ਹੋ ਗਈ ਆ। ਪੰਜਾਂ ਜਣਿਆਂ ਦੀ ਅੱਗ ਦੇ ਕਰਕੇ, ਝੁਲਸਣ ਦੇ ਕਰਕੇ ਮੌਤ ਹੋ ਗਈ ਆ। ਸੋ ਇਹ ਵੀ ਦੇਖੋ ਪੰਜਾਬ ਦੇ ਹਾਲਾਤ ਆ, ਇਹ ਹੁਣ ਨਸ਼ੇ ਦੇ ਹਾਲਾਤ ਵੀ ਆ। ਹੁਣ ਜੇ ਆਪਾਂ ਇਹ ਗੱਲ ਕਹੀਏ ਕਿ ਦੇਖੋ ਜੀ ਇਹ ਭਗਵੰਤ ਮਾਨ ਵਾਲਾ, ਇਹ ਜੀ ਪ੍ਰਧਾਨ ਮੰਤਰੀ ਨੂੰ ਚਾਹੀਦਾ ਏਦਾਂ ਨਾ ਹੋਵੇ, ਇਹ ਜੀ ਕੌਂਸਲਰ ਨੂੰ ਚਾਹੀਦਾ ਏਦਾਂ ਨਾ ਹੋਵੇ। ਹੁਣ ਦੇਖੋ ਜੇ ਕੱਲਾ ਕੱਲਾ ਬੰਦਾ, ਜੇ ਬਾਈ ਜੀ ਹੁਣ ਮੈਂ ਇਸ ਵੇਲੇ ਖਬਰਾਂ ਸਾਂਝੀਆਂ ਕਰ ਰਿਹਾ ਤੇ ਮੈਂ ਕੋਈ ਊਟ ਪਟਾਂ ਗੱਲ ਕਰਦਿਆਂ, ਕੋਈ ਗਲਤ ਬਿਆਨ ਦੇ ਦਿਆਂ, ਮੈਂ ਕੁਛ ਗਲਤ ਖਾ ਪੀ ਲਵਾਂ, ਤਾਂ ਇਹਦੇ ਲਈ ਸਰਕਾਰ ਥੋੜੀ ਜ਼ਿੰਮੇਵਾਰ ਆ? ਉਹਦੇ ਲਈ ਤਾਂ ਮੈਂ ਹੀ ਜ਼ਿੰਮੇਵਾਰ ਆ ਨਾ, ਮੇਰਾ ਖੁਰ ਕੱਲੇ ਕੱਲੇ ਬੰਦੇ ਦੇ ਪਿੱਛੇ ਪੁਲਿਸ ਮੁਲਾਜ਼ਮ ਥੋੜੀ ਲੱਗੂਗਾ। ਜਿਹੜਾ ਬੰਦਾ ਟੱਬਰਦਾ, ਜਿਹੜਾ ਬੰਦਾ ਘਰ ਦੇ ਮੈਂਬਰਾਂ ਦਾ ਸਕਾ ਨਹੀਂ, ਉਹ ਪੰਜਾਬ ਦਾ ਤੇ ਸਮਾਜ ਦਾ ਕਿੱਥੋਂ ਸਕਾ ਹੋਊਗਾ? ਤੇ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਅੰਨੇ ਹੋਏ ਇਹੋ ਜਿਹੇ ਲੋਕਾਂ ਦੀ ਗਿਣਤੀ ਥੋੜੀ ਵੀ ਹੈਗੀ ਜੀ। ਜੀ ਟਾਣਾ ਸਾਹਿਬ, ਲਾਸਟ ਖਬਰ ਹੈ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੇ ਨਾਲ ਅੱਜ ਜਿਹੜਾ ਕਿ ਹੈ ਲਹਿਰਾ ਗਾਗਾ ਦੇ ਵਿੱਚ 20 ਏਕੜ ਰਕਬੇ ਦੇ ਵਿੱਚ 230 ਕਰੋੜ ਰੁਪਏ ਲਾਗਤ ਨਾਲ ਇੱਕ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਜਿਹੜਾ ਲੋਕਾਂ ਨੂੰ ਸਮਰਪਿਤ ਕਰਿਆ। ਇਸ ਮੌਕੇ ਸੂਬੇ ਲਈ ਇਤਿਹਾਸਕ ਦਿਨ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸੂਬੇ 'ਚੋਂ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਦੇ ਵਿੱਚ ਮਦਦ ਕਰੂਗਾ। ਨਾਲ ਹੀ ਮਲੇਰਕੋਟਲੇ ਦੇ 150 ਪਿੰਡਾਂ ਨੇ ਪਰਾਲੀ ਸਾੜਨ ਵਿਰੁੱਧ ਮਤਾ ਪਾਸ ਕਰਿਆ ਜੀ। ਦੇਖੋ ਇਹ ਚੰਗੀ ਗੱਲ ਆ, ਜਿਹੜੇ ਲੋਕ ਪਰਾਲੀ ਨਹੀਂ ਸਾੜਦੇ, ਨਾੜ ਨੂੰ ਅੱਗ ਨਹੀਂ ਲਾਉਂਦੇ, ਮੈਂ ਤਾਂ ਸੋਚਦਾ ਬੜੀ ਵਧੀਆ ਗੱਲ ਹੈ। ਉਹਦਾ ਕਾਰਨ ਇਹ ਜੀ ਕਿ ਸਰਕਾਰ ਮਦਦ ਕਰਦੀ ਆ ਨਹੀਂ ਕਰਦੀ, 2500 ਰੁਪਈਆ ਏਕੜ ਪਰਾਲੀ ਦਾ ਦਿੰਦੀ ਆ ਨਹੀਂ ਦਿੰਦੀ, ਇਹ ਤਾਂ ਬਾਅਦ ਦੀਆਂ ਗੱਲਾਂ। ਉਸ ਤੋਂ ਪਹਿਲੀ ਗੱਲ ਤਾਂ ਇਹ ਵੀ ਵਾਤਾਵਰਨ ਸਾਡਾ ਸਭ ਦਾ ਸਾਂਝਾ, ਤੇ ਅਸੀਂ ਵਾਤਾਵਰਨ ਕਿਉਂ ਗੰਦ ਪਾਉਣਾ, ਪਲੀਤ ਕਿਉਂ ਕਰਨਾ? ਪਰ ਲੋਕ ਸੋਚਦੇ ਨਹੀਂ। ਪਰ ਜਿਹੜਾ ਇੱਕ ਜਿਹੜਾ ਪਲਾਂਟ ਲਾਇਆ ਹੈਗਾ ਕੱਲ, ਉਦਘਾਟਨ ਕੀਤਾ ਹੈਗਾ, ਤੇ ਮੈਂ ਸੋਚ ਲਾਂ ਜੀ ਕਿ ਇਹਦੇ ਲਈ ਵੀ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ, ਕੇਂਦਰ ਦਾ ਵੀ ਧੰਨਵਾਦ ਕਰਦੇ ਹਾਂ। ਇਹੋ ਜਿਹੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਪਲਾਂਟ ਲੱਗਣੇ ਚਾਹੀਦੇ ਆ, ਤਾਂ ਜੋ ਪਰਾਲੀ ਤੇ ਨਾੜ ਆ ਜਿਹੜਾ ਉਹਨੂੰ ਅੱਗ ਲਾਉਣ ਦੀ ਲੋੜ ਨਾ ਪਵੇ। ਪਰ ਦੇਖੋ ਪੰਜਾਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਆ, ਇਹੋ ਜਿਹੇ ਲੋਕ ਵੀ ਆ ਜਿਹੜੇ ਮਲੇਰਕੋਟਲੇ ਦੇ ਵਿੱਚ 154 ਪਿੰਡਾਂ ਦੇ ਲੋਕਾਂ ਨੇ ਮਤਾ ਪਾਸ ਕੀਤਾ ਵੀ ਅਸੀਂ ਖੇਤਾਂ ਦੇ ਵਿੱਚ ਕਦੇ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਤੇ ਇਹੋ ਜਿਹੇ ਲੋਕ ਵੀ ਜਿਹੜੇ ਕਹਿੰਦੇ ਬਸ ਤਾਂ ਗੁੱਸੇ ਦੇ ਵਿੱਚ ਅੱਗ ਲਾਵਾਂਗੇ ਹੀ ਲਾਵਾਂਗੇ। ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਜੀ। ਬਿਲਕੁਲ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਟਾਣਾ ਸਾਹਿਬ। ਇਹ ਦੇਖੋ ਆਪਣੀ ਆਪਣੀ ਸੋਚ ਆ, ਜਿਵੇਂ ਕਿ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਆਪਣਾ ਆਪਣੇ ਵਿਚਾਰ ਨੇ, ਉਹ ਕੀ ਸੋਚਦੇ ਨੇ। ਸੋ ਇਸ ਦੇ ਨਾਲ ਹੀ ਟਾਣਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵਾਂਗੇ ਇਜਾਜ਼ਤ, ਫਿਰ ਕੱਲ੍ਹ ਨੂੰ ਮਿਲਣ ਦੇ ਬਾਅਦ ਨਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਸੋ ਦੋਸਤੋ, ਇਹ ਸੀ ਸਰਦਾਰ ਸਵਰਨ ਸਿੰਘ ਜੀ ਟਾਣਾ, ਸਾਡੇ ਨਾਲ ਜੁੜੇ ਸੀ ਖਬਰਾਂ ਦੀ ਖਬਰਸਾਰ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਪਤਾ ਹੀ ਆ, ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕਰਦੇ ਨੇ ਖਬਰਾਂ ਦੀ ਖਬਰਸਾਰ, ਅਤੇ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਪਹਿਲਾ ਪ੍ਰੋਗਰਾਮ ਵੀ ਗੁਰੂ ਇਕਬਾਲ ਸਿੰਘ ਬਰਾੜ ਦੇ ਨਾਲ ਪਸੰਦ ਆਇਆ ਹੋਊਗਾ, ਕਿਉਂਕਿ ਗਿੱਲ ਸਾਹਿਬ ਕੁਛ ਦਿਨਾਂ ਦੀ ਛੁੱਟੀ 'ਤੇ ਸੀ, ਉਹ ਕੱਲ੍ਹ ਨੂੰ ਇਸ ਪੰਜਾਬੀ ਸੱਥ ਵਿੱਚ ਦਾ ਭਾਗ ਦੇ ਵਿੱਚ ਹਿੱਸਾ ਲੈਣਗੇ। ਸੋ ਕਿਵੇਂ ਲੱਗੇ ਨੇ ਤੁਹਾਨੂੰ ਪ੍ਰੋਗਰਾਮ, ਪਲੀਜ਼ ਜ਼ਰੂਰ ਦੱਸਿਓ। 219-670-4479 ਦੇ ਉੱਤੇ, ਜਾਂ ਫਿਰ 815-557-5599 ਗੁਰੂ ਇਕਬਾਲ ਨੂੰ ਵੀ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਉਹਨਾਂ ਦਾ ਨੰਬਰ ਹੈ 90-411-99-903। ਸੋ ਮੈਂ ਇੱਥੇ ਤੁਹਾਡੇ ਕੋਲ ਲਵਾਂਗਾ ਇਜਾਜ਼ਤ, ਫਿਰ ਮਿਲਣ ਦੇ ਵਾਅਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਜਿਉਂਦੇ ਰਹੋ,
ਵਸਦੇ ਰਹੋ।